ਵਾਹਿਗੁਰੂ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਦੋਹਰਾ ਖਾਨ ਪਾਨ ਕਰ ਰਾਤ ਕੋ ਥਿਰ ਪ੍ਰਿਅੰਕ ਪਰ ਸੋਏ ਉਤਰੇ ਤਰੇ ਸੋ ਦੁਰਗ ਕੇ ਹੁਤੇ ਵਪਾਰੀ ਕੋਏ ਖਾਨ ਪਾਨ ਕਰ ਰਾਤ ਕੋ ਥਿਰ ਪ੍ਰਿਅੰਕ ਪਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ੍ਰੀ ਗੁਰੂ ਸੂਰਤ ਪ੍ਰਤਾਪ ਗ੍ਰੰਥ ਵਿੱਚੋਂ ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਸੀ। ਕਿਵੇਂ ਚੱਕ ਰਾਮ ਸਿੰਘ ਵਾਲੇ ਤੋਂ ਪਾਤਸ਼ਾਹ ਦਾ ਆਉਣਾ, ਉੱਥੇ ਬਠਿੰਡੇ ਦੇ ਬਹੁਤ ਇੱਕ ਭਾਰੀ ਉੱਚੀਆਂ ਕੰਧਾਂ ਵਾਲੇ ਕਿਲ੍ਹੇ ਬਾਰੇ ਸੁਣਨਾ, ਕਲਗੀਧਰ ਪਾਤਸ਼ਾਹ ਦੇ ਹਿਰਦੇ ਵਿੱਚ ਫੁਰਨਾ ਆਉਣਾ। ਪਾਤਸ਼ਾਹ ਨੇ ਫਿਰ ਬਚਨ ਵੀ ਕਰਨੇ ਵੀ ਭਾਈ ਆਪਾਂ ਉੱਥੇ ਬਠਿੰਡੇ ਵਾਲੇ ਕਿਲ੍ਹੇ ਵਿੱਚ ਜਾਣਾ ਅਤੇ ਦੇਖਣਾ, ਆਪਾਂ ਜੇ ਸਮਾਂ ਬਣਿਆ ਅਤੇ ਵਾਚਣਾ ਕਿ ਜੇ ਲੋੜ ਪਈ ਤਾਂ ਜੰਗ ਵੀ ਉੱਥੋਂ ਕਰਾਂਗੇ। ਅਤੇ ਆਦਿਕ ਮਹਾਰਾਜ ਦੇ ਵਚਨ ਕਰਨੇ, ਦਿਆਲ ਦਾਸ ਦਾ ਨਗੋਰਾ ਰਹਿ ਜਾਣਾ, ਪਾਤਸ਼ਾਹ ਨੇ ਭੁੱਚੋ ਨਗਰ ਵਿੱਚ ਹੀ ਲੰਘਣਾ, ਮਹਾਰਾਜ ਦੇ ਘੋੜੇ ਨੇ ਪਿਆਸੇ ਹੁੰਦਿਆਂ ਵੀ ਪਾਣੀ ਨਾ ਪੀਣਾ ਅਤੇ ਸਿੱਖਾਂ ਦੇ ਪੁੱਛਣ 'ਤੇ ਕਲਗੀਧਰ ਪਾਤਸ਼ਾਹ ਨੇ ਇਹ ਜਵਾਬ ਦੇਣਾ ਕਿ ਨਗੋਰੇ ਦਿਆਲ ਦਾਸ ਦੀ ਜੂਠ ਪੈ ਰਹੀ ਹੈ, ਘੋੜੇ ਨੂੰ ਵੀ ਸੋਝੀ ਹੈ, ਜਿੱਥੇ ਨਗੋਰੇ ਬੰਦੇ ਦੀ ਜੂਠ ਪੈ ਜੇ ਤਾਂ ਛਕਣਾ ਨਹੀਂ ਚਾਹੀਦਾ। ਫਿਰ ਆਪ ਜੀ ਨੇ ਲੜੀਵਾਰ ਇਤਿਹਾਸ ਦੀ ਕਥਾ ਵਿੱਚ ਸਰਵਣ ਕੀਤਾ ਸੀ। ਪਾਤਸ਼ਾਹ ਇਉਂ ਚੱਲਦੇ ਹੋਏ ਬਠਿੰਡੇ ਪਹੁੰਚੇ ਸਨ ਕਿਲ੍ਹੇ ਦੇ ਕੋਲ, ਅਤੇ ਜਦੋਂ ਮਹਾਰਾਜ ਉੱਥੇ ਪਹੁੰਚੇ ਨੇ ਸਿੱਖ ਫੌਜਾਂ ਨਾਲ ਨੇ, ਜਦੋਂ ਮਹਾਰਾਜ ਕਿਲ੍ਹੇ ਵੜਨ ਤੋਂ ਪਹਿਲਾਂ ਇੱਕ ਪੰਡਿਤ ਮਿਲਿਆ ਸੀ ਜਿਹਨੇ ਬੇਨਤੀ ਕੀਤੀ ਸੀ, ਮਹਾਰਾਜ ਜਿਹੜਾ ਇੱਥੇ ਦਿਓ ਆ ਉਹ ਬਹੁਤ ਭਾਰੀ ਦਿਓ ਰਹਿ ਰਿਹਾ, ਅਤੇ ਮਹਾਰਾਜ ਉਹ ਇਸ ਇਲਾਕੇ ਵਿੱਚ ਬੜਾ ਨੁਕਸਾਨ ਕਰਦਾ, ਆਪ ਜੀ ਉਹਦਾ ਭਲਾ ਤਾਂ ਕਰੋ ਪਰ ਸਾਡੀ ਬੇਨਤੀ ਹੈ ਉਹ ਤੋਂ ਪਹਿਲਾਂ ਆਪ ਜੀ ਹਾਥੀ ਦੀ ਬਲੀ ਦੇਵੋ।
ਜਦੋਂ ਮਹਾਰਾਜ ਨੇ ਬੇਨਤੀ ਕੀਤੀ ਪਾਤਸ਼ਾਹ ਕਹਿੰਦੇ ਭਾਈ ਇੱਥੇ ਹਾਥੀ ਕਿੱਥੋਂ ਲੱਭਣਾ, ਅਤੇ ਜਦੋਂ ਫਿਰ ਕਿਹਾ ਕੋਈ ਕਾਲੇ ਰੰਗ ਦਾ ਝੋਟਾ ਹੋਵੇ ਅਤੇ ਮਹਾਰਾਜ ਤੁਸੀਂ ਉਹਦੀ ਬਲੀ ਦਿਓ। ਜਦੋਂ ਕਿਸੇ ਕੋਈ ਬੇਨਤੀ ਕਰਦਾ ਸਤਿਗੁਰ ਸਭ ਨੂੰ ਖੁਸ਼ ਰੱਖਦੇ ਆ, ਮਹਾਰਾਜ ਸਭ ਦਾ ਹੀ ਭਲਾ ਕਰਦੇ। ਜਦੋਂ ਫਿਰ ਮਹਾਰਾਜ ਨੂੰ ਕੀਤੀ ਬੇਨਤੀ, ਪਾਤਸ਼ਾਹ ਨੂੰ ਪਤਾ ਸੀਗਾ ਬੰਗਹੇਰ ਨਗਰ ਕੋਲੇ ਪੈਂਦਾ ਇੱਥੇ ਨੇੜੇ, ਅਤੇ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਹੁਕਮ ਕੀਤਾ ਜਾਓ ਭਾਈ ਬੰਗਹੇਰ ਨਗਰ ਵਿੱਚ ਜਾਓ, ਜਾ ਕੇ ਉੱਥੇ ਭਾਈ ਇੱਕ ਝੋਟਾ ਹੈਗਾ ਜਿਹੜਾ ਬਹੁਤ ਨੁਕਸਾਨ ਕਰਦਾ ਨਗਰ ਦਾ ਅਤੇ ਇਲਾਕੇ ਦਾ, ਮਾਰਦਾ ਵੀ ਬਹੁਤ ਆ ਅਤੇ ਫਸਲਾਂ ਵੀ ਉਜਾੜਦਾ, ਜਾਓ ਤੁਸੀਂ ਉਹਨੂੰ ਲੈ ਕੇ ਆਓ। ਪਾਤਸ਼ਾਹ ਸਾਰਾ ਕੁਝ ਜਾਣਦੇ ਆ ਅੰਦਰਲੀ ਕੀ ਖੇਡ ਆ, ਇਹਦਾ ਕਿਵੇਂ ਭਲਾ ਕਰਨਾ। ਮਹਾਰਾਜ ਨੇ ਬੰਗਹੇਰ ਨਗਰ ਵਿੱਚ ਸਿੱਖਾਂ ਨੂੰ ਭੇਜਿਆ, ਜਦੋਂ ਨੌਜਵਾਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਮਜ਼ਾਕ ਕਰਕੇ ਇਸ਼ਾਰਾ ਕਰ ਦਿੱਤਾ ਵੀ ਉਹ ਖੜ੍ਹਾ ਉਸ ਸਮੇਂ ਬੇਰੀਆਂ ਦੀ ਝਾੜ ਵਿੱਚ ਖੜ੍ਹਾ ਸੀ ਅਤੇ ਖਹਿ ਰਿਹਾ ਸੀ ਟਾਣਿਆਂ ਦੇ ਨਾਲ, ਅਤੇ ਜਿਸ ਸਮੇਂ ਸਿੱਖ ਪਹੁੰਚੇ ਨੇ ਕੋਲੇ ਅਤੇ ਜਾ ਕੇ ਇੱਧਰੋਂ ਇਹ ਜਿਹੜੇ ਨੌਜਵਾਨ ਖੜ੍ਹੇ ਨੇ ਮਸ਼ਕਰੀ ਕਰ ਰਹੇ ਨੇ ਕਿ ਇਹ ਜਿਹੜੇ ਆਏ ਨੇ ਗੁਰੂ ਦੇ ਖਾਲਸੇ ਹੁਣ ਇਹਨਾਂ ਨੂੰ ਮਾਰੂਗਾ ਅਤੇ ਇਹ ਅੱਗੇ ਭੱਜਣਗੇ ਅਤੇ ਆਪਾਂ ਦੇਖ ਕੇ ਅਤੇ ਮਜ਼ਾਕ ਕਰਾਂਗੇ। ਪਰ ਸਿੰਘ ਕੋਲੇ ਪਹੁੰਚੇ ਨੇ, ਮਹਾਰਾਜ ਦਾ ਹੁਕਮ ਲੈ ਕੇ ਗਏ ਸਨ ਅਤੇ ਜਾਣ ਸਾਰ ਉਹ ਜਿਹੜਾ ਝੋਟਾ ਖੜ੍ਹਾ ਸੀ ਅਤੇ ਕੰਨ ਵਿੱਚ ਕਿਹਾ ਕਿ ਕਲਗੀਧਰ ਪਾਤਸ਼ਾਹ ਨੇ ਭੇਜਿਆ ਤੈਨੂੰ ਬੁਲਾਇਆ ਵੀ ਚੱਲ ਸਾਡੇ ਨਾਲ, ਅਤੇ ਸਿੱਖ ਤੁਰੇ ਸਨ ਅਤੇ ਪਿੱਛੇ ਪਿੱਛੇ ਉਹ ਤੁਰੇ ਆਇਆ ਅਤੇ ਤੁਰਦਾ ਹੋਇਆ ਜਦੋਂ ਪਹੁੰਚਿਆ ਕਿਲ੍ਹੇ ਦੇ ਕੋਲੇ ਅਤੇ ਪਾਤਸ਼ਾਹ ਤੁਰੇ ਨੇ ਮਗਰ ਇਹ ਵੀ ਆਇਆ। ਉਸ ਸਮੇਂ ਮਹਾਰਾਜ ਨੇ ਬਚਨ ਕੀਤਾ ਸੀ ਭਾਈ ਇੱਕ ਕੋਈ ਗੁਰਮੁਖ ਪਿਆਰਾ ਉੱਠੋ ਜਿਹੜਾ ਇਹਦੇ ਇੱਕ ਵਾਰ 'ਚ ਇਹਦੀ ਬਲੀ ਦੇਵੇ, ਅਤੇ ਆਪ ਜੀ ਜਾਣਦੇ ਹੋ ਸਿੱਖ ਭਾਈ ਮਲਿਆਗਰ ਸਿੰਘ ਜਿਹੜਾ ਸਿੱਖ ਸਮਾਂ ਬਣਿਆ ਸੀ ਗਰੀਬ ਸਿੱਖ ਦੇ ਘਰੇ ਗਿਆ ਸੀ ਪਰ ਉਹਦੀ ਚੜ੍ਹਦੀ ਕਲਾ ਦੀ ਫਿਰ ਅਰਦਾਸ ਕਰਕੇ ਆਇਆ ਸੀ। ਖਾਦੇ ਪੀਲੂ ਸਨ ਪਰ ਗੁਣ ਗਾਏ ਸਨ ਅਤੇ ਆਪ ਜੀ ਨੇ ਉਸ ਸਮੇਂ ਬਚਨ ਸੁਣੇ ਸਨ ਸਤੀ ਦੇ ਸੰਤੋਖੀ ਖਾਏ। ਦੇਣ ਵਾਲਾ ਵੀ ਬੜਾ ਸਤੀ ਹੈ, ਪ੍ਰੇਮ ਵਾਲਾ ਅਤੇ ਛਕਣ ਵਾਲਾ ਸੰਤੋਖ ਵਾਲਾ ਭਾਵ ਬੜੇ ਸਬਰ ਵਾਲਾ। ਅਤੇ ਜਦੋਂ ਫਿਰ ਇਹ ਬਚਨ ਹੋਏ ਅਤੇ ਭਾਈ ਮਲਿਆਗਰ ਸਿੰਘ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ ਭਾਈ ਆਪਦੀ ਤੇਗ ਦਾ ਵਾਰ ਕਰ ਅਤੇ ਤੂੰ ਇਹਦੀ ਬਲੀ ਦੇ ਦੇ। ਆਪ ਜੀ ਨੇ ਸਰਵਣ ਕੀਤਾ ਸੀ ਫਿਰ ਬਲੀ ਦਿੱਤੀ ਅਤੇ ਜਿਸ ਸਮੇਂ ਬਲੀ ਦੇ ਦਿੱਤੀ ਅਤੇ ਮਹਾਰਾਜ ਨੇ ਕਿਹਾ ਸੀ ਕਿ ਭਾਈ ਉੱਠੋ ਇੱਕ ਸਿੱਖ ਇਕੱਲਾ ਸਿੱਖ ਹੋਵੇ ਜਿਹੜਾ ਚੱਕ ਕੇ ਝੋਟੇ ਨੂੰ ਅਤੇ ਥੱਲੇ ਸਿੱਟ ਦੇਵੇ ਕਿਲ੍ਹੇ ਤੋਂ। ਅਤੇ ਉਸ ਸਮੇਂ ਸਾਰੇ ਚੁੱਪ ਕਰ ਗਏ ਸਨ। ਭਾਈ ਗੋਦੜੀਆ ਉੱਠਿਆ ਸੀਗਾ, ਉਹ ਸਿੱਖ ਆ ਜਿਹੜਾ ਬਹੁਤ ਜਪੀ ਤਪੀ ਸੀ ਬੰਦਗੀ ਵਾਲਾ, ਅਤੇ ਮਹਾਰਾਜ ਨੇ ਇਹਦੇ ਪ੍ਰਥਾ ਇਹ ਵੀ ਬਚਨ ਕਹੇ ਸਨ। ਆਪ ਜੀ ਨੇ ਪਿਛਲੇ ਦਿਨ ਇਤਿਹਾਸ ਦੀ ਕਥਾ ਵਿੱਚ ਸਰਵਣ ਕੀਤਾ ਸੀ ਕਿ ਭਾਈ ਗੋਦੜੀਆ ਐਡਾ ਸਾਧੂ ਸੰਤ ਹੈ, ਇਹ ਚਾਹੇ ਤਾਂ ਇਕੱਲਾ ਹੀ ਪੂਰੇ ਦੇਸ਼ ਨੂੰ ਪਾਪਾਂ ਤੋਂ ਮੁਕਤ ਕਰ ਸਕਦਾ, ਇਹ ਚਾਹੇ ਤਾਂ ਪੂਰੇ ਦੇਸ਼ ਨੂੰ ਇਕੱਲਾ ਹੀ ਪਵਿੱਤਰ ਕਰ ਸਕਦਾ, ਭਾਈ ਗੋਦੜੀਏ ਦੀ ਇੰਨੀ ਬੰਦਗੀ ਹੈ। ਆਪ ਜੀ ਨੇ ਆਪ ਮਹਾਰਾਜ ਦੇ ਬਚਨ ਸੁਣੇ ਸਨ ਪਰ ਅੱਜ ਕਰੀਏ ਕਿ ਦੁਖਾਂਤ ਹੈ, ਪੰਥ ਅਭਿਆਸ ਨਹੀਂ ਕਰਦਾ ਅਤੇ ਜਿਹੜੇ ਫੇਸਬੁੱਕ ਆਹ ਜਿਹੜੇ ਇੰਟਰਨੈੱਟ ਦੇ ਸਿੱਖ ਬਣਨ ਕਰਕੇ ਬੰਦਗੀ ਨਾ ਹੋਣ ਕਰਕੇ ਅਤੇ ਬੰਦਗੀ ਵਾਲਿਆਂ 'ਤੇ ਸ਼ੰਕੇ ਕਰਦੇ ਨੇ, ਕਿਉਂ ਜਿਹੜੇ ਸਾਧ ਸੰਗਤ ਬੰਦਗੀ ਵਾਲਿਆਂ ਦੀ ਜਿਹੜੀ ਖੇਡ ਹੈ ਉਹ ਬਹੁਤ ਵੱਡੀ ਆ। ਬੰਦਗੀ ਵਾਲੇ ਚਾਹੁਣ ਤਾਂ ਕੀ ਤੋਂ ਕੀ ਨਹੀਂ ਭਲਾ ਕਰ ਸਕਦੇ। ਸਮਾਂ ਬਣਿਆ ਧੰਨ ਬਾਬਾ ਆਨੰਦ ਸਿੰਘ ਜੀ
ਨਾਨਕ ਸਰ ਸਜੇ ਸਨ, ਬੇਨਤੀ ਬੱਚਿਆਂ ਨੂੰ ਥੋੜ੍ਹਾ ਆਪ ਜੀ ਕਿਰਪਾ ਕਰਕੇ ਥੋੜ੍ਹਾ ਰੱਖੋ ਸ਼ਾਂਤੀ ਵਾਲਾ ਮਾਹੌਲ, ਅਤੇ ਆਪਾਂ ਮਹਾਰਾਜ ਦੀ ਵਡਿਆਈ ਜਿਹੜੀ ਪ੍ਰੇਮ ਦੇ ਨਾਲ ਹੋ ਸਕੇ। ਅਤੇ ਇੱਕ ਬੜੇ ਗੁਰਮੁਖ ਪਿਆਰੇ ਰਾਗੀ ਸਿੰਘ ਆਏ, ਜਿਨ੍ਹਾਂ ਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਜਾਵੇ, ਮੈਂ ਵੀ ਕੀਰਤਨ ਦੀ ਸੇਵਾ ਕਰਨੀ ਚਾਹੁੰਦਾ। ਜਦੋਂ ਸੇਵਾ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਆਨੰਦ ਸਿੰਘ ਜੀ, ਆਪ ਜੀ ਨੂੰ ਪਤਾ ਹੀ ਆ, ਪਹਿਲਾਂ ਹੀ ਕੀਰਤਨ ਦੇ ਬਹੁਤ ਆਸ਼ਕ ਸਨ। ਕੀਰਤਨ ਪਿੱਛੇ ਕੀਰਤਨੀਆਂ ਦੇ ਅੱਗੇ ਆਪਦਾ ਹਜ਼ੂਰੀਆ ਤੱਕ ਵਿਛਾ ਦਿਆ ਕਰਦੇ, ਹੱਥ ਵੀ ਬੰਨ ਲਿਆ ਕਰਦੇ। ਅਤੇ ਆਪ ਜੀ ਨੇ ਸੁਣਿਆ ਬੇਅੰਤ ਬਚਨ ਜਦੋਂ ਮਹਾਂਪੁਰਸ਼ ਦਿੱਲੀ ਵਾਲਿਆਂ ਨੂੰ, ਕਿਵੇਂ ਸੰਤ ਸੁਜਾਨ ਸਿੰਘ ਨੂੰ ਬੇਨਤੀ ਕਰ ਕਰਕੇ ਰੋਕ ਲਿਆ ਕਰਦੇ। ਜਦੋਂ ਉਹਨੇ ਦੱਸਿਆ ਗੁਰਮੁਖ ਪਿਆਰੇ ਨੇ ਕੀਰਤਨੀ ਆ, ਮੈਂ ਕੀਰਤਨ ਕਰਨਾ ਚਾਹੁੰਦਾ, ਅਤੇ ਬਾਬਾ ਆਨੰਦ ਸਿੰਘ ਨੇ ਉਸੇ ਸਮੇਂ ਬਚਨ ਕੀਤਾ, ਭਾਈ ਕਰੋ ਕੀਰਤਨ। ਆਪ ਬੈਠ ਕੇ ਉੱਥੇ ਜਿਹੜਾ ਟੋਆ, ਆਪ ਜੀ ਨੂੰ ਪਤਾ ਸੰਗਤ ਤੋਂ ਨੀਵਾਂ ਕਰਕੇ ਬਹਿੰਦੇ ਸਨ, ਅਤੇ ਉੱਥੇ ਬੈਠੇ ਅਤੇ ਕੀਰਤਨੀਆਂ ਨੇ ਬਹੁਤ ਪ੍ਰੇਮ ਨਾਲ ਸ਼ਬਦ ਪੜਿਆ, ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕੋਹੋਂ ਫਿਰਤ ਤਿਸਾਈ। ਮੈਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਤਰਸਦੀ ਫਿਰਦੀ ਹਾਂ, ਮੈਂ ਲੱਭਦੀ ਫਿਰਦੀ ਹਾਂ। ਜਦੋਂ ਇਹ ਬਹੁਤ ਪ੍ਰੇਮ ਅਤੇ ਵਿਰਾਗ ਨਾਲ ਸ਼ਬਦ ਪੜਿਆ ਕੀਰਤਨੀਆਂ ਨੇ, ਅਤੇ ਧੰਨ ਬਾਬਾ ਆਨੰਦ ਸਿੰਘ ਜੀ ਬਹੁਤ ਵਿਰਾਗ ਵਿੱਚ ਚਲੇ ਗਏ। ਕੀਰਤਨ ਬਹੁਤ ਵਿਰਾਗ ਵਿੱਚ ਸੁਣਿਆ, ਅਤੇ ਸੁਣਦੇ ਹੀ ਬਾਬਾ ਜੀ ਉੱਠੇ ਅਤੇ ਭੋਰਾ ਸਾਹਿਬ 'ਚ ਚਲੇ ਗਏ। ਅਤੇ ਜਾਂਦੇ ਜਾਂਦੇ ਗੁਰਮੁਖਾਂ ਨੂੰ ਕਹਿ ਗਏ, ਇੱਕ ਭਗਤ ਹੁੰਦਾ ਸੀਗਾ ਭਗਵਾਨ ਦਾਸ, ਉਹ ਵੀ ਬੜਾ ਨੇੜੇ ਹੋ ਕੇ ਸੇਵਾ ਕਰਦੇ ਆ। ਅਤੇ ਬਾਬਾ ਜੀ ਜਾਂਦੇ ਜਾਂਦੇ ਬਚਨ ਕਰਕੇ ਗਏ, ਭਾਈ ਜਦੋਂ ਕੀਰਤਨੀਆਂ ਜਦੋਂ ਕੀਰਤਨ ਤੋਂ ਫਿਰ ਵਿਹਲੇ ਹੋਣ, ਬਾਜੇ ਸਾਹਮਣੇ, ਅਤੇ ਤੁਸੀਂ ਭਾਈ ਇਹਨਾਂ ਨੂੰ ਜਲ ਪਾਣੀ ਛਕਾਉਣਾ ਅਤੇ ਸੇਵਾ ਕਰਨੀ। ਅਤੇ ਕੁਛ ਸਮਾਂ ਪਿਆ ਜਦੋਂ ਫਿਰ ਬਾਬਾ ਆਨੰਦ ਸਿੰਘ ਜੀ ਬੰਦਗੀ ਵਿੱਚ ਬੈਠ ਕੇ ਬਹੁਤ ਵਿਰਾਗ ਵਿੱਚ ਸਨ, ਸਮਾਂ ਕੁਛ ਬੀਤਦਾ ਰਿਹਾ। ਅਤੇ ਜਦੋਂ ਸਮਾਂ ਬਤੀਤ ਹੋਇਆ ਤਾਂ ਇੱਕਦਮ ਹੀ ਬਾਬਾ ਆਨੰਦ ਸਿੰਘ ਜੀ ਭੋਰੇ 'ਚੋਂ ਭੱਜ ਕੇ ਬਾਹਰ ਆਏ, ਹੱਥ ਵਿੱਚ ਸੋਟੀ ਫੜੀ ਹੋਈ ਹੈ, ਭੱਜੇ ਆਏ ਛੇੜਣੇ। ਅਤੇ ਜਾਂਦੇ ਜਾਂਦੇ ਕੁਟੀਆ ਦੇ ਪਿਛਲੇ ਪਾਸੇ ਨੂੰ ਚਲੇ ਗਏ, ਦੇਖ ਕੇ ਬਹਿੰਗਮ ਵੀ ਮਗਰ ਭੱਜੇ ਨੇ। ਅਤੇ ਜਦੋਂ ਭੱਜੇ ਤਾਂ ਉੱਥੇ ਚਲੇ ਗਏ ਜਿੱਥੇ ਭਗਵਾਨ ਦਾਸ ਜੀ ਨੂੰ ਭਗਤ ਵੀ ਕਹਿੰਦੇ ਸਨ, ਉਹ ਲੰਮਾ ਪਿਆ ਸੀ। ਬਾਬਾ ਜੀ ਨੇ ਪੈਰ ਲਾ ਕੇ ਆਖਿਆ ਵੀ ਉੱਠ ਬਈ, ਤੇਰਾ ਹਿਸਾਬ ਹੋਣ ਲੱਗਿਆ। ਅਤੇ ਜਦੋਂ ਉਠਾਇਆ ਤਾਂ ਦੇਖਿਆ ਕਿ ਇੱਕ ਸੱਪ ਭੱਜਿਆ ਆ ਰਿਹਾ ਉਹਨਾਂ ਵਾਲੇ ਪਾਸੇ ਨੂੰ, ਭਗਵਾਨ ਦਾਸ ਜੀ ਵਾਲੇ ਪਾਸੇ। ਅਤੇ ਜਦੋਂ ਆਇਆ ਕੋਲ ਨੂੰ ਤਾਂ ਬਾਬਾ ਜੀ ਨੇ ਸੋਟੀ ਹਿਲਾ ਦਿੱਤੀ ਉਹਨੂੰ ਵੀ ਚੱਲ ਪਿੱਛੇ। ਅਤੇ ਸਾਧ ਸੰਗਤ ਨਾਲ ਦੇ ਖੜ੍ਹੇ ਜਿਹੜੇ ਸੰਗੀ ਸਨ, ਉਹਨਾਂ ਨੇ ਇਹ ਗੱਲਾਂ ਸੁਣੀਆਂ ਨੇ ਕਿ ਉਹ ਜਿਹੜਾ ਸੱਪ ਆ ਮਨੁੱਖ ਵਾਂਗੂ ਬੋਲਿਆ, ਮਨੁੱਖ ਵਾਂਗੂ ਬੋਲ ਕੇ ਕਹਿੰਦਾ ਜੀ ਤੁਸੀਂ, ਮੈਂ ਇਹ ਤੋਂ ਹਿਸਾਬ ਕਿਤਾਬ ਲੈਣਾ, ਮੇਰਾ ਇਹ ਨਾ ਹਿਸਾਬ ਹੈ। ਬਾਬਾ ਜੀ ਕਹਿੰਦੇ ਨਹੀਂ ਭਾਈ, ਤੂੰ ਕੋਈ ਹਿਸਾਬ ਨਹੀਂ ਲੈ ਸਕਦਾ। ਅਤੇ ਉਹਨੇ ਅੱਗੋਂ ਆਖਿਆ ਨਹੀਂ ਬਾਬਾ ਜੀ, ਇਹਨੂੰ ਇਹ ਕਿਹੜਾ ਆਪ ਜੀ ਨੂੰ ਕੋਈ ਪ੍ਰੇਮ ਕਰਦਾ, ਜਾਂ ਇਹ ਕਿਹੜਾ ਐਡਾ ਕੋਈ ਨੇਮੀ ਅਤੇ ਹੈਗਾ ਪ੍ਰੇਮੀ ਆ। ਉਸ ਸਮੇਂ ਮਹਾਂਪੁਰਸ਼ਾਂ ਨੇ ਬਚਨ ਕੀਤੇ, ਕਹਿੰਦਾ ਜਿਹੜਾ ਇਸ ਚਾਰ ਦੁਆਰੀ ਦੇ ਅੰਦਰ ਆ ਜਾਂਦਾ, ਜਿਹੜਾ ਇਸ ਸਥਾਨ 'ਤੇ ਨਾਨਕਸਰ ਪਹੁੰਚ ਗਿਆ, ਉਹਦਾ ਸਾਰਾ ਹਿਸਾਬ ਕਿਤਾਬ ਨਿਬੜ ਜਾਂਦਾ, ਉਹਦਾ ਲੇਖਾ ਰਹਿੰਦਾ ਨਹੀਂ। ਭਾਈ ਕਹਿੰਦਾ ਇਹਦਾ ਲੇਖਾ ਨਿਬੜ ਗਿਆ, ਬਚਨ ਕੀਤਾ। ਅਤੇ ਅੱਗੋਂ ਇਹ ਵੀ ਅਗਲ ਭਵਿੱਖ ਦਾ ਬਚਨ ਕਰ ਦਿੱਤਾ ਕਿ ਜੀਵਨ ਵਿੱਚ ਰਹਿੰਦੇ ਜੀਵਨ ਵਿੱਚ ਕਿਤੇ ਵੀ ਇਸ ਸਥਾਨ 'ਤੇ ਕਿਸੇ ਨੂੰ ਸੱਪ ਲੜ ਕੇ ਨਹੀਂ ਮਰੂਗਾ, ਕੋਈ ਵੀ ਆ ਕੇ ਸੱਪ ਠੂਹਾਂ ਕੋਈ ਆ ਕੇ ਹਿਸਾਬ ਨਹੀਂ ਲਊਗਾ ਇਸ ਸਥਾਨ 'ਤੇ। ਇੱਥੇ ਆਇਆ ਹਰੇਕ ਸੰਗੀ ਦਾ ਪਾਉਣ ਦੀ ਕਿਸੇ ਮਨ ਨਾ ਵੀ ਆਵੇ, ਉਹਦਾ ਹਿਸਾਬ ਕਿਤਾਬ ਮੁੱਕ ਜਾਂਦਾ। ਕਿਤੇ ਸਾਧੂ ਨੇ ਇਹ ਵੀ ਬਚਨ ਕੀਤੇ ਕਿ ਜੇ ਕੋਈ ਪੰਛੀ ਉੱਡ ਕੇ ਵੀ ਉੱਪਰ ਦੀ ਲੰਘ ਜਾਊਗਾ ਨਾਨਕਸਰ ਦੇ, ਉਹਦਾ ਵੀ ਹਿਸਾਬ ਕਿਤਾਬ ਮੁੱਕ ਜਾਊਗਾ, ਉਹਦਾ ਵੀ ਹਿਸਾਬ ਕਿਤਾਬ ਨਿਬੜਿਆ ਹੋਇਆ।
ਤੇ ਫਿਰ ਇੱਕ ਵਾਰ ਇਹ ਵੀ ਹੋਇਆ, ਸਾਧ ਸੰਗਤ ਸਮਾਂ ਬਣਿਆ, ਕੋਈ ਸੰਗੀ ਆਇਆ ਤੇ ਢਿੱਲਾ ਹੋ ਗਿਆ ਤੇ ਚੜਾਈ ਕਰ ਗਏ ਤੇ ਬਾਬਾ ਜੀ ਨੇ ਕਹਿੰਦੇ ਬਾਬਾ ਜੀ ਨੇ ਉਸ ਸਮੇਂ ਫਿਰ ਬਚਨ ਕੀਤਾ ਬਈ ਇਹਨੂੰ ਕੋਈ ਨਹੀਂ ਲੈ ਕੇ ਜਾ ਸਕਦਾ, ਇਹਨੂੰ ਦੁਬਾਰਾ ਮੋੜੋ ਭਾਈ, ਇੱਥੇ ਕੱਲ ਨੂੰ ਕਹਿਣਗੇ ਕਿ ਗਿਆ ਨਾਨਕਸਰ ਸੀ ਤੇ ਸਰੀਰ ਛੱਡ ਗਿਆ, ਬਈ ਵਾਪਸ ਮੋੜੋ ਇਹਨੂੰ। ਤੇ ਦੇਖਦਿਆਂ ਉਹ ਸੰਗੀ ਵੀ ਦੇਖਦਿਆਂ ਜਿਉਂਦਾ ਹੋਇਆ ਸੀ। ਅਰਦਾਸ ਨੂੰ ਸਰੀ ਉੱਥੇ ਮਿਲੇ ਗੁਰਮੁਖ ਪਿਆਰੇ, ਬੜੇ ਪ੍ਰੇਮ ਵਾਲੇ ਸਨ। ਡਾਕਟਰ ਸਾਹਿਬ ਹੋਣਾ ਨੇ ਅੱਗੇ ਭੇਜਿਆ ਸੀ, ਹੰਸਰਾ ਸਾਹਿਬ ਹੋਣਾ ਨੇ ਆ ਕੇ ਮਿਲੇ ਸਨ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ ਦਾਦਾ ਜੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼ਾਂ ਦੇ ਬੇਅੰਤ ਨਾਲ ਰਹਿ ਕੇ ਸੇਵਾ ਕਰਿਆ ਕਰਦੇ, ਸੇਵਾ ਬਹੁਤ ਕਰਨੀ। ਤੇ ਇੱਕ ਦਿਨ ਖੁਸ਼ ਹੋ ਕੇ ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ ਵੀ ਪਿਆਰਿਆ ਮੰਗ ਕੀ ਮੰਗਦਾ, ਤੇ ਕਿਹਾ ਜੀ ਆਪ ਜੀ ਪ੍ਰੇਮ ਨਾਲ ਬਾਣੀ ਪੜ੍ਹਾ ਲੈਣੇ, ਸਭ ਕੁਝ ਠੀਕ ਹੈ, ਬਸ ਇਉਂ ਜੀ ਅੱਗਾ ਸਾਂਭ ਲਿਓ, ਭਾਵ ਜਦੋਂ ਜਾਣਾ ਤੇ ਕਿਤੇ ਹੋਰ ਕਿਤੇ ਕੁਰਾਏ ਨਾ ਗੱਡੀ ਚੜ੍ਹ ਜਾਵੇ। ਤੇ ਉਸ ਸਮੇਂ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀਗਾ ਸਾਡੇ ਮਗਰੋਂ ਤੂੰ ਜਾਵੇਂਗਾ ਤੇ ਤੈਨੂੰ ਪਾਲਕੀ ਤੇ ਲੈਣ ਆਵਾਂਗੇ, ਤੇ ਤੈਨੂੰ ਕਾਹ ਤੇ ਲੈਣ ਆਵਾਂਗੇ, ਪਾਲਕੀ ਤੇ ਤੈਨੂੰ ਲੈਣ ਆਵਾਂਗੇ। ਇਹ ਮਹਾਂਪੁਰਸ਼ਾਂ ਨੇ ਉਸ ਸਮੇਂ ਬਚਨ ਕੀਤਾ, ਬਾਬਾ ਈਸ਼ਰ ਸਿੰਘ ਜੀ ਚੋਲਾ ਬਦਲ ਗਏ ਸਨ ਤੇ ਉਹ ਗੁਰਮੁਖ ਪਿਆਰਾ ਨੌਜਵਾਨ ਰੋ ਰੋ ਕੇ ਦੱਸ ਰਿਹਾ ਸੀ ਕਿ ਜਿੱਦਣ ਫਿਰ ਸਾਡੇ ਬਾਪੂ ਜੀ ਹੋਣਾ ਦਾ ਬਜ਼ੁਰਗਾਂ ਦਾ ਦਾਦਾ ਜੀ ਉਹਨਾਂ ਦਾ ਜਦੋਂ ਸਮਾਂ ਆਇਆ ਨਾ ਤੇ ਉਦੋਂ ਸਾਰੇ ਪਰਿਵਾਰ ਨੂੰ ਕਹਿੰਦੇ ਵੀ ਆਓ ਭੱਜ ਕੇ, ਭਾਈ ਸਾਡਾ ਵਿਵਾਨ ਆ ਗਿਆ, ਸਾਡਾ ਅਸੀਂ ਚੱਲੇ ਹਾਂ। ਤੇ ਕਹਿ ਕੇ ਤੇ ਸਾਰੇ ਪਰਿਵਾਰ ਨੂੰ ਜਿਵੇਂ ਧੰਨ ਗੁਰੂ ਨਾਨਕ ਦਾ ਉੱਥੇ ਆਵਾਜ਼ਾਂ ਦਿੰਦੇ ਨਾ ਨਾਨਕਸਰ, ਆਵਾਜ਼ਾਂ ਦਿੰਦਿਆਂ ਤੇ ਹੱਥ ਜੋੜੇ ਤੇ ਸਰੀਰ ਸਾਹਮਣੇ ਪਰਿਵਾਰ ਦੇ ਤਿਆਗ ਦਿੱਤਾ ਸੀਗਾ। ਕਹਿੰਦੇ ਵਿਵਾਨ ਉਹਨਾਂ ਨੂੰ ਦਿਸਦਾ ਸੀ, ਸਾਨੂੰ ਨਹੀਂ ਦਿਸਦਾ, ਜੇ ਦਿਸਦਾ ਹੁੰਦਾ ਤੇ ਅਸੀਂ ਉਹ ਵੀ ਦੱਸ ਦੇਣਾ ਸੀ। ਖੇਡਾਂ ਵੱਡੀਆਂ ਨੇ ਪਰ ਅੱਜ ਦੇ ਕਰੀਏ ਕੀ, ਭਗਤੀ ਹੈ ਨਹੀਂ, ਕੋਈ ਜਤ ਸਤ ਹੈ ਨਹੀਂ, ਕੋਈ ਸੁਚਮਤਾ ਹੀ ਹੈ ਨਹੀਂ, ਪਵਿੱਤਰਤਾ ਹੀ ਕੋਈ ਜੀਵਨ ਵਿੱਚ ਰਹੀ ਨਹੀਂ, ਤੇ ਮਲੇਸ਼ ਬੁੱਧੀ ਹੋਣ ਕਰਕੇ ਤੇ ਨਿੰਦਿਆ ਦੇ ਉੱਤੇ ਲੱਗੇ ਹੋਏ ਨੇ। ਤੇ ਫਿਰ ਇਉਂ ਕਰਕੇ ਮਹਾਂਪੁਰਸ਼ਾਂ ਦੇ ਬਚਨ ਹੋਏ ਅਤੇ ਆਦਿਕ ਫਿਰ ਮਹਾਰਾਜ ਨੇ ਜਦੋਂ ਫਿਰ ਉੱਥੇ ਬਲੀ ਦਵਾਈ ਹੈ ਤੇ ਬਲੀ ਦੇਣ ਤੋਂ ਬਾਅਦ ਮਹਾਰਾਜ ਕਹਿੰਦੇ ਕੋਈ ਸਿੱਖ ਆਵੇ ਕੋਈ ਇਕੱਲਾ ਹੀ ਚੱਕ ਕੇ ਸਿੜ ਦੇਵੇ। ਤੇ ਆਪ ਜੀ ਨੇ ਸਰਵਣ ਕੀਤਾ ਸੀ, ਭਾਈ ਗੋਦੜੀਏ ਨੇ ਜੱਫੀ ਪਾਈ ਸੀ ਥੱਲੇ ਡਿੱਗੇ ਪਏ ਝੋਟੇ ਨੂੰ ਤੇ ਚਲਾ ਕੇ ਕੰਧ ਉੱਤੋਂ ਥੱਲੇ ਸਿੜ ਦਿੱਤਾ ਸੀ ਕਿਲੇ ਦੇ ਤੋਂ। ਤੇ ਸਾਰੇ ਹੈਰਾਨ ਹੋ ਗਏ ਸਨ। ਕਾਣਾ ਦਿਓ ਆਇਆ ਸੀ ਚੱਲ ਕੇ ਤੇ ਆ ਕੇ ਬੇਨਤੀ ਕੀਤੀ ਸੀ, ਮਹਾਰਾਜ ਦਰਸ਼ਨ ਜੋ ਦਿੱਤੇ ਮਹਾਰਾਜ ਨੇ ਤੇ ਨਮਸਕਾਰ ਕਰਕੇ ਤੇ ਬੇਨਤੀ ਕੀਤੀ ਸੀ, ਮਹਾਰਾਜ ਮੇਰਾ ਭਲਾ ਕਰੋ, ਕਿਉਂ ਗੁਰੂ ਦੀ ਖੇਡ ਵੱਡੀ ਆ, ਜੇ ਆਪ ਜੀ ਕਦੇ ਸਮਾਂ ਲੱਗੇ ਤੇ ਸਰਵਲੋਕ ਗ੍ਰੰਥ ਪੜ੍ਹੋ, ਬੇਅੰਤ ਆਪ ਜੀ ਨੂੰ ਬਖਸ਼ਿਸ਼ਾਂ ਸਰਵਲੋਕ ਗ੍ਰੰਥ ਵਿੱਚ ਮਿਲਣਗੀਆਂ। ਪਰ ਦੁਖਾਂਤ ਤਾਂ ਸਾਡੇ ਪੰਥ ਦਾ ਪੜ੍ਹਨ ਵਿੱਚ ਮੁਸ਼ਕਲ ਆ ਤੇ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਕਹਿੰਦੇ ਵੀ ਕਿੱਥੇ ਮਿਹਨਤ ਕਰਾਂਗੇ, ਕੌਣ ਸਿੰਥਿਆ ਲਊਗਾ, ਕੌਣ ਉਹਦੇ ਇੰਨੇ ਮਹਿੰਗੇ ਅਰਥ ਵਾਚੂਗਾ। ਤੇ ਸਾਰਿਆਂ ਨੂੰ ਸੌਖਾ ਹੀ ਕੰਮ ਇਹ ਹੈ ਵੀ ਖੱਬੇ ਹੱਥ ਸੱਜੇ ਨੂੰ ਲਿਆਓ ਤੇ ਸੱਜੋਂ ਤਾਂ ਚੱਕ ਕੇ ਤੇ ਖੱਬੇ ਲਿਆਓ, ਕਾਂਟਾ ਹੀ ਲਾ ਦਿਓ ਹਰੇਕ ਗੱਲ 'ਤੇ, ਬਸ ਕਹਿ ਦਿਓ ਇਹ ਵੀ ਨਹੀਂ ਠੀਕ ਨਹੀਂ, ਸੌਖਾ ਸੌਖਾ ਚਾਹੁੰਦੇ ਹਾਂ। ਤੇ ਫਿਰ ਸੌਖੇ ਤਾਂ ਫਿਰ ਸਿੰਘਾਂ ਵਾਲੇ ਕੋਲ ਜਾਊਂਗੇ, ਔਖੇ ਹੋ ਕੇ ਤੇ ਮਾਰੇ ਕੋਲ ਪਹੁੰਚ ਸਕਦੇ। ਤੇ ਇਹ ਜਦੋਂ ਫਿਰ ਉੱਥੇ ਸਾਧ ਸੰਗਤ ਫਿਰ ਬੀਰਜਨਾਥ ਇੱਕ ਦੈਂਤ ਹੋਇਆ ਉਹਦਾ ਜ਼ਿਕਰ ਆਉਂਦਾ, ਕਲਗੀ ਤਰਪਾਸ਼ਾ ਉਹਦਾ ਜ਼ਿਕਰ ਕਰਦੇ ਨੇ ਸਰਵਲੋਕ ਗ੍ਰੰਥ ਵਿੱਚ। ਜਦੋਂ ਉਹ ਵੀ ਦੈਂਤ ਰੱਬ ਦੇ ਅੱਗੇ ਹੋ ਗਿਆ, ਸਾਧ ਸੰਗਤ ਇੱਕ ਵਾਰ ਸਮਾਂ ਬਣਿਆ ਤੇ ਜਦੋਂ ਸਾਹਮਣੇ ਆਇਆ ਰੱਬ ਦੇ ਸਨਮੁਖ ਹੋਇਆ ਤੇ ਰੱਬ ਕਹਿੰਦਾ ਬਈ ਕੀ ਕਰਨਾ, ਬਈ ਭਗਤੀ ਤੂੰ ਕੀਤੀ ਨਹੀਂ। ਤੇ ਅੱਗੋਂ ਕਹਿੰਦਾ ਕਹਿੰਦੇ ਜੇ ਭਗਤੀ ਕਰਾਉਣੀ ਸੀ ਤੇ ਮੈਨੂੰ ਚੰਗੇ ਕਾਲਜ 'ਚ ਜਨਮ ਦਵਾਉਂਦਾ, ਚੰਗੇ ਖਾਨਦਾਨ 'ਚ ਜਨਮ ਦਵਾਉਂਦਾ, ਮਾਂ ਪਿਓ ਮੇਰੇ ਭਗਤੀ ਵਾਲੇ ਹੁੰਦੇ ਤੇ ਮੈਂ ਭਗਤੀ ਕਰ ਲੈਂਦਾ। ਤੇ ਫਿਰ ਕਹਿੰਦੇ
ਕਹਿੰਦੇ ਜੇ ਤੂੰ ਭਗਤੀ ਕਰ ਲੈਂਦਾ ਤੇ ਮੇਰੇ ਦਰਸ਼ਨ ਕਰ ਲੈਂਦਾ। ਤੇ ਕਹਿੰਦੇ ਗੱਲ ਸੁਣ, ਵੀ ਉਸ ਸਮੇਂ ਉਹ ਸਾਰਾ ਸਾਧ ਸੰਗਤ ਪ੍ਰਸੰਗ ਆਉਂਦਾ। ਬੀਰਜਨਾਥ ਫਿਰ ਜਦੋਂ ਕਹਿੰਦਾ ਅੱਗੋਂ, ਕਹਿੰਦੇ ਦਰਸ਼ਨ ਤਾਂ ਮੈਂ ਤੁਹਾਡੇ ਹੁਣ ਵੀ ਕਰੀ ਜਾਂਦਾ। ਕਹਿੰਦੇ ਜੇ ਮੈਂ ਭਗਤੀ ਕਰਦਾ ਹੁੰਦਾ ਰੱਬਾ ਤੂੰ ਮੈਨੂੰ ਜ਼ਿਆਦਾ ਤੰਗ ਕਰਨਾ ਸੀ। ਕਹਿੰਦੇ ਤੂੰ ਆਪਦੇ ਭਗਤੀ ਵਾਲਿਆਂ ਨੇ ਕੀ ਕਰਦਾ, ਵਿਚਾਰੇ ਸਾਰਾ ਸਾਰਾ ਦਿਨ ਰਾਤ ਜਾਗਦੇ ਆ, ਕਿੰਨਾ ਕਿੰਨਾ ਉਹ ਤਪ ਕਰਦੇ ਆ, ਕਿੰਨਾ ਕਿੰਨਾ ਅਭਿਆਸ ਕਰਦੇ ਆ, ਫਿਰ ਤੂੰ ਥੋੜ੍ਹੀ ਝਾਤੀ ਜੀ ਦੇ ਜਾਂਦਾ ਅਤੇ ਫਿਰ ਲੁਕ ਜਾਂਦਾ। ਉਹ ਲੱਭਦੇ ਰਹਿੰਦੇ ਆ, ਸਾਰਾ ਜੀਵਨ ਲੱਭਦੇ ਰਹਿੰਦੇ ਆ ਅਤੇ ਤੈਨੂੰ ਫਿਰ ਵਿਚਾਰੇ ਰੋਂਦੇ ਰਹਿੰਦੇ ਆ। ਫਿਰ ਮੇਰੇ ਤਾਂ ਕਰਮ ਉਹਨਾਂ ਤੋਂ ਚੰਗੇ ਨੇ, ਭਗਤੀ ਕੀਤੀ ਨਹੀਂ ਅਤੇ ਤੂੰ ਮੇਰੇ ਅੱਗੇ ਆ। ਕਹਿੰਦੇ ਫਿਰ ਤੂੰ ਮੈਨੂੰ ਜੰਗ ਕਰ। ਕਹਿੰਦੇ ਮੈਂ ਤਾਂ ਤਿਆਰ ਹੀ ਹਾਂ। ਕਹਿੰਦੇ ਮੈਂ ਤੈਨੂੰ, ਰੱਬ ਕਹਿੰਦਾ ਤੈਨੂੰ ਮੈਂ ਮਾਰ ਦਿਉਂਗਾ। ਕਹਿੰਦਾ ਫਿਰ ਤਾਂ ਇਹ ਵੀ ਮੇਰਾ ਭਲਾ। ਕਹਿੰਦੇ ਜੇ ਮੈਂ ਤੇਰੇ ਹੱਥੋਂ ਮਰਦਾ, ਜਿਵੇਂ ਭਗਤੀ ਵਾਲਾ ਕਰਕੇ ਭਗਤੀ ਜੇ ਮਰਦਾ ਤਾਂ ਮੁਕਤ ਹੁੰਦਾ, ਕਹਿੰਦੇ ਜੇ ਤੇਰੇ ਤੀਰ ਨਾਲ ਮੈਂ ਮਰੂੰਗਾ ਤਾਂ ਮੈਂ ਫਿਰ ਵੀ ਮੁਕਤ ਹੋ ਰਿਹਾ। ਕਹਿੰਦੇ ਮੈਨੂੰ ਭਗਤੀ ਦੀ ਲੋੜ ਹੀ ਨਹੀਂ ਪਈ। ਅਤੇ ਕਹਿੰਦੇ ਇਹ ਵੀ ਗੱਲ, ਅਤੇ ਜੇ ਜੰਗ ਕਰਕੇ ਤਾਂ ਤੂੰ ਮੇਰੇ ਮੂਹਰੇ ਭੱਜ ਗਿਆ, ਜਾਂ ਮੈਂ ਤੈਨੂੰ ਮਾਰ ਦਿੱਤਾ ਅਤੇ ਮੈਂ ਜਾਣ ਲਊਂਗਾ ਅਤੇ ਤੂੰ ਪਖੰਡੀ ਹੈ। ਅਤੇ ਸਾਧ ਸੰਗਤ ਜੇ ਪੜ੍ਹੋ ਉਹਦੇ ਵਿੱਚ ਸਰਵਲੋ ਗ੍ਰੰਥ ਵਿੱਚ, ਅਤੇ ਫਿਰ ਉਸ ਦੈਂਤ ਦਾ ਇਉਂ ਭਲਾ ਹੋਇਆ, ਉਹ ਰਾਕਸ਼ਸ ਦਾ ਇਉਂ ਭਲਾ ਹੋਇਆ। ਰੱਬ ਜਿਵੇਂ ਵੀ ਕੋਈ ਦਰਸ਼ਨ ਦੇਵੇ, ਕਿਸੇ ਸਰੂਪ 'ਚ ਹੋਵੇ, ਭਾਵੇਂ ਉਹ ਅਪਣਾ ਲਵੇ ਅਤੇ ਭਾਵੇਂ ਦੀ ਵਿਰੋਧੀ ਬਣ ਕੇ ਵੀ ਤੀਰ ਮਾਰ ਦੇਵੇ ਅਤੇ ਉਸ ਜੀ ਦਾ ਭਲਾ ਹੋ ਜਾਂਦਾ। ਅਤੇ ਸਾਧ ਸੰਗਤ ਫਿਰ ਉਹ ਦੈਂਤ ਦਾ ਭਲਾ ਹੋਇਆ। ਜਦੋਂ ਫਿਰ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਭਲਾ ਕਰੋ, ਅਤੇ ਮਹਾਰਾਜ ਨੇ ਆਖਿਆ ਵੀ ਚੰਗਾ, ਹੁਣ ਤੂੰ ਇਉਂ ਕਰ, ਅਸੀਂ ਫਟਕਾਰ ਦਿੱਤੀ ਹੈ ਸਰਹੰਦ ਦੀ, ਉਹ ਜਿਹੜੀ ਨਗਰੀ ਆ ਜਿੱਥੇ ਸਾਡੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਉਹਨਾਂ ਦੋਸਤਾਂ ਨੇ, ਜਾ ਕੇ ਉਹ ਨਗਰੀ ਉਜਾੜ ਦੇ ਜਾ ਕੇ, ਕਿਉਂ ਆਪ ਜੀ ਨੇ ਸਰਵਣ ਕੀਤਾ ਸੀ, ਮਣਾਂ ਦੇ ਮਣ ਉਹ ਅੰਨ ਖਾਂਦਾ ਸੀਗਾ। ਜਦੋਂ ਮਹਾਰਾਜ ਨੇ ਬਚਨ ਕਰ ਦਿੱਤਾ, ਕਿਉਂ ਇਹ ਦੋ ਭਰਾ ਸਨ, ਜਿਵੇਂ ਜਿਸ ਸਮੇਂ ਗੁਰੂ ਅੰਗਦ ਦੇਵ ਸਾਹਿਬ ਨੂੰ ਮਹਾਰਾਜ ਨੇ ਬਚਨ ਕਰਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਸੋਟੀ ਦੇ ਕੇ ਭੇਜਿਆ ਸੀ ਅਤੇ ਕਿਹਾ ਸੀ ਜਿਉਂ ਤੂੰ ਹਲਾਵੇਂਗਾ ਅਤੇ ਜਿਹੜੇ ਇਹ ਦੈਂਤ ਦਿਓ ਰਹਿੰਦੇ ਨੇ ਇਸ ਨਗਰੀ ਦੇ ਵਿੱਚ, ਉਹ ਸਾਰੇ ਸੜ ਜਾਣਗੇ ਗੋਇੰਦਵਾਲ ਨਗਰੀ 'ਚ। ਸਾਰੇ ਖਾਲੀ ਕਰਵਾ ਦਿੱਤੀ ਸੀ ਇਹਨਾਂ ਦੇ ਮਾਂ ਦੇ ਕੁੱਖੋਂ, ਇਹ ਦੋਨੇ ਭਰਾ ਡਿੱਗੇ ਸਨ, ਇਹਦੇ ਕਰਚਾ ਅੱਖ 'ਚ ਲੱਗਣ ਕਰਕੇ ਕਾਣਾ ਹੋ ਗਿਆ ਅਤੇ ਜੋੜੇ ਦੂਜਾ ਭਰਾ ਜਿਹੜਾ ਡਿੱਗਿਆ ਸੀ ਉਹ ਟੁੰਡਾ ਸੀਗਾ, ਆਪ ਜੀ ਨੇ ਸਰਵਣ ਕੀਤਾ ਸੀ। ਫਿਰ ਕਿਵੇਂ ਕਿਵੇਂ ਅੱਗੇ ਮਹਾਰਾਜ ਨੇ ਇਹਨੂੰ ਫਿਰ ਉਸ ਸਮੇਂ ਤੋਰਿਆ, ਅਤੇ ਜਦੋਂ ਤੋਰਿਆ ਇਹਨੂੰ ਸਰਹੰਦ ਨੂੰ ਵੀ ਤੂੰ ਜਾ ਕੇ ਸਰਹੰਦ ਦੀਆਂ ਜੜ੍ਹਾਂ ਪੜ ਦੇ, ਜਾ ਕੇ ਸਰਹੰਦ ਵਿੱਚ ਇੰਨਾ ਅੰਨ ਖਾ। ਅਤੇ ਮਹਾਰਾਜ ਨੇ ਇਹ ਵੀ ਬਚਨ ਆਪ ਜੀ ਨੇ ਸਰਵਣ ਕੀਤਾ ਸੀ, ਜਿਸ ਸਮੇਂ ਮਹਾਰਾਜ ਨੇ ਪੁੱਛਿਆ ਸੀ ਵੀ ਤੂੰ ਖਾਨਾ ਕੀ ਆ, ਅਤੇ ਕਿਹਾ ਜਿਹੜੇ ਮਹਾਰਾਜ ਜਿਹੜੇ ਸਰੀਰ ਅਪਵਿੱਤਰ ਰਹਿੰਦੇ ਨੇ, ਜਿਹੜੇ ਇਸ਼ਨਾਨ ਪਾਣੀ ਨਹੀਂ ਕਰਦੇ, ਉਹ ਮਹਾਰਾਜ ਮੈਂ ਉਹਨਾਂ ਦੇ ਘਰਾਂ 'ਚੋਂ ਜਾ ਕੇ ਉਹਨਾਂ ਦੇ ਸਰੀਰਾਂ ਵਿੱਚੋਂ ਜਿਹੜੇ ਨਗੋਰੇ ਨੇ ਮਹਾਰਾਜ ਮੈਂ ਉੱਥੋਂ ਖਾਨਾ। ਅਤੇ ਜਦੋਂ ਫਿਰ ਮਹਾਰਾਜ ਦੇ ਬਚਨ ਸੁਣੇ ਸਨ ਅਤੇ ਸੁਣ ਕੇ ਅਤੇ ਮਹਾਰਾਜ ਨੇ ਇਹਨੂੰ ਚਾਲੇ ਪਵਾ ਦਿੱਤੇ ਸਨ, ਅਤੇ ਉਹ ਤੋਂ ਜਿਹੜੀ ਅੱਗੇ ਫਿਰ ਕਥਾ, ਮਹਾਰਾਜ ਫਿਰ ਰਾਤ ਨੂੰ ਉੱਥੇ ਰੁਕੇ ਨੇ, ਕਿਵੇਂ ਕਿਵੇਂ ਅੱਗੇ ਪ੍ਰਸੰਗ ਆਉਂਦਾ, ਆਪ ਜੀ ਬਣਾਓ ਇਕਾਗਰਤਾ ਤੇ ਕਰੋ ਸਰਵਣ ਜੀ। ਦੋਹਰਾ ਖਾਨ ਪਾਨ ਕਰ ਰਾਤ ਕੋ ਥਿਰ ਪਰਿਅੰਕ ਪਰ ਸੋਏ। ਤੇ ਰਾਤ ਨੂੰ ਜਲ ਪਾਣੀ ਛਕਿਆ, ਬਠਿੰਡੇ ਦੇ ਕਿਲੇ ਵਿੱਚ ਕਲਗੀਧਰ ਪਾਤਸ਼ਾਹ ਰੁਕੇ ਨੇ ਮਾਲਵੇ ਦੇਸ਼ ਵਿੱਚ, ਤੇ ਮਹਾਰਾਜ ਨੇ ਜਦੋਂ ਜਲ ਪਾਣੀ ਛਕ ਲਿਆ ਤੇ ਪਣਗੇ ਉੱਤੇ ਆਰਾਮ ਕੀਤਾ ਜੀ। ਉਤਰੇ ਤਰੇ ਸੋ ਦੁਰਗ ਕੇ ਹੁੱਤੇ ਵਪਾਰੀ ਕੋਏ। ਉਸੇ ਸਮੇਂ ਜਦੋਂ ਮਹਾਰਾਜ ਉੱਥੇ ਰੁਕੇ ਹੋਏ ਨੇ ਰਾਤ ਨੂੰ, ਸ਼ਾਮਾਂ ਤੋਂ ਬਾਅਦ ਇੰਨੇ ਸਮੇਂ ਦੇ ਵਿੱਚ ਇੱਕ ਵਪਾਰੀ ਲੰਘਦੇ ਨੇ ਤੇ ਦੇਖ ਕੇ ਵੱਡਾ ਕਿਲਾ ਤੇ ਉਹਦੇ ਕੋਲੇ
ਬਿਲਕੁਲ ਕੰਧ ਦੇ ਕੋਲੇ ਉਹਨਾਂ ਵਪਾਰੀਆਂ ਨੇ ਊਠਾਂ ਤੇ ਸਨ, ਬਹੁਤ ਸਮਾਨ ਲੱਦਿਆ ਹੋਇਆ ਸੀ ਤੇ ਉਹਨਾਂ ਕੋਲ ਕੁਝ ਘੋੜੇ ਅਤੇ ਆਦਿਕ ਸਨ। ਉਹਨਾਂ ਨੇ ਉੱਥੇ ਬਿਲਕੁਲ ਕਿਲੇ ਦੇ ਕੋਲੇ ਥੱਲੇ ਉਤਾਰਾ ਕੀਤਾ ਜੀ। ਚੌਪਈ ਤਿੰਨ ਸੱਸੀ ਪੁੰਨੂ ਕੋ ਗਾਇਓ, ਤੇ ਰਾਤ ਨੂੰ ਸਾਧ ਸੰਗਤ ਸਮਾਂ ਬਣਿਆ ਤੇ ਉਹਨਾਂ ਨੇ ਸੱਸੀ ਪੁੰਨੂ ਦੇ ਜਿਹੜੇ ਗੀਤ ਗਾਉਂਦੇ ਸਨ, ਸਾਧ ਸੰਗਤ ਅਲੱਗ ਅਲੱਗ ਸਮਾਂ ਸੀ, ਕੋਈ ਜੁਗਨੀ ਗਾਇਆ ਅਤੇ ਆਦਿਕ ਲੋਕ ਗਾਉਣ ਪਾਉਂਦੇ ਰਾਤ ਨੂੰ, ਰਾਤ ਨੂੰ ਟਿੱਕੀ ਰਾਤ ਨੂੰ ਗਾਉਂਦੇ ਤੇ ਲੋਕ ਜਿਹੜੇ ਮਤਲਬ ਭਾਵ ਇਹ ਕੋਈ ਗੁਰਮਤੀਆਂ ਨਹੀਂ ਗੱਲਾਂ, ਪਰ ਜਿਹੜੇ ਲੋਕਾਂ ਵਿੱਚ ਉਦੋਂ ਸਮਾਂ ਹੁੰਦਾ ਜਾਂ ਸਮਾਂ ਬਣਦਾ ਜਿਹੜੇ ਪਿੰਡਾਂ ਦੇ ਵਿੱਚ ਕੋਈ ਉਦੋਂ ਕੋਈ ਇਹੋ ਜਿਹੇ ਗਾਉਣ ਵਜਾਉਣ ਵਾਸਤੇ ਕੋਈ ਹੋਰ ਪ੍ਰਬੰਧ ਨਾ ਹੁੰਦੇ, ਕੋਈ ਥੋੜ੍ਹਾ ਬਹੁਤਾ ਸਿੱਖ ਲੈਣ ਅਤੇ ਰਲ ਕੇ ਕੋਈ ਨਾ ਕੋਈ ਐਂ ਚੀਜ਼ਾਂ ਗਾਉਣੀਆਂ, ਜਿਵੇਂ ਆਪ ਜੀ ਨੇ ਸਰਵਣ ਵੀ ਕੀਤਾ ਸੀਗਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਸ਼ ਸਜੇ ਸਨ, ਬੇਅੰਤ ਭਗਤੀ ਕਰਕੇ ਅਤੇ ਰੂਹਾਂ ਦਾ ਭਲਾ ਕਰ ਰਹੇ ਸਨ, ਅਤੇ ਉਸ ਸਮੇਂ ਵੀ ਕੋਈ ਨੌਜਵਾਨ ਨਗਰ ਦੇ ਐਂ ਗਾਇਆ ਕਰਦੇ, ਅਤੇ ਉਸ ਸਮੇਂ ਮਹਾਂਪੁਰਸ਼ ਨੇ ਕਿਹਾ ਸੀ, ਬਚਨ ਕੀਤਾ ਸੀ, ਭਾਈ ਜਾ ਸਾਡੇ ਨਾਲ ਰਲ ਜਾਓ ਅਤੇ ਜਾਂ ਭਾਈ ਸਾਨੂੰ ਆਪਣੇ ਨਾਲ ਰਲਾ ਲਓ, ਅਤੇ ਫਿਰ ਉਸ ਸਮੇਂ ਉਹ ਮਹਾਂਪੁਰਸ਼ਾਂ ਨੇ ਲਿਆ ਕੇ ਉਸ ਸਮੇਂ ਇਹੋ ਜਿਹਾ ਗਾਉਣ ਗਾਇਆ, ਇਹੋ ਜਿਹੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਧਾਰਨਾ ਗਾਈ ਅਤੇ ਨਾਮ ਨਾ ਜਪੇਂਗੀ ਜੇਬਾਂ ਮੇਰੀਏ ਤਿਲ ਤਿਲ ਕਰਕੇ ਕੱਟੀ ਜਾਏਗੀ, ਅਤੇ ਆਦਿਕ ਜਦੋਂ ਸਾਧੂ ਨੇ ਗਾਇਆ ਉਹ ਜਿਹੜੇ ਰੋਜ਼ ਦੇ ਪੀਣ ਖਾਣ ਵਾਲੇ ਸਨ ਨੌਜਵਾਨ ਨਾਲ ਰਲ ਗਏ ਅਤੇ ਰਹਿੰਦਾ ਜੀਵਨ ਫਿਰ ਮਹਾਂਪੁਰਸ਼ਾਂ ਦੇ ਕੋਲੇ ਹੀ ਰਹੇ ਅਤੇ ਜੀਵਨ ਪਲਟ ਗਿਆ। ਉੱਧਰੋਂ ਇਹ ਵੀ ਗਾ ਰਹੇ ਨੇ ਤੇ ਉਧਰੋਂ ਕਲਗੀ ਤਰਪਾਸ਼ਾ ਉੱਤੇ ਸਜੇ ਨੇ ਜੀ, ਬਾਰ ਬਾਰ ਕਰ ਰਾਗ ਬਸਾਇਓ, ਤੇ ਬੜੇ ਉੱਚੀ ਉੱਚੀ ਰਾਗ ਵਿੱਚ ਇਹ ਗਾ ਰਹੇ ਨੇ ਜੀ, ਰਾਤ ਬਿਖੈ ਰਸ ਕੋ ਬਹੁ ਕੀਨ, ਤੇ ਇਹਨਾਂ ਨੇ ਬੜੇ ਰਸ ਵਿੱਚ ਉੱਚੀ ਉੱਚੀ ਸੱਸੀ ਤੇ ਪੁੰਨੂ ਦੇ ਗੀਤ ਗਾਏ ਨੇ ਜੀ, ਫਿਰ ਭਰੇ ਅੰਕ ਸੁਣ ਗੁਰੂ ਪ੍ਰਬੀਨ, ਮਹਾਰਾਜ ਪਣਗੇ ਤੇ ਪਏ ਸੁਣ ਰਹੇ ਨੇ ਜੀ, ਨਿਰੰਕਾਰ ਲਗ ਗਾਵਤ ਰਹੇ, ਬਹੁਤ ਲੰਮਾ ਸਮਾਂ ਇਹ ਗਾਉਂਦੇ ਰਹੇ ਜੀ, ਸਭ ਨੇ ਸੁਣਿਓ ਆਛੇ ਮਨ ਲਹਿਓ, ਤੇ ਸੁਣ ਕੇ ਤੇ ਕਹਿੰਦੇ ਠੀਕ ਆ ਬਈ ਚੰਗੇ ਗਾਉਂਦੇ ਨੇ, ਆਵਾਜ਼ ਸੋਹਣੀ ਆ ਮਹਾਰਾਜ, ਉਸ ਕਰਕੇ ਸੁਣਦੇ ਰਹੇ ਨੇ ਜੀ, ਸੁਪਤ ਜਥਾ ਸੁਖ ਰਾਤ ਬਿਤਾਈ, ਤੇ ਸੁਣਦੇ ਰਹੇ ਤੇ ਰਾਤ ਬਤੀਤ ਹੋ ਗਈ ਜੀ, ਜਾਗੇ ਪ੍ਰਭੂ ਪ੍ਰਾਤ ਹੋਏ ਆਈ, ਤੇ ਅੰਮ੍ਰਿਤ ਵੇਲਾ ਹੋ ਗਿਆ ਮਹਾਰਾਜ ਜਾਗੇ ਨੇ ਤੇ ਸਜ ਗਏ ਨੇ ਜੀ, ਸੋਚ ਇਸ਼ਨਾਨ ਦੀਵਾਨ ਲਗਾਇਓ, ਇਸ਼ਨਾਨ ਪਾਣੀ ਤੋਂ ਬਾਅਦ ਬਹੁਤ ਮਹਾਰਾਜ ਨੇ ਦੀਵਾਨ ਸਜਾਇਆ ਤੇ ਹੁਣ ਸਿੰਘਾਂ ਨੂੰ ਦਰਸ਼ਨ ਦੇ ਰਹੇ ਨੇ ਤੇ ਵਚਨ ਕਰ ਰਹੇ ਨੇ ਜੀ, ਬੂਝਿਓ ਗੁਰੂ ਰਾਤ ਕਿਨ ਗਾਇਓ, ਤੇ ਮਹਾਰਾਜ ਨੇ ਪੁੱਛਣਾ ਕੀਤਾ ਭਾਈ ਰਾਤ ਕੌਣ ਆਏ ਸਨ, ਕਿਸੇ ਨੇ ਭਾਈ ਸੱਸੀ ਪੁੰਨੂ ਦੇ ਗਾਏ ਹੋਏ ਬੜੀ ਮਿੱਠੀ ਆਵਾਜ਼ਾਂ ਚ ਉੱਚੀ ਉੱਚੀ ਕੋਈ ਗਾ ਰਿਹਾ ਸੀ ਜੀ, ਸਿੰਘਨ ਕਹਿਓ ਲਾਦ ਕੋ ਲਿਆਏ, ਕਹਿੰਦੇ ਮਹਾਰਾਜ ਕੋਈ ਵਪਾਰੀ ਸਨ ਸਮਾਨ ਲੱਦ ਕੇ ਲੈ ਕੇ ਆਏ ਤੇ ਕਿਲੇ ਥੱਲੇ ਰੁਕੇ ਹੋਏ ਸਨ ਤੇ ਮਹਾਰਾਜ ਜੀ ਉਹਨਾਂ ਨੇ ਗਾਉਣਾ ਕੀਤਾ ਜੀ, ਉਸ਼ਟਰ ਬ੍ਰਿੰਦ ਸੰਗ ਤਿੰਨ ਗਾਏ, ਤੇ ਉਹਨਾਂ ਨੇ ਮਹਾਰਾਜ ਐ ਰਲ ਕੇ ਗਾਉਣਾ ਜਿਹੜਾ ਕੀਤਾ ਜੀ, ਜਾਏ ਬੁਲਾਵੋ ਲਿਆਵੋ ਤਾਂ ਹੈ, ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਇੱਥੇ ਉੱਪਰ ਕਿਲੇ ਤੇ ਬੁਲਾ ਕੇ ਲਿਆਓ ਜਿੱਥੇ ਕਲਗੀਧਰ ਪਾਤਸ਼ਾਹ ਸਜੇ ਸਨ ਜੀ, ਸੁਣ ਕਰ ਦਾਸ ਗਇਓ ਤਿੰਨ ਪਾਹੇ, ਤੇ ਇਹ ਸੁਣ ਕੇ ਜਿਹੜੇ ਸੇਵਾਦਾਰ ਸੇਵਕ ਸਨ ਸਿੱਖ ਉਹ ਜਾ ਕੇ ਉਹਨਾਂ ਨੂੰ ਕਿਹਾ ਤੁਹਾਨੂੰ ਕਲਗੀਧਰ ਪਾਤਸ਼ਾਹ ਬੁਲਾਉਂਦੇ ਨੇ ਯਾਦ ਕਰਦੇ ਨੇ, ਆਓ ਆ ਕੇ ਮਹਾਰਾਜ ਦੇ ਦਰਸ਼ਨ ਕਰਨੇ ਕਰੋ ਜੀ, ਗੁਰੂ ਹਕਾਰ ਹੈ ਚੱਲ ਸੋ ਆਇਓ, ਚਲੋ ਭਾਈ ਮਹਾਰਾਜ ਨੇ ਭੇਜਿਆ ਤੇ ਤੁਹਾਨੂੰ ਬੁਲਾਇਆ ਇਸੇ ਕਰਕੇ ਬੁਲਾਉਣ ਆਏ ਆ ਜੀ, ਦਰਸ਼ਨ ਕਰਤੇ ਸੀਸ ਨਿਵਾਇਓ, ਤੇ ਜਦੋਂ ਆ ਕੇ ਵਪਾਰੀਆਂ ਨੇ ਦਰਸ਼ਨ ਕੀਤੇ ਆ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਪਦਾ ਸੀਸ ਨਵਾ ਦਿੱਤਾ ਜੀ, ਸ੍ਰੀ ਪ੍ਰਭ ਭਨੈ ਹੈ ਰਾਤ ਜਿਮ ਗਾਵਤ, ਮਹਾਰਾਜ ਕਹਿੰਦੇ ਰਾਤ ਤੁਸੀਂ ਕਿਵੇਂ ਗਾਉਂਦੇ ਸੀ ਭਾਈ, ਬੜੀ ਉੱਚੀ ਉੱਚੀ ਤੁਸੀਂ ਹੇਕਾਂ ਲਾਈਆਂ ਰਾਤ,
ਸਾਨੂੰ ਵੀ ਸੁਣਾਓ ਭਾਈ। ਹਾਂਜੀ ਸੱਸੀ ਪੁੰਨੂ ਰਾਗ ਬਸਾਵਤੇ, ਜਿਹੜੇ ਸੱਸੀ ਪੁੰਨੂ ਦੇ ਜਿਹੜੇ ਤੁਸੀਂ ਰਾਗ ਲਾਪਦੇ ਸੀ ਜੀ, ਬੈਠੇ ਹਾਂ ਅਬ ਗਾਵਨ ਕਰੋ। ਮਹਾਰਾਜ ਕਹਿੰਦੇ ਬੈਠੋ ਲਾ ਵੀ ਸਾਨੂੰ ਲਾਓ, ਕਿਵੇਂ ਲਾਪ ਲਾ ਕੇ ਤੁਸੀਂ ਗਾਉਂਦੇ ਸੀ ਜੀ। ਇਸੀ ਪ੍ਰਕਾਰ ਅਧਿਕ ਰਸ ਧਰੋ, ਤੇ ਜਿਵੇਂ ਬਹੁਤ ਅਧਿਕ ਰਸ ਦੇ ਨਾਲ ਤੁਸੀਂ ਗਾਉਂਦੇ ਸੀ, ਬਹੁਤ ਮਿੱਠੇ ਮਿੱਠੇ ਤੇ ਹੇਕਾਂ ਤੇ ਜਿਹੜੇ ਬੋਲ ਉਚਾਰਦੇ ਸੀ ਤੇ ਉਚਾਰੋ ਜੀ। ਸੁਣ ਕਰ ਜੋਰਤ ਬੋਲਿਓ ਸੋਏ, ਇੰਨੇ ਚਿਰ ਚ ਉਹ ਡਰ ਗਏ ਨੇ ਸਾਧ ਸੰਗਤ ਤੇ ਹੱਥ ਜੋੜ ਲਏ ਕਲਗੀਧਰ ਪਾਤਸ਼ਾਹ ਅੱਗੇ। ਕਿੰਨਾ ਪ੍ਰਤਾਪ ਹੋਊਗਾ ਸਾਧ ਸੰਗਤ, ਮਹਾਰਾਜ ਦਾ ਕਿੰਨਾ ਭੈ ਸਰੂਪ ਦਾ, ਤੇ ਹੱਥ ਜੋੜ ਲੈ ਨੇ, ਡਰ ਗਏ ਨੇ ਕਿ ਹੁਣ ਆਵਾਜ਼ ਕਿੱਥੋਂ ਨਿਕਲਣੀ ਕਲਗੀਧਰ ਪਾਤਸ਼ਾਹ ਅੱਗੇ। ਉੱਥੇ ਦਾ ਚੰਗੇ ਚੰਗੇ ਨੀ ਮਹਾਰਾਜ ਬੋਲਤੀ ਬੰਦ ਕਰਾ ਦਿੰਦੇ ਨੇ ਜੀ। ਅਬ ਤੋ ਗਾਇਓ ਜਾਏ ਨਾ ਕੋਏ, ਕਹਿੰਦੇ ਮਹਾਰਾਜ ਹੁਣ ਨੀ ਸਾਡੇ ਤੋਂ ਗਾਏ ਜਾਣ ਆਪ ਜੀ ਦੇ ਅੱਗੇ ਜੀ। ਲਾਜ ਆਪ ਤੇ ਮੁਝ ਕੋ ਆਵੇ, ਉਹ ਕਹਿੰਦੇ ਹੁਣ ਤਾਂ ਸਾਨੂੰ ਬੜੀ ਸ਼ਰਮ ਆਉਂਦੀ ਆਪ ਜੀ ਦੇ ਅੱਗੇ ਜੀ। ਸਮੁਖ ਬੋਲਬੇ ਨਾ ਹਿਨ ਭਾਵੇ, ਮਹਾਰਾਜ ਸਾਨੂੰ ਅਸੀਂ ਤਾਂ ਆਪ ਜੀ ਅੱਗੇ ਬੋਲ ਨੀ ਸਕਦੇ, ਸਾਨੂੰ ਮਨ ਨੂੰ ਪਾਉਂਦਾ ਨੀ ਆਉ ਜੀ। ਤਬ ਗੁਰ ਦਈ ਕਨਾਤ ਤਨਾਏ, ਮਹਾਰਾਜ ਕਹਿੰਦੇ ਚੰਗਾ ਬਈ ਜੇ ਤੁਸੀਂ ਸਾਡੇ ਤੋਂ ਇੰਨਾ ਹੀ ਝਾਕਾ ਮੰਨਦੇ ਹੋ ਤੇ ਠੀਕ ਆ, ਤੁਹਾਡੇ ਮੂਹਰੇ ਪਣਾ ਜਿਹੜੀ ਹੈਗੀ ਆ ਕਨਾਤ ਲਾ ਦਿੰਦੇ, ਪੜਦਾ ਕਰ ਦਿੰਦੇ, ਤੇ ਜੇ ਤੁਸੀਂ ਸਾਡੇ ਸਨਮੁਖ ਹੋ ਕੇ ਨਹੀਂ ਗਾ ਸਕਦੇ ਤੇ ਠੀਕ ਆ ਭਾਈ, ਥੋੜਾ ਪਿੱਛੇ ਹੋ ਤੇ ਫੇਰ ਗਾਓ। ਹਾਂਜੀ ਪੜਦਾ ਲਵਾ ਦਿੱਤਾ ਜੀ, ਸਭ ਕੇ ਓਟੇ ਤਾਹੇ ਬਿਠਾਏ, ਤੇ ਉਹਦੇ ਓਹਲੇ ਕਰਕੇ ਬਿਠਾ ਦਿੱਤਾ ਸਾਰਿਆਂ ਵਪਾਰੀਆਂ ਨੂੰ ਜੀ। ਪ੍ਰਭ ਕੋ ਹੁਕਮ ਮੰਨ ਕਰ ਗਾਇਓ, ਤੇ ਜਦੋਂ ਮਹਾਰਾਜ ਦਾ ਹੁਕਮ ਮੰਨ ਕੇ ਤੇ ਗਾਉਣਾ ਕੀਤਾ ਜੀ, ਤਉ ਰਾਤ ਸਮ ਰਸ ਨਹਿ ਪਾਇਓ, ਪਰ ਸਾਧ ਸੰਗਤ ਸਮਾਂ ਨਾ ਉਹਨਾਂ ਤੋਂ ਬਣੇ, ਜਿਵੇਂ ਰਾਤ ਨੂੰ ਅਲਾਪ ਲਾਉਂਦੇ ਸੀ ਉਵੇਂ ਉਹਨਾਂ ਤੋਂ ਅਲਾਪ ਨਾ ਲੱਗੇ ਜੀ। ਧਨ ਦੇ ਕਰ ਤਿਸ ਕਿਉਂ ਕਿਉਂ ਨਿਹਾਲ, ਮਹਾਰਾਜ ਕਹਿੰਦੇ ਕੋਈ ਗੱਲ ਨੀ ਭਾਈ, ਜਿਵੇਂ ਵੀ ਤੁਸੀਂ ਗਾਇਆ ਤੇ ਭਾਈ ਇਹਨਾਂ ਨੂੰ ਦਿਓ ਮਾਇਆ, ਇਹਨਾਂ ਨੂੰ ਨਿਹਾਲ ਕਰਕੇ ਤੋਰੋ, ਕੋਈ ਗੱਲ ਨੀ ਭਾਈ ਕਿੱਥੋਂ ਆਇਆ ਸਾਰਾ ਘਰ ਪੁੱਛਿਆ, ਤੇ ਮਹਾਰਾਜ ਨੇ ਉਹਨਾਂ ਨੂੰ ਚਾਲੇ ਪਵਾ ਦਿੱਤੇ ਜੀ। ਕਰੀ ਮੌਜ ਸ੍ਰੀ ਪ੍ਰਭੂ ਵਿਸਾਲ, ਮਹਾਰਾਜ ਨੇ ਆਪਦੀ ਮੌਜ ਵਿੱਚ ਹੀ ਰਹੇ, ਆਨੰਦ ਖੇੜੇ ਵਿੱਚ ਹੀ ਰਹੇ। ਇਹ ਸਾਧ ਸੰਗਤ ਮਹਾਰਾਜ ਦੇ ਕਈ ਰੰਗ ਹੁੰਦੇ, ਇਹ ਕਈ ਤਰ੍ਹਾਂ ਦੀਆਂ ਪਰਖਾਂ ਹੁੰਦੀਆਂ, ਇਹ ਰੰਗਾਂ ਨੂੰ ਆਪਾਂ ਜਾਣ ਨਹੀਂ ਸਕਦੇ। ਇਹ ਬੜੀਆਂ ਤਰ੍ਹਾਂ ਦੀਆਂ ਸਾਧ ਸੰਗਤ, ਇਹਨਾਂ ਸਾਧੂਆਂ ਦੀਆਂ ਗੁਰੂ ਸਾਹਿਬ ਦੀਆਂ ਬੇਅੰਤ ਰੰਗ ਹੁੰਦੇ, ਇਹ ਕਿਹੜੇ ਰੰਗ ਵਿੱਚ ਕਿਹੜੀ ਖੇਡ ਵਰਤਾਉਣੀ ਉਹ ਆਪ ਹੀ ਜਾਣਦੇ ਨੇ। ਇੱਕ ਵਾਰੀ ਸਮਾਂ ਬਣਿਆ, ਇੱਕ ਨੌਜਵਾਨ ਬੱਚੀ ਅਤੇ ਉਹਦਾ ਭਰਾ, ਦੋਨੇ ਜਾਣੇ ਥੋੜ੍ਹੇ ਹੋਣਗੇ ਕੋਈ 35-35 ਸਾਲਾਂ ਦੇ, ਆਏ ਮਹਾਂਪੁਰਸ਼ ਬਾਬਾ ਮਾਂ ਹਰਨਾਮ ਸਿੰਘ ਪਚੋਲਿਆਂ ਦਰਸ਼ਨ ਕਰਨ। ਬਾਬਾ ਜੀ ਦੇਖ ਕੇ ਅਤੇ ਉਹਨਾਂ ਨੂੰ ਲੱਗ ਗਏ ਬੋਲੀਆਂ ਪਾਉਣ, ਕੁਛ ਉਹੋ ਜਿਹਾ ਗਾਉਣ ਲੱਗ ਗਏ। ਭਰਾ ਉਹਦਾ ਬੈਠਾ ਕਹਿੰਦਾ ਵੀ ਚੰਗਾ ਸਾਧੂ ਇਹ, ਵੀ ਇਹ ਅੱਜ ਗਾਉਣ ਕਰਨ ਲੱਗ ਗਿਆ, ਅਸੀਂ ਸੁਣਿਆ ਸੀ ਬੜੀ ਭਗਤੀ ਕਰਦ, ਪਰ ਜਦੋਂ ਸਮਾਂ ਬਣਿਆ ਪਰ ਉਹ ਬੀਬੀ ਨੇ ਆਪਦੀ ਸ਼ਰਧਾ ਰੱਖੀ ਅਤੇ ਆਗਿਆ ਲੈ ਕੇ ਅਤੇ ਨਮਸਕਾਰ ਕੀਤੀ ਅਤੇ ਚਲੇ ਗਏ। ਅਗਲੇ ਸਾਲ ਆਏ ਅਤੇ ਜਦੋਂ ਆਏ ਅਤੇ ਬੈਠ ਗਏ ਆ ਕੇ ਨਾਲ ਉਹਦਾ ਪਰਿਵਾਰ ਆ ਕਾਫੀ ਜਾਣੇ। ਬਾਬਾ ਜੀ ਕਹਿੰਦੇ ਬੀਬੀ ਜਿਹੜੀ ਤੂੰ ਉਸ ਟਾਈਮ ਮਾਇਆ ਜਿਹੜੀ ਤੇਰੇ 'ਤੇ ਪੈ ਰਹੀ ਸੀਗੀ ਤੇਰੇ ਭਰਾ 'ਤੇ ਪੈ ਗਈ, ਪਰ ਤੂੰ ਸ਼ੰਕਾ ਦੁਬਧਾ ਨਹੀਂ ਕੀਤੀ, ਉਹਦੇ ਕਰਕੇ ਜਿਹੜੀ ਤੂੰ ਮਨ ਦੀ ਇੱਛਾ ਲੈ ਕੇ ਆਈ ਤੂੰ ਕਹੀ ਨਹੀਂ, ਤੂੰ ਕਹਿਣਾ ਇਹੀ ਚਾਹੁੰਦੀ ਸੀ ਕਿ ਪਿਛਲੇ 12 ਸਾਲ ਹੋ ਗਏ ਕਿ ਘਰ ਵਿੱਚ ਔਲਾਦ ਨਹੀਂ ਹੋਈ, ਜਦੋਂ ਤੂੰ ਮੁੜੀ ਅਤੇ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਤੇਰੇ ਆੜ ਝੋਲੀ 'ਚ ਬੈਠਾ ਉਹ ਦੁਆਇਆ ਸੀ ਤੈਨੂੰ, ਅਤੇ ਬੀਬੀ ਨੇ ਨਮਸਕਾਰ ਕਰ ਦਿੱਤੇ। ਕਹਿੰਦੇ ਭਾਈ ਜਦੋਂ ਕੋਈ ਸਾਧੂ ਨੇ ਚੀਜ਼ ਦੇਣੀ ਹੁੰਦੀ ਹੈ ਕਈ ਵਾਰ ਉਹਨੇ ਮਾਇਆ ਪਾ ਕੇ ਅਤੇ ਪਰਖਣਾ ਵੀ ਹੁੰਦਾ, ਸੌਖੀ ਨਹੀਂ ਕੋਈ ਦਾਤ ਮਿਲਦੀ ਹੈਗੀ, ਐਵੇਂ ਨਹੀਂ। 13-14 ਸਾਲ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਮਾਂ ਹਰਨਾਮ ਸਿੰਘ ਪਚਵਾਣੇ ਦੀ ਸੇਵਾ ਕੀਤੀ, ਕਿੰਨੀ ਕਿੰਨੀ ਤਾੜਨਾ ਸਹਿਣੀ ਪੈਂਦੀ, ਕੋਈ ਸੌਖਾ ਨਹੀਂ। ਅਤੇ ਕਹਿੰਦੇ ਇਸੇ ਕਰਕੇ ਤੂੰ ਓਲਡ ਪਰਚੇ ਤੂੰ ਪਾਸ ਹੋਈ ਹੈ ਅਤੇ ਤੈਨੂੰ ਅਗਲੀ ਜਿਹੜੀ ਤੈਨੂੰ ਬਖਸ਼ਿਸ਼ ਦਿੱਤੀ ਹੈ।
ਇੱਥੇ ਹੁਣ ਗੁਰੂ ਸਾਹਿਬ ਵੀ ਕੋਈ ਪਰਖ ਰਹੇ ਨੇ ਤੇ ਮਹਾਰਾਜ ਦੀ ਮੌਜ ਹੈ। ਮਹਾਰਾਜ ਦੇ ਬੇਅੰਤ ਰੰਗ ਨੇ, ਸਭੇ ਰੰਗ ਨਾਰਾਇਣ ਨੇ। ਇਹ ਉਹ ਰੰਗ ਹੀ ਮਹਾਰਾਜ ਦੇ ਇਹ ਏਡੀਆਂ ਵੱਡੀਆਂ ਖੇਡਾਂ ਨੇ ਕਿ ਉਹ ਇਉਂ ਵੀ ਇੱਕ ਆਉਂਦਾ ਬਚਨ, ਸੰਤ ਸਮੂਹ ਅਨੇਕ ਮਤੀ ਕੇ। ਬੇਅੰਤ ਸਾਧੂ ਆਪਾਂ ਦੇਖਦੇ ਹਾਂ ਤੇ ਜੇ ਆਪਾਂ ਨਿਰਮਲੇ ਸਾਧੂਆਂ ਨੂੰ ਵੀ ਦੇਖੀਏ ਸਾਧ ਸੰਗਤ, ਹੁਣ ਉਹਨਾਂ ਵਿੱਚ ਕੁਛ ਗੁਰਮੁਖ ਪਿਆਰੇ ਸਾਧੂ ਮਹਾਂਪੁਰਸ਼ ਅੰਮ੍ਰਿਤ ਛਕਦੇ ਨੇ, ਪਰ ਜੇ ਪੁਰਾਤਨ ਦੇਖੀਏ ਤਾਂ ਅੰਮ੍ਰਿਤਧਾਰੀ ਨਹੀਂ ਹੁੰਦੇ ਸਨ। ਪਰ ਜੇ ਉਹਨਾਂ ਨੂੰ ਦੇਖੋ, ਜੇ ਗੁਰਬਾਣੀ ਦਾ, ਦਸਮ ਗ੍ਰੰਥ ਦਾ, ਸਰਵਲੋਕ ਗ੍ਰੰਥ, ਇਤਿਹਾਸ ਦੇ ਗ੍ਰੰਥਾਂ ਦਾ ਇੰਨਾ ਗਿਆਨ ਹੈ ਕਿ ਉਹ ਕੋਈ ਅੰਤ ਨਹੀਂ। ਜੇ ਉਹਨਾਂ ਦੀਆਂ ਕਲਾ ਦੇਖਣ ਲੱਗ ਜਾਏ ਤਾਂ ਕੋਈ ਅੰਤ ਨਹੀਂ। ਮਹਾਰਾਜ ਉਹਨਾਂ ਨੂੰ ਵੀ ਬੇਅੰਤ ਸ਼ਕਤੀ ਅਤੇ ਕਲਾ ਦੇ ਨਾਲ ਨਵਾਜਦੇ ਨੇ, ਪਰ ਇਹ ਰੰਗ ਮਹਾਰਾਜ ਦੇ ਨੇ, ਕਿਹਨੂੰ ਕਿਹੜੀ ਖੇਡ ਦੇਣੀ ਹੈ। ਇੱਥੇ ਹੁਣ ਉਹਨਾਂ ਨੇ ਗਾਇਆ, ਪਰ ਮਹਾਰਾਜ ਨੇ ਉਹਦੇ ਵਿੱਚੋਂ ਚੰਗੇ ਗੁਣ ਲੈਣੇ ਕੀਤੇ। ਕਿਵੇਂ? ਹਾਂਜੀ, ਕਰੋ ਸਰਵਣ ਜੀ ਕਰੀ ਮੌਜ ਸ੍ਰੀ ਪ੍ਰਭੂ ਵਿਸਾਲ। ਮਹਾਰਾਜ ਨੇ ਆਪਦੀ ਉਸ ਗੱਲ ਵਿੱਚ ਵੀ ਜਿਹੜਾ ਉਹਨਾਂ ਨੇ ਭਾਉਂਦੀ ਸੱਸੀ ਪੁੰਨੂ ਵਾਲਾ ਗਾਇਆ, ਪਰ ਮਹਾਰਾਜ ਨੇ ਉਹਦੇ ਵਿੱਚ ਹੀ ਆਪਦੀ ਮੌਜ ਕੀਤੀ ਜੀ। ਸੱਸੀ ਪਰ ਕਹਿ ਤਰਕ ਉਠਾਈ, ਤੇ ਇੰਨੇ ਚਿਰ ਨੂੰ ਕੋਲੇ ਇੱਕ ਸਿੱਖ ਬੈਠਾ ਸੀ ਤੇ ਉਹਨੇ ਤਰਕ ਉਠਾ ਦਿੱਤੀ। ਮਹਾਰਾਜ ਆਪ ਜੀ ਮੂਹਰੇ ਸੱਸੀ ਪੁੰਨੂ ਦਾ ਗਾ ਗਏ ਉਹ, ਤੇ ਤੁਸੀਂ ਰੋਕਿਆ ਨੀ, ਤੁਸੀਂ ਉਹਨਾਂ ਨੂੰ ਵਰਜਿਆ ਨੀ, ਤੁਸੀਂ ਮਹਾਰਾਜ ਤਾੜਿਆ ਨੀ। ਪਾਤਸ਼ਾਹ ਉਹ ਗਾਉਂਦੇ ਰਹੇ ਤੇ ਆਪ ਜੀ ਪ੍ਰੇਮ ਦੇ ਵਿੱਚ ਬਹਿ ਕੇ ਸੁਣਦੇ ਰਹੇ ਜੀ। ਇਸ ਪ੍ਰਤੀ ਉੱਤਰ ਕਰਿਓ ਗੁਸਾਈ, ਮਹਾਰਾਜ ਕਿਰਪਾ ਕਰਕੇ ਇਸ ਗੱਲ ਦਾ ਮੈਨੂੰ ਉੱਤਰ ਦੇਣਾ ਕਰੋ ਜੀ। ਅੰਗੁਰ ਗੱਡੈ ਨਾ ਅਵਨੀ ਮਾਹੀ, ਤੇ ਫਿਰ ਮਹਾਰਾਜ ਨੇ ਬਚਨ ਕਰ ਦਿੱਤਾ। ਮਹਾਰਾਜ ਕਹਿੰਦੇ ਜੇ ਧਰਤੀ ਵਿੱਚ ਉਂਗਲ ਕੱਢਣੀ ਚਾਹੀਏ ਨਾ, ਤੇ ਧਰਤੀ ਵਿੱਚ ਉਂਗਲ ਨਹੀਂ ਗੱਡੀ ਜਾਂਦੀ। ਤੇ ਸਿੱਖ ਚੁੱਪ ਕਰ ਗਏ। ਕਿਉਂ? ਮਹਾਰਾਜ ਦੀ ਸਾਧ ਸੰਗਤ ਮੌਜ ਆ। ਮਹਾਰਾਜ ਨੇ, ਆਪਾਂ ਜਿਹੜੇ ਦੁਨਿਆਵੀ ਜੀ ਹਾਂ ਨਾ, ਸਾਡੇ ਮੂਹਰੇ ਚੰਗੀ ਚੀਜ਼ ਪਈ ਹੋਵੇ ਨਾ ਤੇ ਸਾਨੂੰ ਮਾੜੀ ਚੀਜ਼ ਦਿਸਣ ਲੱਗ ਜਾਂਦੀ। ਕਿਉਂ? ਮਨ ਮੈਲਾ, ਸਭ ਕੁਛ ਮੈਲਾ। ਕਿਉਂ? ਸਾਨੂੰ ਉਹ 'ਚ ਔਗਣ ਦਿਸਦੇ ਨੇ। ਪਰ ਇਹ ਸਾਧ ਸੰਗਤ ਅਮਿਓ ਦਿਸ਼ਟ ਹੁੰਦੀ ਹੈ, ਜਿਹਦੇ ਵਿੱਚ ਔਗਣ ਵਿੱਚ ਵੀ ਗੁਣ ਲੱਭਣਾ। ਕੋਈ ਗਾ ਰਿਹਾ ਸੀਗਾ ਲਾਲ ਕੱਪੜਿਆਂ ਵਾਲੇ, ਤੇ ਕੋਈ ਗਾ ਹੀ ਜਾਵੇ, ਗਾ ਰਿਹਾ ਕੋਈ ਉੱਚੀ ਉੱਚੀ ਵੀ ਤੇਰੇ ਲਾਲ ਕੱਪੜੇ ਤੇ ਆ। ਉਹ ਗੁਰਮੁਖ ਪਿਆਰੇ ਨੇ ਕੁਛ ਸਮਾਂ ਪਹਿਲਾਂ ਹੀ ਆਪ ਜੀ ਨੇ ਦੇਖਿਆ ਹੋਣਾ ਕਲਗੀਧਰ ਪਾਤਸ਼ਾਹ ਦਾ ਲਾਲ ਚੋਲੇ ਵਾਲਾ ਇੱਕ ਚਿੱਤਰ, ਉਹਦਾ ਧਿਆਨ ਉੱਥੇ ਲੱਗ ਗਿਆ। ਉਹ ਕੁਛ ਹੋਰ ਗਾ ਰਿਹਾ ਤੇ ਇਹ ਰੋਈ ਜਾ ਰਿਹਾ। ਕਿਸੇ ਨੇ ਪੁੱਛਿਆ ਵੀ ਤੂੰ ਇਹ ਤਾਂ ਕਿਉਂ ਰੋਇਆ? ਤੇ ਫਿਰ ਹੌਂਕੇ ਲੈਂਦੇ ਗੁਰਮੁਖ ਪਿਆਰੇ ਨੇ ਦੱਸਿਆ, ਮੈਨੂੰ ਨਹੀਂ ਪਤਾ ਕੀ ਗਾਉਂਦਾ ਸੀ, ਕੁਛ ਲਾਲ ਕੱਪੜਿਆਂ ਵਾਲੀ ਗੱਲ ਕਰਦਾ ਸੀ, ਪਰ ਮੇਰਾ ਧਿਆਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਜੁੜ ਗਿਆ। ਕਿਤੇ ਇਹਦੀ ਇਹ ਮਤ ਨਾ ਲੈ ਲਿਓ ਕਿ ਕੱਲ ਨੂੰ ਕਦੇ ਸੁਣੋ ਗਾਣੇ ਤੇ ਕਹੋ ਜਿਸ ਤਰ੍ਹਾਂ ਚੰਗੀ ਮਤ ਲੈਂਦੇ, ਨਹੀਂ, ਇਹ ਕਾਰਜ ਵਿੱਚ ਨਹੀਂ ਪੈਣਾ। ਦਾਸ ਤਾਂ ਦ੍ਰਿਸ਼ਟਾਂਤ ਦੇ ਰਿਹਾ ਕਿ ਮਹਾਰਾਜ ਦੀ ਉਹ ਖੇਡ ਆ ਰਹੀ ਅੱਗੇ, ਮਹਾਰਾਜ ਦੀ ਉਹ ਗੱਲ ਦੇ ਨਾਲ ਤਾਂ ਦਾਸ ਲਾ ਰਿਹਾ, ਉਦਾਹਰਨ ਦੇਣ ਦੀ ਕੋਸ਼ਿਸ਼ ਕਰ ਰਿਹਾ। ਮਹਾਰਾਜ ਮੈਨੂੰ ਮਾਫ਼ ਕਰ ਦੇਣ ਕਿ ਜਿਹੜੇ ਜੁੜੇ ਹੁੰਦੇ ਉਹਨਾਂ ਨੇ ਔਗਣਾਂ ਵਿੱਚ ਵੀ ਕਈ ਗੁਣ ਲੱਭਣੇ ਨੇ। ਕਿੰਨੀ ਗੁਰਬਾਣੀ 'ਚ ਥਾਂ ਥਾਂ ਉਦਾਹਰਨ ਔਗਣਾਂ ਵਾਲਿਆਂ ਦੀ ਆਉਂਦੀ, ਪਰ ਔਗਣਾਂ ਦੀ ਉਦਾਹਰਨ ਦੇ ਕੇ ਤੇ ਗੁਣ ਪ੍ਰਾਪਤ ਕਰਦੇ ਨੇ। ਹੁਣ ਇੱਥੇ ਗੱਲ ਇਹਦੇ ਵਿੱਚ ਗੁਣ ਸਿਰਫ ਹੈਗਾ ਪ੍ਰੇਮ ਦਾ, ਉਹਦੇ ਬਾਰੇ ਹੁਣ ਜ਼ਿਕਰ ਚੱਲਣਾ। ਤੇ ਆਪ ਜੀ ਹੁਣ ਕਰੋ ਸਰਵਣ ਜੀ ਅੰਗੁਰ ਗੱਡੈ ਨਾ ਅਵਨੀ ਮਾਹੀ, ਕਹਿੰਦੇ ਧਰਤੀ ਵਿੱਚ ਮਹਾਰਾਜ ਕਹਿੰਦੇ ਜੇ ਉਂਗਲ ਗੱਡਣੀ ਚਾਹੀਏ ਤਾਂ ਗੱਡ ਨਹੀਂ ਸਕਦੇ ਜੀ। ਸੱਸੀਆ ਭਈ ਪਰਵੇਸ਼ਨ ਤਾਹੀ, ਮਹਾਰਾਜ ਕਹਿੰਦੇ ਜਿਹੜੀ ਸੱਸੀ ਤੇ ਪੁੰਨੂ ਸੀ, ਸੱਸੀ ਉੱਚੀ ਜਾਤ ਦੀ ਸੀਗੀ, ਚੰਗੀ ਕੌਲੀ ਸੀ, ਪੁੰਨੂ ਨੀਵੀਂ ਜਾਤ ਦਾ ਸੀ। ਸਮਾਂ ਬਣਿਆ ਤੇ ਜਦੋਂ ਫਿਰ ਸਾਧ ਸੰਗਤ ਪਰਖ ਹੋਈ ਤੇ ਉਹਦੇ ਵਾਸਤੇ ਧਰਤੀ ਨੇ ਜਗ੍ਹਾ ਛੱਡ ਦਿੱਤੀ ਤੇ ਵਿੱਚ ਹੀ ਕਰਕ ਗਈ ਸੀ। ਤੇ ਆਈ ਸਾਧ ਸੰਗਤ ਸਮਾਂ ਬਣਿਆ ਜਦੋਂ ਫਿਰ ਆਪਣੇ ਸੀਤਾ ਦੇ ਤੇ ਰਾਮ ਚੰਦਰ ਦੇ ਜਦੋਂ ਫਿਰ ਉਹਨਾਂ ਨੇ ਦੋਸ਼ ਲਾਏ ਧੋਬੀ ਤੇ ਅਤਿਆਦਕ, ਤੇ ਉਸ ਸਮੇਂ ਵੀ ਇਹੀ ਹੋਇਆ ਸੀ ਕਿ ਸੀਤਾ ਨੇ ਕਿਹਾ ਸੀ ਜੇ ਮੈਂ ਪਾਕ ਪਵਿੱਤਰ ਹਾਂ ਤੇ ਧਰਤੀ ਤੋਂ ਮੈਨੂੰ ਵੇਲ ਦੇ ਦੇ,
ਇਹ ਰਾਹ ਮਿਲ ਗਿਆ ਸੀ, ਧਰਤੀ ਵਿੱਚੋਂ ਪਹਿਲਾਂ ਜਨਮੀ ਸੀ ਤੇ ਧਰਤੀ ਵਿੱਚ ਸਮਾ ਗਈ ਸੀ। ਤੇ ਫਿਰ ਇਹ ਦੇਖਦੇ ਆ ਤੇ ਰਾਮ ਚੰਦਰ ਜੀ ਵੀ ਫਿਰ ਅੰਦਰ ਵੜੇ ਸਨ, ਲਕਸ਼ਮਣ ਨੂੰ ਬਾਹਰ ਖੜਾਇਆ ਤੇ ਕਵਾੜ ਭੇੜ ਦੀ ਦੇਰ ਸੀ ਤੇ ਅੰਦਰ ਉਹ ਵੀ ਸਰੀਰ ਤੇ ਆ ਗਏ ਸਨ। ਇਹ ਸਾਧ ਸੰਗਤ ਕਈ ਪ੍ਰੇਮ ਦੇ ਅਲੱਗ ਅਲੱਗ ਰੰਗ ਹੁੰਦੇ। ਆਦਾਸ ਜਦੋਂ ਹੁਣ ਅਮੈਰੀਕਾ ਗਿਆ ਤੇ ਸੁਣ ਕੇ ਬੜਾ ਕਮਾਲ ਦੀ ਬਚਨ ਲੱਗਿਆ, ਪਹਿਲਾਂ ਪਤਾ ਹੀ ਨਹੀਂ ਸੀਗਾ। ਬਜ਼ੁਰਗ ਆਪਣੇ ਬਾਬਾ ਕਾਲਾ ਸਿੰਘ ਜੀ ਬਾਰੇ ਬਚਨ ਸੁਣਾਇਆ ਉਹਨਾਂ ਨੇ ਕਿ ਜਿਹੜੇ ਡਾਕਟਰ ਸਾਹਿਬ ਹੋਣਾ ਦੇ ਜਿਹੜੇ ਦਾਦਾ ਜੀ ਸਨ, ਤੇ ਉਹਨਾਂ ਬਾਰੇ ਦੱਸਿਆ ਉਹਨਾਂ ਨੇ ਵੀ ਉਹਨਾਂ ਨੇ ਇੰਨਾ ਪ੍ਰੇਮ ਸੀ ਕਿ ਸ਼ਾਇਦ ਸਾਨੂੰ ਲੱਗਦਾ ਕਿ ਇਕੱਠਿਆਂ ਦਾ ਕੋਈ ਬਚਨ ਇਹੋ ਜਿਹਾ ਵੀ ਹੋਇਆ ਹੋਇਆ ਸੀ ਕਿ ਆਪਾਂ ਇੱਕ ਦਿਨ ਸਰੀਰ ਤਿਆਗਾਂਗੇ। ਕਹਿੰਦੇ ਸਾਨੂੰ ਉਦਣ ਪਤਾ ਲੱਗਿਆ ਜਦੋਂ ਪਰਜੀਆਂ ਦਰਿਆ ਤੇ ਪਹੁੰਚੇ ਤੇ ਉਧਰੋਂ ਕਾਲੇ ਬਾਬੇ ਦੇ ਤੇ ਉਧਰੋਂ ਡਾਕਟਰ ਸਾਹਿਬ ਹੋਣਾ ਦੇ ਫੁੱਲ ਇਕੱਠੇ ਇੱਕ ਜਗ੍ਹਾ ਤੇ ਪਾਉਣੇ ਪਏ। ਕਈ ਵਾਰ ਪ੍ਰੇਮ ਦੇ ਵਿੱਚ ਵਚਨ ਹੋ ਜਾਂਦਾ। ਦਾਸ ਉਹੋ ਜਿਹੇ ਵੀ ਕਈ ਸਰੀਰਾਂ ਦੂਰੋਂ ਜਾਣਦਾ ਜਿਨ੍ਹਾਂ ਨੇ ਇੱਕ ਸਰੀਰ ਨੇ ਸਰੀਰ ਤਿਆਗਿਆ ਤੇ ਦੂਜੇ ਨੇ ਵੀ ਉਸੇ ਟਾਈਮ ਤਿਆਗ ਦਿੱਤਾ। ਦਾਸ ਉਹਨਾਂ ਗੁਰਮੁਖਾਂ ਨੂੰ ਵੀ ਜਾਣਦਾ ਤੇ ਜਿਨ੍ਹਾਂ ਨੇ ਜਾਣ ਤੋਂ ਪਹਿਲਾਂ ਹੁਕਮਨਾਮਾ ਵੀ ਦੱਸਿਆ ਸੀ ਸਾਨੂੰ ਮਹਾਰਾਜ ਨੇ ਆਹ ਹੁਕਮਨਾਮਾ ਦੇਣਾ। ਅਮੈਰੀਕਾ 'ਚ ਰਹਿੰਦਾ ਪਰਿਵਾਰ ਤੇ ਬੜੇ ਟੋਰਾਂਟੋ ਵਿੱਚ ਮਾਫ਼ੀ ਚਾਹੁੰਦਾ, ਟੋਰਾਂਟੋ ਵਿੱਚ ਰਹਿੰਦਾ ਪਰਿਵਾਰ ਤੇ ਗੁਰਮੁਖ ਪੈਰੀ ਉਹ ਬੀਬੀ ਨੇ ਵਚਨ ਕੀਤਾ ਸੀ ਜਦੋਂ ਮੈਂ ਸਰੀਰ ਤਿਆਗਾਂ ਤੇ ਮੇਰੇ ਵਾਸਤੇ ਲਾਮਾ ਦਾ ਹੁਕਮਨਾਮਾ। ਉਹ ਬੇਨਤੀ ਕੀਤੀ ਤੇ ਜਦੋਂ ਹੁਕਮਨਾਮਾ ਆਇਆ ਤੇ ਸਿੰਘਾਂ ਨੇ ਹੁਕਮਨਾਮਾ ਲੈਂਦਿਆਂ ਤੇ ਅੱਗੇ ਹੁਕਮਨਾਮਾ ਪਲਟ ਦਿੱਤਾ। ਦੂਜੇ ਸਿੰਘਾਂ ਨੇ ਇਤਰਾਜ਼ ਕੀਤਾ ਤੇ ਵਿਚਾਰ ਕੀਤੀ, ਭਾਈ ਤੂੰ ਹੁਕਮਨਾਮਾ ਪਲਟ ਦਿੱਤਾ, ਬੀਬੀ ਬੰਦਗੀ ਵਾਲੀ ਸੀ, ਕੀਰਤਨ ਕਰਨ ਵਾਲੀ ਸੀ। ਤੇ ਫਿਰ ਦੱਸਿਆ ਬੋਲ ਕੇ ਜੀ ਹੁਕਮਨਾਮਾ ਲਾਵਾਂ ਵਾਲਾ ਆ ਗਿਆ ਤੇ ਤਾਂ ਮੈਂ ਅੱਗੇ ਕਰ ਦਿੱਤਾ ਕਿ ਚੰਗਾ ਨਹੀਂ ਲੱਗਣਾ। ਉਹ ਕਹਿੰਦੇ ਨਹੀਂ। ਫਿਰ ਦੱਸਿਆ ਉਦੋਂ ਦੇ ਸਿੰਘ ਨੇ ਘਰ ਵਾਲੇ ਨੇ ਕਿ ਉਹ ਪਹਿਲਾਂ ਤੋਂ ਇਹੀ ਕਹਿੰਦੀ ਹੁੰਦੀ ਸੀ ਕਿ ਲਾਵਾਂ ਦਾ ਮੈਨੂੰ ਹੁਕਮਨਾਮਾ ਆਵੇ ਜਦੋਂ ਮੈਂ ਸਰੀਰ ਤਿਆਗਾਂ। ਭਾਵ ਇਹ ਪ੍ਰੇਮ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹੁਣ ਉਹਦੇ ਉੱਤੇ ਮਹਾਰਾਜ ਅੱਗੇ ਦਸਤਾਨ ਦਿੰਦੇ ਨੇ ਜੀ। ਸਸੀਆ ਭਈ ਪ੍ਰਵੇਸ਼ਨ ਤਾਹੀ, ਕਹਿੰਦੇ ਐਂ ਕਰਕੇ ਸਸੀ ਧਰਤੀ ਵਿੱਚ ਜਿਹੜੀ ਪ੍ਰਵੇਸ਼ ਕਰ ਗਈ ਸੀ ਜੀ। ਪ੍ਰੇਮ ਮਹਾਤਮ ਵੱਡੋ ਵਡੇਰਾ, ਮਹਾਰਾਜ ਨੇ ਦੱਸਿਆ ਇਹਦੇ ਵਿੱਚ ਕੀ ਹੈਗਾ ਜੀ, ਕਾਹਦਾ ਵੱਡਾ ਮਹਾਤਮ ਹੈ? ਪ੍ਰੇਮ। ਪ੍ਰੇਮ ਇਹਦੇ ਵਿੱਚ ਜਿਹੜਾ ਹੈਗਾ, ਪ੍ਰੇਮ ਦਾ ਜਿਹੜਾ ਹੈਗਾ ਬਹੁਤ ਵੱਡਾ ਮਹਾਤਮ ਆ। ਫੇਰ ਪੜੋ ਗੱਜ ਕੇ ਜੀ। ਪ੍ਰੇਮ ਮਹਾਤਮ ਵੱਡੋ ਵਡੇਰਾ, ਤੇ ਜਦੋਂ ਮਹਾਰਾਜ ਪੜਾ ਰਹੇ ਸਨ ਬਾਰ ਬਾਰ ਪ੍ਰੇਮ ਪ੍ਰੇਮ ਕਰਕੇ, ਤੇ ਮੈਂ ਕਿਹਾ ਵੀ ਇਹਦੇ ਅਰਥ ਇਹ ਵੀ ਬਣਦੇ, ਪਰੇ ਮਾਂ ਜਿਹੜਾ ਇਹਨੂੰ ਪ੍ਰੇਮ ਕਰਦਾ ਉਹ ਪਰੇ ਮੈਂ ਤੋਂ ਆ, ਜਿਹੜਾ ਮੈਂ ਤੋਂ ਪਰੇ ਆ ਉਹਦੇ ਵਿੱਚ ਪ੍ਰੇਮ ਆ, ਜਿਹਦੇ ਵਿੱਚ ਮੈਂ ਆ ਉੱਥੇ ਸਾਧ ਸੰਗਤ ਪ੍ਰੇਮ ਨਹੀਂ ਹੈਗਾ। ਉੱਥੇ ਅਸੀਂ ਸਾਡੇ ਆਪਾਂ, ਉੱਥੇ ਇਹ ਅੱਖਰ ਨੇ, ਉੱਥੇ ਮੈਂ ਮੇਰੀ ਨਹੀਂ, ਉੱਥੇ ਤੂੰ ਨਹੀਂ ਜਾਂ ਤੇਰੀ, ਆਹ ਗੱਲ ਨਹੀਂ ਹੈਗੀ ਉੱਥੇ। ਇੱਥੇ ਮਹਾਰਾਜ ਨੇ ਆਖਿਆ ਇਹਦੇ ਵਿੱਚ ਇੱਕ ਵੱਡਾ ਮਹਾਤਮ ਇਸ ਗੱਲ ਦੇ ਕਿ ਉੱਥੇ ਦੋ ਅੱਖਰ ਨੇ, ਉਹ ਹੈਗੇ ਪ੍ਰੇਮ ਦੇ ਆ ਜਿਹੜੇ ਉੱਤੇ ਇਹਦੇ ਇਹ ਵੀ ਭਾਵ ਅਰਥ ਕਰ ਲਿਓ, ਪਰੇ ਮੈਂ, ਜੇ ਪਰੇ ਹੋ ਜਾਊਗੀ ਮੈਂ ਤਾਂ ਇਹ ਪ੍ਰੇਮ ਆਊਗਾ, ਜਦੋਂ ਪ੍ਰੇਮ ਆਊਗਾ ਤੇ ਕਲਗੀਧਰ ਪਾਤਸ਼ਾਹ ਨਾਲ ਹੋਣਗੇ ਜੀ। ਪ੍ਰਾਣ ਜਾਨ ਲਗ ਜਿਨਹੋ ਨਿਬੇਰਾ, ਜਿਨ੍ਹਾਂ ਨੇ ਪ੍ਰਾਣ ਤੱਕ ਵੀ ਦੇ ਦਿੱਤੇ ਨੇ ਜੀ। ਜਿਨਕੇ ਨਾਮ ਸਦਾ ਥਿਰ ਭਏ, ਮਹਾਰਾਜ ਕਹਿੰਦੇ ਜਿਹੜੇ ਇਹਨਾਂ ਨੇ ਪ੍ਰੇਮ ਵਿੱਚ ਸਰੀਰ ਤਿਆਗੇ ਨੇ ਇਹਨਾਂ ਨਾਂ ਸਦਾ ਥਿਰ ਨੇ ਜੀ। ਲੱਖੋ ਬਰਖ ਬਖਾਨੇ ਗਏ, ਮਹਾਰਾਜ ਕਹਿੰਦੇ ਲੱਖਾਂ ਵਰਸ ਬੀਤ ਗਏ ਨੇ, ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ। ਮੈਂ ਇਹਦਾ ਭਾਈ ਗੁਰਦਾਸ ਜੀ 27ਵੀਂ ਵਾਰ ਦੀ ਪਹਿਲੀ ਪੌੜੀ ਵਿੱਚ ਜ਼ਿਕਰ ਕਰਦੇ ਨੇ, ਪਰ ਕਹਿੰਦੇ ਪੀਰ ਮੁਰੀਦਾ ਫਿਰ ਹੜੀ ਗਾਵਣ ਪ੍ਰਭਾਤੀ, ਪਰ ਜਿਹੜੇ ਗੁਰੂ ਦੇ ਪਿਆਰੇ ਨੇ ਬੰਦਗੀ ਵਾਲੇ ਨੇ ਉਹ ਪ੍ਰੇਮ ਦੇ ਵਿੱਚ ਉਹਦੇ ਗੀਤ ਗਾਉਂਦੇ ਨੇ ਤੇ ਗਾਉਂਦਿਆਂ ਮੁਕਤੀ ਕਰਦੇ ਨੇ। ਅਗਲੀ ਪੰਕਤੀ ਵਿੱਚ ਹੁਣ ਮਹਾਰਾਜ ਅੱਗੇ ਜਵਾਬ ਵੀ ਦੇਣਗੇ ਜੀ। ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ, ਤੇ ਜਿਨ੍ਹਾਂ ਦਾ ਗੁਰੂ ਤੇ ਪਰਮੇਸ਼ਰ ਨਾਲ ਪ੍ਰੇਮ ਆ ਉਹਨਾਂ ਦੀ ਦੇਖੋ ਬਰਕਤ ਜੀ। ਤਤਕਾਲ ਪਾਵ ਤੇ ਛੇਮ, ਤੇ ਕਹਿੰਦੇ ਤਤਕਾਲ ਪਾਵ ਤੇ ਛੇਮ, ਛੇਮ ਹੁੰਦੀ ਹੈ ਸਾਧ ਸੰਗਤ ਮੁਕਤੀ।
ਕਹਿੰਦੇ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਨੂੰ ਪ੍ਰੇਮ ਸਦਕਾ ਉਸੇ ਸਮੇਂ ਮੁਕਤੀ ਮਿਲ ਜਾਂਦੀ ਹੈ ਜੀ। ਬਿਨਾਂ ਪ੍ਰੇਮ ਫੋਕਟ ਸਭ ਯਤਨ, ਕਹਿੰਦੇ ਜੇ ਪ੍ਰੇਮ ਨਹੀਂ ਹੈਗਾ ਤੇ ਕੀਤੇ ਤੁਹਾਡੇ ਜਿੰਨੇ ਵੀ ਕੋਈ ਕਾਰਜ ਨੇ, ਕੋਈ ਜੋੜਿਆਂ ਦੀ ਸੇਵਾ ਕਰ ਲਓ, ਭਾਂਡੇ ਪੋਚਿਆਂ ਦੀ ਕਰ ਲਓ, ਲੰਗਰ ਤਿਆਰ ਕਰ ਲਓ, ਪਾਉਂਦੇ ਦਸਵੰਧ ਗੋਲਕ ਚ ਪਾਉਣਾ ਤੇ ਆਦਿ ਚੌਰ ਸਾਫ਼ ਕਰਨੀ, ਇੱਧਰ ਛਿੜਕਣੇ, ਕਿਹੜੀ ਕਿਹੜੀ ਸੇਵਾ ਗਿਣੀ ਜਾਈਏ, ਹਰ ਸੇਵਾ ਦੀ ਦਾਸ ਗੱਲ ਕਰ ਰਿਹਾ। ਤੇ ਮਹਾਰਾਜ ਇੱਥੇ ਅੱਗੇ ਹੁਣ ਬਚਨ ਵੀ ਕਰਨਗੇ, ਪਵਨਦੀ ਜਿੰਨੇ ਮਰਜ਼ੀ ਜਪ ਤਪ ਕਰ ਲਵੋ, ਜੇ ਵਿੱਚ ਪ੍ਰੇਮ ਨਹੀਂ ਹੈਗਾ, ਪਰੇ ਮੈਂ ਨਹੀਂ ਹੈਗੀ, ਤੇ ਫਿਰ ਉਹ ਗੱਲ ਨਹੀਂ ਬਣਨੀ ਜੀ। ਪ੍ਰੇਮ ਸੁਕਰਮਨ ਸਭ ਮਹਿ ਰਤਨ, ਕਹਿੰਦੇ ਇਹ ਸਾਰੇ ਕਰਮਾਂ ਦੇ ਵਿੱਚ ਸ੍ਰੇਸ਼ਟ ਰਤਨ ਵਾਂਗੂ ਇਹ ਕਾਰਜ ਹੈ, ਸਾਰਿਆਂ ਉੱਪਰ ਕਹਿੰਦੇ ਇਹ ਰਤਨ ਵਰਗਾ, ਜਿਹਨੂੰ ਕਹਿੰਦੇ ਪ੍ਰੇਮ ਕਹਿੰਦੇ ਨੇ ਜੀ। ਪ੍ਰੇਮੀ ਜਪ ਤਪ ਬਿਨ ਮੁਖ ਜੋਗ, ਕਹਿੰਦੇ ਪ੍ਰੇਮੀ ਦੇ ਇਹਦੇ ਸਾਧ ਸੰਗਤ ਦੋ ਅਰਥ ਬਣ ਜਾਣੇ, ਇੱਕ ਵਾਰੀ ਫੇਰ ਪੜੋ। ਹਾਂਜੀ, ਪ੍ਰੇਮੀ ਜਪ ਤਪ ਬਿਨ ਮੁਖ ਜੋਗ, ਤੇ ਕਹਿੰਦੇ ਪ੍ਰੇਮੀ ਜੇ ਪ੍ਰੇਮ ਦੇ ਵਿੱਚ ਜਪ ਤਪ ਕਰਦੇ ਹੋ ਤੇ ਫੇਰ ਮੁਕਤੀ ਵੀ ਹੈ, ਤੇ ਜੇ ਪ੍ਰੇਮ ਤੋਂ ਬਗੈਰ ਕਰਦੇ ਹੋ ਤੇ ਫੇਰ ਕੁਛ ਵੀ ਨਹੀਂ ਜੀ। ਪ੍ਰਾਪਤ ਹੋਤੇ ਉਚੇਰੇ ਲੋਕ, ਕਹਿੰਦੇ ਜਿਹੜੇ ਪ੍ਰੇਮ ਨਾਲ ਜਪ ਤਪ ਕਰਦੇ ਨੇ ਤੇ ਰਹਿੰਦੇ ਪ੍ਰੇਮ ਵਿੱਚ, ਪਹਿਲਾਂ ਸ਼ੁਰੂ ਪ੍ਰੇਮ ਤੋਂ ਹੁੰਦਾ ਤੇ ਕਹਿੰਦੇ ਉਹਨੂੰ ਉੱਚੇ ਲੋਕ ਭਾਵ ਸੱਚਖੰਡ ਮਿਲਦਾ ਜੀ। ਇਤਿਹਾਦਕ ਮਹਿਮਾ ਮੁਖ ਗਾਈ, ਇਉਂ ਇਤਿਹਾਦਕ ਮਹਾਰਾਜ ਨੇ ਮੁਖ ਤੋਂ ਇਹ ਬਚਨ ਕਰਕੇ ਤੇ ਵਡਿਆਈ ਦੱਸੀ ਜੀ। ਇਤਕ ਸਮੇਤ ਹੈ ਥਿਰੇ ਗੁਸਾਈ, ਤੇ ਕੁਛ ਸਮਾਂ ਮਹਾਰਾਜ ਉੱਥੇ ਰੁਕੇ ਰਹੇ ਜੀ। ਕਹਿਓ ਬਿਰਤੰਤ ਬਿਰਾੜਨ ਫੇਰ, ਤੇ ਜਿਹੜੇ ਸਿੱਖ ਬਰਾੜ ਸੰਸਾਰ ਸੰਗਤ 1600 ਬਰਾੜ ਸੀ ਨਾਲ, ਤੇ ਉਹਨਾਂ ਨੇ ਹੁਣ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਤੇ ਉਥੋਂ ਦਾ ਸਮਾਂ ਸੁਣਾਇਆ ਜੀ। ਬਿਨੈ ਪਾਲ ਨਿਰਪ ਚੜਿਓ ਅਖੇਰ, ਕਹਿੰਦੇ ਮਹਾਰਾਜ ਦਾ ਸਮੇਂ ਬਣਿਆ ਸੀ, ਬਿਨੈ ਪਾਲ ਜਿਹੜਾ ਰਾਜਪੂਤ ਰਾਜਾ ਸੀ ਉਹ ਮਹਾਰਾਜ ਇਸ ਇਲਾਕੇ ਉੱਪਰ ਚੜ ਕੇ ਆਇਆ ਜੀ। ਜਬ ਉਦਿਆਨ ਵਿਖੇ ਚੱਲ ਗਇਓ, ਤੇ ਜਦੋਂ ਦੇਖਿਆ ਇੱਥੇ ਜੰਗਲ ਆ, ਜੰਗਲ ਦੇਖ ਕੇ ਤੇ ਜਦੋਂ ਇੱਧਰ ਤੁਰਿਆ ਆ ਰਿਹਾ ਜੀ, ਕੌਤਕ ਇੱਕ ਬਿਲੋਕਤ ਭਇਓ, ਤੇ ਸਾਧ ਸੰਗਤ ਉਹਨੇ ਇੱਕ ਕੌਤਕ ਦੇਖਿਆ ਉਸ ਸਮੇਂ ਜੀ। ਅਜਾ ਪ੍ਰਸੂਤਾ ਬ੍ਰਿਕ ਸੋ ਲਰੈ, ਹਾਂ ਪ੍ਰਸੂਤਾ ਸਾਧ ਸੰਗਤ ਸਮਾਂ ਹੁੰਦਾ ਜਦੋਂ ਕੋਈ ਬੱਚਾ ਹੋਣ ਵਾਲਾ ਹੁੰਦਾ, ਤੇ ਕਹਿੰਦੇ ਉਹਨੇ ਕੀ ਦੇਖਿਆ, ਇੱਕ ਬੱਕਰੀ ਆ ਤੇ ਬੱਚੇ ਹੋਣ ਵਾਲੇ ਆ ਤੇ ਬੱਚਿਆਂ ਨੂੰ ਜਨਮ ਦੇ ਰਹੀ ਹੈ ਜੀ। ਆਪਣੋ ਬਤਸ਼ ਬਚਾਵਨ ਕਰੇ, ਇੰਨੇ ਚਿਰ ਨੂੰ ਸਾਧ ਸੰਗਤ ਸ਼ੇਰ ਨੇ ਹੱਲਾ ਕਰ ਦਿੱਤਾ ਤੇ ਉਸ ਜਗ੍ਹਾ ਤੇ ਸ਼ੇਰਨੀ ਨੇ ਉਸ ਸ਼ੇਰ ਦੇ ਨਾਲ ਟੱਕਰ ਲਈ, ਸ਼ੇਰ ਨੂੰ ਉਹਨੇ ਘਾਇਲ ਕੀਤਾ ਤੇ ਸ਼ੇਰ ਨੂੰ ਮਾਰਿਆ, ਤੇ ਇਹ ਦੇਖ ਰਿਹਾ ਉਹ ਰਾਜਾ ਰਾਜਪੂਤ ਰਾਜਾ ਬਿਨੇ ਪਾਲ ਰਾਜਾ ਦੇਖ ਕੇ ਤੇ ਹੈਰਾਨ ਹੋ ਗਏ। ਕਮਾਲ ਦੀ ਗੱਲ, ਇਹ ਧਰਤੀ ਇੰਨੀ ਬਲ ਵਾਲੀ ਆ, ਸ਼ਕਤੀ ਵਾਲੀ ਆ, ਤੇ ਉਹ ਦੇਖ ਕੇ ਤੇ ਮਨ ਵਿੱਚ ਖਿਆਲ ਆ ਗਿਆ ਕਿ ਇਸ ਜਗ੍ਹਾ ਦੇ ਉੱਤੇ ਸਥਾਨ ਦੇ ਉੱਪਰ ਬਹੁਤ ਵੱਡਾ ਕਿਲਾ ਬਣਾਇਆ ਜਾਵੇ ਤੇ ਇਸ ਜਗ੍ਹਾ ਦਾ ਨਾਂ ਅਜੀਤ ਰੱਖਿਆ ਜਾਵੇ। ਹੁਣ ਰੱਖਣਗੇ ਜੀ ਥਲ ਅਜੀਤ ਬੱਡ ਲਖਿਓ ਮਵਾਸੀ, ਤੇ ਇਹਦਾ ਨਾਂ ਕਹਿੰਦੇ ਰੱਖੋ ਅਜੀਤਗੜ੍ਹ ਰੱਖੋ। ਭਾਈ ਇੱਥੇ ਜਿੱਤ ਪ੍ਰਾਪਤ ਕੀਤੀ ਸੀ, ਇੱਕ ਮਾਂ ਨੇ ਜਿੱਤ ਪ੍ਰਾਪਤ ਕੀਤੀ ਸ਼ੇਰ ਦੇ ਉੱਪਰ ਜੀ। ਆਪਣੇ ਸਚਿਵਨ ਸਾਥ ਪ੍ਰਕਾਸ਼ੀ, ਤੇ ਇਹਨਾਂ ਨੇ ਆਪਦੇ ਨਾਲ ਦਿਆਂ ਨੂੰ ਸਾਰੀ ਗੱਲ ਦੱਸਣੀ ਕੀਤੀ ਜੀ। ਸ਼ੀਕਰ ਦੁਰਗ ਕੋ ਪਾਵਨ ਕਰੀਏ ਹੈ, ਤੇ ਕਹਿੰਦੇ ਛੇਤੀ ਕਰੋ ਇੱਥੇ, ਭਾਈ ਇਉਂ ਕਰੋ ਇੱਥੇ ਕਿਲਾ ਬਣਾਓ ਜੀ। ਜਿੱਤ ਕਿਤ ਤੇ ਨਰ ਪੁੰਜ ਕਰੀਏ ਹੈ, ਤੇ ਇਉਂ ਕਰੋ ਜਿੱਥੋਂ ਕਿਥੋਂ ਮਰਜ਼ੀ ਲਿਆਓ, ਬਿਆਂਤ ਇੱਥੇ ਲੋਕਾਂ ਨੂੰ ਇਕੱਠੇ ਕਰੋ ਤੇ ਇੱਥੇ ਕਿਲਾ ਬਣਾਓ ਤੇ ਹਾਂਜੀ। ਨਰ ਖੋਜੇ ਨਹਿ ਪਾਵਤ ਘਨੇ, ਤੇ ਜਦੋਂ ਲੱਭਣ ਲੱਗੇ ਤੇ ਸਾਧ ਸੰਗਤ ਜੰਗਲ ਦੇ ਸੀਗਾ, ਬਹੁਤ ਗਰੀਬੀ ਸੀ ਇਸ ਇਲਾਕੇ ਵਿੱਚ, ਚੰਗੀ ਤਰ੍ਹਾਂ ਕੋਈ ਧਨ ਨਹੀਂ ਪੈਦਾ ਹੁੰਦਾ ਸੀ, ਅਨਾਜ ਵਗੈਰਾ ਸਾਧ ਸੰਗਤ ਇਉਂ ਹੀ ਸੀਗਾ, ਕੋਈ ਚੱਜ ਨਾਲ ਫਸਲਾਂ ਨਹੀਂ, ਕੋਈ ਫਲ ਨਹੀਂ ਚੰਗੀ ਤਰ੍ਹਾਂ ਹੁੰਦਾ ਸੀ, ਬਹੁਤ ਜਿਹੜੀ ਮਾਰੂ ਜੀ ਫਸਲ ਪੀਲੂ ਹੁੰਦਾ ਸੀਗਾ, ਤੇ ਸਾਧ ਸੰਗਤ ਉਹਨੇ ਬਜ਼ੁਰਗ ਵਿਚਾਰੇ ਖਾਇਆ ਕਰਦੇ,
ਤੇ ਕਿਤੇ ਕਿਤੇ ਮੀਂਹ ਪੈਣਾ ਤੇ ਫਸਲ ਹੋਣੀ। ਅੱਗੇ ਤੋਂ ਅਗਲੇ ਪ੍ਰਸੰਗਾਂ ਵਿੱਚ ਵੀ ਉਹੋ ਜਿਹਾ ਜ਼ਿਕਰ ਆ ਰਿਹਾ ਕਿ ਜੰਗਲ ਦੇਸ਼ ਉਸ ਸਮੇਂ ਜਿਵੇਂ ਕਲਗੀਧਰ ਪਾਤਸ਼ਾਹ ਨੇ ਚਰਨ ਪਾਏ, ਕਿਵੇਂ ਔੜਾਂ ਲੱਗਦੀਆਂ ਸਨ। ਆਪ ਜੀ ਨੇ ਪਿਛਲੇ ਦਿਨੀ ਵੀ ਕਥਾ ਵਿੱਚ ਸਰਵਣ ਕੀਤਾ ਸੀ, ਕਈ ਕਈ ਵਾਰ ਦੋ ਦੋ ਤਿੰਨ ਤਿੰਨ ਪੰਜ ਪੰਜ ਸਾਲ ਦੇ ਆਪ ਜੀ ਨੇ ਇੱਕ ਸਰਵਣ ਕੀਤਾ ਸੀ। 16 ਸਾਲ ਲਗਾਤਾਰ ਔੜ ਲੱਗੀ ਇਸ ਇਲਾਕੇ ਵਿੱਚ ਤੇ ਕੋਈ ਫਸਲ ਨਹੀਂ ਹੋਈ, ਬਹੁਤ ਲੋਕ ਭੁੱਖ ਨਾਲ ਮਰ ਗਏ ਤੇ ਕੁਛ ਬਹੁਤ ਲੋਕ ਇੱਥੋਂ ਛੱਡ ਕੇ ਤੇ ਇਲਾਕਾ ਚਲੇ ਗਏ ਸਨ। ਬੜੀ ਭੁੱਖਮਰੀ ਵੀ ਹੋਈ ਇਸ ਇਲਾਕੇ ਵਿੱਚ ਤੇ ਪਰ ਕਲਗੀਧਰ ਪਾਤਸ਼ਾਹ ਨੇ ਚਰਨ ਪਾ ਕੇ ਤੇ ਭਾਗ ਲਾਉਣੇ ਕੀਤੇ ਜੀ। ਜਾਣਿਓ ਸ਼ੀਕਰ ਦੁਰਗ ਨਹਿ ਬਣੇ, ਤੇ ਜਦੋਂ ਜਾਣ ਲਿਆ ਕਿ ਇੰਨੀ ਜਲਦੀ ਇੱਥੇ ਕਿਲ੍ਹਾ ਨਹੀਂ ਬਣ ਪਾਊਗਾ ਜੀ, ਕਿਉਂ ਇੱਥੇ ਬਹੁਤੇ ਲੋਕ ਰਹਿੰਦੇ ਨੇ ਜੀ ਜੰਗਲ ਦੇਸ਼ ਵਿੱਚ ਜੀ। ਭਾਗ ਹਾਕਮੀ ਜਿਤਕ ਅਨਾਜੇ, ਸ਼ੋਰ ਦੀਨ ਰਾਹਕ ਕੋ ਰਾਜੇ। ਤੇ ਫੇਰ ਜਾਣਿਆ ਰਾਜੇ ਨੇ ਵੀ ਇਉਂ ਨਹੀਂ ਹੋਣਾ, ਹੁਣ ਇਉਂ ਕਰੋ ਜਿਹੜਾ ਕਰ ਰੂਪ ਦੇ ਵਿੱਚ ਇਹਨਾਂ ਤੋਂ ਜਿਹੜਾ ਆਪਾਂ ਜਿਹੜਾ ਅਨਾਜ ਲੈਂਦੇ ਸੀ ਤੁਸੀਂ ਇਹਨਾਂ ਨੂੰ ਉਸ ਕਰ ਛੱਡ ਦੇਵੋ, ਕਹੋ ਜਿਹੜਾ ਆ ਕੇ ਕਿਲ੍ਹਾ ਬਣਵਾਊਗਾ ਉਹਨਾਂ ਨੂੰ ਕੋਈ ਕਰ ਨਹੀਂ ਲੱਗੂ, ਕਰ ਦੀ ਮਾਫ਼ੀ ਆ। ਇਹ ਜਦੋਂ ਸੁਣਿਆ ਤੇ ਜਿਹੜੇ ਜੰਗਲ ਦੇਸ਼ ਦੇ ਲੋਕ ਸਨ ਪਿੰਡਾਂ ਦੇ ਪਿੰਡ ਚੜ੍ਹ ਕੇ ਆਏ, ਆ ਕੇ ਨਾਲ ਫਿਰ ਲੱਗ ਕੇ ਕਿਲ੍ਹਾ ਬਣਾਉਣਾ ਕੀਤਾ ਜੀ। ਤਿਤਕ ਮ੍ਰਿਤਕਾ ਦੁਰਗ ਪਵਾਈ, ਬਹੁਤ ਮ੍ਰਿਤਕਾ ਸਾਧ ਸੰਗਤ ਬਹੁਤ ਮਿੱਟੀ ਪਵਾ ਕੇ ਤੇ ਉੱਚੀਆਂ ਕੀਤੀਆਂ ਪਹਿਲਾਂ ਥੱਲੋਂ ਜੀ। ਮਿਲੇ ਆਨ ਮਾਨਵ ਸਮੁਦਾਈ, ਬਹੁਤ ਆ ਕੇ ਲੋਕ ਆ ਕੇ ਮਿਲਣਾ ਕੀਤਾ ਜੀ। ਇਸ ਪ੍ਰਕਾਰ ਤੂਰਨ ਬਨਵਾਵਾ, ਇਉਂ ਕਰਕੇ ਸਾਧ ਸੰਗਤ ਜਲਦੀ ਬਣਵਾ ਲਿਆ ਜੀ। ਅਜਕ ਉਹ ਤੰਗ ਮਵਾਸ ਚਨਾਵਾ, ਤੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਬਣਵਾਈਆਂ ਜੀ। ਸੁਣੀ ਸੁਰੰਗ ਬੀਚ ਇਸ ਕੀਨ, ਕਹਿੰਦੇ ਇਹਦੇ ਵਿੱਚ ਇੱਕ ਸਾਧ ਸੰਗਤ ਦੱਸਣਾ ਕੀਤਾ ਬਰਾੜਾ ਨੇ ਕਿ ਇਹਦੇ ਵਿੱਚ ਦੀ ਇੱਕ ਸੁਰੰਗ ਵੀ ਜਾਂਦੀ ਹੈ ਮਹਾਰਾਜ ਇਸ ਕਿਲੇ ਵਿੱਚ ਬਠਿੰਡੇ ਵਾਲੇ ਵਿੱਚੋਂ ਜੀ। ਗੜਪਟ ਨੇਰ ਲਗਾਉ ਚਿੰਨ ਦੀਨ, ਤੇ ਸਾਧ ਸੰਗਤ ਉਹਦੇ ਦੱਸੇ ਨਿਸ਼ਾਨੀਆਂ ਦੱਸੀਆਂ ਕਿ ਉਹਦੇ ਵਿਸਾਸ ਮਹਾਰਾਜ ਜੀ ਏਡੀ ਵੱਡੀ ਇਹਦੇ ਥੱਲੋਂ ਦੀ ਸੁਰੰਗ ਲੰਘਦੀ ਹੈ ਜਿਹੜੀ ਇੱਥੋਂ ਬਠਿੰਡੇ ਤੋਂ ਨਿਕਲ ਕੇ ਹਨੂੰਮਾਨਗੜ੍ਹ ਮਹਾਰਾਜ ਜੀ ਇਹ ਜਿਹੜੀ ਹੈਗੀ ਰਾਜਸਥਾਨ ਤੱਕ ਜਾਂਦੀ ਹੈ। ਘੋੜੇ ਚੜ੍ਹੇ ਚੜ੍ਹਾਇਆ ਬੰਦਾ ਤੇ ਪੂਰਾ ਇਹਦੇ ਵਿੱਚ ਹੀ ਲੰਘ ਜਾਂਦਾ। ਤੇ ਸਾਧ ਸੰਗਤ ਜੇ ਆਪ ਜੀ ਜਿਵੇਂ ਜਾਂਦੇ ਪੰਜਾਬ ਤੋਂ ਦਿੱਲੀ ਨੂੰ ਜਾਂਦੇ ਹੋ ਤੇ ਆਪ ਜੀ ਦੇਖਦੇ ਹੋ ਉਸ ਸਮੇਂ ਜਦੋਂ ਪੰਜਾਬ ਤੋਂ ਦਿੱਲੀ ਵਾਲੇ ਪਾਸੇ ਨੂੰ ਮੁੱਖ ਹੁੰਦਾ ਆਪ ਜੀ ਦਾ ਤੇ ਸੱਜੇ ਪਾਸੇ ਆਪ ਜੀ ਨੂੰ ਵਰਜੀਆਂ ਦਿਖਦੀਆਂ ਹੁੰਦੀਆਂ, ਉਹ ਜਿਹੜੀਆਂ ਵਰਜੀਆਂ ਸਾਧ ਸੰਗਤ ਇਹ ਵੀ ਇਉਂ ਹੀ ਆ, ਇਹ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਉਂ ਹੀ, ਆਗਰੇ ਤੱਕ ਇਉਂ ਥੱਲੇ ਦੀ ਇੱਕ ਰਸਤਾ ਬਣਿਆ ਹੋਇਆ ਜਿਹਦੇ ਵਿੱਚ ਹੀ ਡਾਕ ਆਇਆ ਕਰਦੀ ਤੇ ਬੰਦਾ ਪੂਰਾ ਘੋੜੇ ਤੇ ਚੜ੍ਹਿਆ ਚੜ੍ਹਾਇਆ ਲੰਘਦਾ ਥੱਲੇ ਦੀ। ਇਹ ਫਿਰ ਹੁਣ ਥੋੜ੍ਹਾ ਸਰਕਾਰਾਂ ਨੇ ਆਪਦੀ ਸੇਫਟੀ ਤੇ ਹੋਰ ਕਰਕੇ ਇਹਨੂੰ ਉੱਥੇ ਉਹਨਾਂ ਜਗ੍ਹਾ ਨੂੰ ਬੰਦ ਕੀਤਾ ਹੋਇਆ, ਰੋਕਿਆ ਹੋਇਆ ਤੇ ਅੱਜ ਵੀ ਪੂਰਾ ਥੱਲੇ ਦੀ ਪੱਕਾ ਰਸਤਾ ਥੱਲੇ ਥੱਲੇ ਦੀ ਅੰਡਰਗਰਾਊਂਡ ਲੰਘਦਾ। ਤੁਸੀਂ ਸੋਚੋ ਸਾਧ ਸੰਗਤ ਉਸ ਸਮੇਂ ਕਿਹੋ ਜਿਹਾ ਸਮਾਂ ਹੋਊ। ਤੇ ਇੱਥੋਂ ਬਠਿੰਡੇ ਵਾਲੇ ਕਿਲ੍ਹੇ ਤੋਂ ਲੈ ਕੇ ਹਨੂੰਮਾਨਗੜ੍ਹ ਵਾਲੇ ਤੇ ਇਸ ਕਿਲੇ ਤੱਕ ਅੱਗੇ ਥੱਲੋਂ ਦੀ ਰਸਤਾ ਜੀ। ਇਤਿਹਾਸਕ ਕੁਛ ਅਪਰ ਪ੍ਰਸੰਗ, ਤੇ ਇਹ ਉੱਪਰ ਅਗਲਾ ਪ੍ਰਸੰਗ ਵੀ ਹੈ ਜੀ। ਕਰੇ ਸੁਣਾਵਨ ਸਤਿਗੁਰ ਸੰਗ, ਤੇ ਹੋਰ ਗੁਰੂ ਸਾਹਿਬ ਤੱਕ ਸੁਣਾਉਣਾ ਕੀਤਾ ਜੀ। ਭਏ ਤਿਆਰ ਅਗਲੀ ਭੁਨ ਸਾਰਾ, ਤੇ ਜਦੋਂ ਸਾਧ ਸੰਗਤ ਅੰਮ੍ਰਿਤ ਵੇਲਾ ਹੋਇਆ ਅਗਲੇ ਦਿਨ ਜਦੋਂ ਦਿਨ ਚੜਿਆ ਤੇ ਤਿਆਰੀ ਹੋਈ ਜੀ। ਹਾਏ ਪਰ ਜ਼ੀਨ ਡਾਰ ਅਸਵਾਰਾ, ਤੇ ਕਾਠੀ ਪਾਈ ਗਈ ਘੋੜੇ ਤੇ ਤੇ ਤਿਆਰੀ ਕਰਾਈ ਗਈ ਜੀ। ਉਲੰਘ ਪੰਥ ਕੇਤਕ ਜਬ ਆਏ, ਤੇ ਲੰਘਦਿਆਂ ਲੰਘਦਿਆਂ ਜਦੋਂ ਕਾਫੀ ਰਸਤਾ ਨਿਕਲ ਗਿਆ ਜੀ। ਡੇਰਾ ਸੰਮੀ ਗ੍ਰਾਮ ਸੋ ਪਾਏ, ਤੇ ਸਾਧ ਸੰਗਤ ਸੰਮੀ ਨਗਰ ਆ ਗਿਆ ਅੱਗੇ। ਉੱਥੇ ਕਲਗੀਧਰ ਪਾਤਸ਼ਾਹ ਨੇ ਚਰਨ ਪਾਉਣੇ ਕੀਤੇ ਤੇ ਡੇਰਾ ਲਾਇਆ ਉੱਥੇ ਸਜੇ ਨੇ ਜੀ। ਕਹਿ ਕੇ ਨਰਨ ਆਏ ਕਰ ਜੋਰੇ, ਤੇ ਬਹੁਤ ਉੱਥੇ ਸੰਗਤਾਂ ਸੰਮੀ ਨਗਰ ਦੀਆਂ ਆਈਆਂ, ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੀਆਂ ਨੇ ਤੇ ਬੇਨਤੀਆਂ ਕਰ ਰਹੀਆਂ ਨੇ ਪ੍ਰੇਮ ਦੇ ਨਾਲ ਜੀ। ਜਥਾ ਸ਼ਕਤ ਧਰ ਅਗਰ ਅਕੋਰੇ, ਆਓ ਮਹਾਰਾਜ ਦੇ ਅੱਗੇ ਬਹੁਤ ਰਸਦਾਂ ਵਸਦਾਂ ਰੱਖੀਆਂ ਨੇ
ਤੇ ਨਾਲ ਨਾਲ ਬਹੁਤ ਪ੍ਰੇਮ ਦੇ ਨਾਲ ਨਿਮਰਤਾ ਨਾਲ ਬੇਨਤੀਆਂ ਕਰ ਰਹੀਆਂ ਨੇ ਜੀ, ਦਰਸ਼ਨ ਕਰ ਪਦ ਬੰਦਤ ਸਾਰੇ, ਤੇ ਆ ਕੇ ਦਰਸ਼ਨ ਕਰ ਰਹੇ ਤੇ ਨਮਸਕਾਰਾਂ ਕਰੀ ਜਾ ਰਹੇ ਨੇ ਜੀ, ਦੁੱਧ ਦਧੀ ਲੈ ਧਰਿਓ ਅਗਾਰੇ, ਤੇ ਸਾਧ ਸੰਗਤ ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਦਹੀਂ ਤੇ ਕੋਈ ਦਹੀਂ ਦੇ ਨਾਲ ਹੋਰ ਭੋਜਨ ਲੈ ਕੇ ਆ ਰਿਹਾ ਜੀ, ਤ੍ਰਿਣ ਦਾਣਾ ਘੋਰਨ ਕੋ ਦੀਨ, ਤੇ ਸਾਧ ਸੰਗਤ ਤ੍ਰਿਣ ਤੇ ਦਾਣਾ ਸਾਧ ਸੰਗਤ ਉਹ ਜਿਹੜਾ ਨਿਹਾਰੀਆਂ ਲੈ ਕੇ ਆਉਂਦੀਆਂ ਘੋੜਿਆਂ ਨੂੰ ਛਕਾਉਣ ਵਾਸਤੇ ਜੀ, ਰਸਤ ਪਹੁੰਚਾਈ ਦੇਗ ਸੋ ਕੀਨ, ਤੇ ਸਾਧ ਸੰਗਤ ਆਟਾ ਤੇ ਘਿਓ ਵੀ ਲਿਆਂਦਾ ਤੇ ਮਿੱਠਾ ਕੇ ਮਹਾਰਾਜ ਧਿਆਵਲ ਦੀ ਦੇਗ ਤਿਆਰ ਕਰੋ ਜੀ, ਸੁਪਤ ਜਥਾ ਸੁਖ ਰਾਤ ਬਿਤਾਈ, ਮਹਾਰਾਜ ਨੇ ਸੰਮੀ ਨਗਰ ਵਿਚ ਸਾਧ ਸੰਗਤ ਰਾਤ ਬਤੀਤ ਕਰਨੀ ਕੀਤੀ ਜੀ, ਰਾਤ ਭਈ ਚੜ ਕੇ ਸੁਖਦਾਈ, ਹੁਣ ਮਹਾਰਾਜ ਨੇ ਉੱਥੇ ਸਾਧ ਸੰਗਤ ਰਾਤ ਬਤੀਤ ਹੋਈ ਹੈ ਤੇ ਮਹਾਰਾਜ ਨੇ ਹੁਣ ਅੱਗੇ ਚਾਲੇ ਅਗਲੇ ਨਗਰਾਂ ਨੂੰ ਅਗਲੇ ਸਥਾਨਾਂ ਦਾ ਭਲਾ ਕਰਨਾ ਜਿੱਥੋਂ ਲੰਘਦੇ ਨੇ, ਤੇ ਮਹਾਰਾਜ ਬੇਅੰਤ ਵਰ ਦੇ ਕੇ ਤੇ ਇਲਾਕੇ ਦਾ ਭਲਾ ਕਰ ਰਹੇ ਨੇ ਜੀ, ਆਨ ਦਮਦਮੇ ਕੀਨਸ ਡੇਰਾ, ਮਹਾਰਾਜ ਹੁਣ ਕਿਉਂ ਜੋ ਜਾਣ ਤੋਂ ਪਹਿਲਾਂ ਭਾਈ ਡੱਲੇ ਨੇ ਆਪ ਜੀ ਨੇ ਸਰਵਣ ਕੀਤਾ ਸੀ ਪਿਛਲੇ ਦਿਨੀ, ਕਿ ਭਾਈ ਡੱਲੇ ਨੇ ਬਹੁਤ ਪ੍ਰੇਮ ਨਾਲ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਜਿੱਥੇ ਮਰਜ਼ੀ ਵਿਚਰੋ ਪਰ ਮੇਰੀ ਮਿਹਨਤ ਆਪ ਜੀ ਚਰਨਾਂ ਵਿੱਚ, ਆਪ ਜੀ ਵਾਪਸ ਇੱਥੇ ਟਿਕਾਣਾ ਕਰਿਓ, ਆਪ ਜੀ ਇਸ ਇਲਾਕੇ ਦਾ ਹੀ ਭਲਾ ਕਰਿਓ ਤੇ ਮਹਾਰਾਜ ਕਰਦੇ ਹੋਏ ਇਸ ਨਗਰ ਵਿੱਚ ਹੀ ਆਪ ਜੀ ਰਹੋ, ਕਿ ਇੱਥੇ ਸੰਗਤਾਂ ਆਪ ਜੀ ਕੋਲ ਆ ਰਹੀਆਂ ਨੇ ਬੇਅੰਤ ਦਰਸ਼ਨ ਕਰਕੇ, ਆਪ ਜੀ ਦੇ ਬਚਨ ਸਰਵਣ ਕਰਕੇ ਤੇ ਮੁਕਤੀ ਦੇ ਉਹ ਪਦਾਰਥ ਪ੍ਰਾਪਤ ਕਰ ਰਹੀਆਂ ਨੇ। ਮਹਾਰਾਜ ਨੇ ਉਸ ਸਮੇਂ ਬਚਨ ਕੀਤਾ ਸੀ, ਡੱਲਿਆ ਸੀ ਫਿਰ ਵਾਪਸ ਆਵਾਂਗੇ ਤੇਰੇ ਕੋਲ, ਤੇ ਮਹਾਰਾਜ ਇੱਧਰੋਂ ਹੁਣ ਬਠਿੰਡੇ ਤੋਂ ਸੰਮੀ ਨਗਰ ਹੁੰਦੇ ਹੋਏ ਤੇ ਮਹਾਰਾਜ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਨੇ ਜੀ, ਡੱਲਾ ਮਿਲਿਓ ਆਨ ਤਿਸ ਬੇਰਾ, ਤੇ ਆ ਕੇ ਜਦੋਂ ਪਤਾ ਲੱਗਿਆ ਕਲਗੀਧਰ ਪਾਤਸ਼ਾਹ ਆ ਰਹੇ ਨੇ ਤੇ ਡੱਲਾ ਭੱਜ ਕੇ ਨਗਰੋਂ ਬਾਹਰ ਜਾ ਕੇ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੇ ਤੇ ਜੀ ਆਇਆ ਕਹਿਣ ਗਿਆ ਜੀ, ਵੰਦਨ ਕਰੀ ਚਰਨੇ ਅਰਬਿੰਦ, ਬਹੁਤ ਮਹਾਰਾਜ ਦੇ ਕਮਲ ਸਰੀਖੇ ਚਰਨਾਂ ਤੇ ਨਮਸਕਾਰ ਕੀਤੀ ਜੀ, ਬੈਠ ਨਿਕਟ ਤਹ ਨਰ ਮਿਲ ਬ੍ਰਿੰਦ, ਜਦੋਂ ਮਹਾਰਾਜ ਆ ਗਏ ਨੇ ਸੱਜ ਗਏ ਨੇ, ਕਿਉਂ ਮਹਾਰਾਜ ਆਪ ਜੀ ਨੇ ਸਰਵਣ ਕੀਤਾ ਸੀ ਪਿਛਲੇ ਦਿਨੀ, ਕਿ ਮਹਾਰਾਜ ਨੇ ਜਿਹੜੇ ਤੰਬੂ ਬਾਹਰ ਲਾਏ ਨੇ ਕਿਲੇ ਵਿੱਚ ਨਹੀਂ ਰੁਕੇ, ਕਿ ਮਹਾਰਾਜ ਨੇ ਵਚਨ ਕੀਤਾ ਸੀ ਭਾਈ ਤੁਹਾਡੇ ਘਰੇ ਬੀਬੀਆਂ ਨੇ, ਅਸੀਂ ਭਾਈ ਬਾਹਰ ਠੀਕ ਆ ਸਾਡਾ, ਤੇ ਕਿਹਾ ਸੀ ਮਹਾਰਾਜ ਬੀਬੀਆਂ ਨੂੰ ਅਸੀਂ ਕਮਰੇ 'ਚ ਕਰ ਦਿੰਦੇ, ਮਹਾਰਾਜ ਕਹਿੰਦੇ ਨਹੀਂ ਭਾਈ, ਕਹਿੰਦੇ ਮਹਾਰਾਜ ਨਗਰ 'ਚ ਭੇਜ ਦਿੰਦੇ, ਮਹਾਰਾਜ ਕਹਿੰਦੇ ਨਹੀਂ ਭਾਈ ਬੀਬੀਆਂ ਤੁਸੀਂ ਆਪਦੇ ਘਰੇ ਰੱਖੋ ਤੇ ਅਸੀਂ ਭਾਈ ਬਾਹਰ ਆਪਦੇ ਸਿੰਘਾਂ ਦੇ ਨਾਲ ਅਸੀਂ ਬਾਹਰ ਆਵਾਂਗੇ ਤੰਬੂਆਂ ਵਿੱਚ। ਮਹਾਰਾਜ ਵਿੱਚ ਬੇਅੰਤ ਨਿਮਰਤਾ ਹੈ, ਮਹਾਰਾਜ ਨੇ ਚੰਗੇ ਗੁਰਮੁਖਾਂ ਵਾਲੇ ਖਾਨਦਾਨੀ ਲੋਕਾਂ ਵਾਲੇ ਗੁਣ ਦੱਸੇ ਸਨ ਉਸ ਸਮੇਂ, ਤੇ ਇੱਥੇ ਆ ਕੇ ਮਹਾਰਾਜ ਨੇ ਉਹ ਜਿਹੜਾ ਮਹਾਰਾਜ ਵਾਸਤੇ ਤੰਬੂ ਸੀਗਾ ਤੇ ਆਪ ਜੀ ਨੇ ਪਿਛਲੇ ਦਿਨੀ ਉੱਥੋਂ ਕੈਨੇਡਾ ਤੋਂ ਵੀ ਆਪ ਜੀ ਨੇ ਇਤਿਹਾਸ ਦੀ ਕਥਾ ਸਰਵਣ ਕੀਤੀ ਸੀ ਕਿ ਕਿਵੇਂ ਕਿਵੇਂ ਕਲਗੀਧਰ ਪਾਤਸ਼ਾਹ ਵਾਸਤੇ 2.5 ਲੱਖ ਰੁਪਈਏ ਦਾ ਜਿਹੜਾ ਕਾਬਲ ਦੋ ਸੰਗਤ ਤੋਂ ਨੇ ਬਣਾ ਕੇ ਬਹੁਤ ਸੁੰਦਰ ਮਹਾਰਾਜ ਵਾਸਤੇ ਭੇਜਿਆ ਸੀਗਾ ਤੰਬੂ, ਬਹੁਤ ਸੁੰਦਰ ਸੀਗਾ ਜਿਹਦੇ ਵਿੱਚ ਕਈ ਕਮਰੇ ਸਨ, ਆਪ ਜੀ ਨੇ ਸਰਵਣ ਕੀਤਾ ਸੀ, ਮਹਾਰਾਜ ਕੋਲ ਪ੍ਰਸਾਦੀ ਹਾਥੀ ਵੀ ਸੀ ਜਿਹਨੂੰ ਦੇਖ ਕੇ ਪਹਾੜੀਏ ਰਾਜੇ 22 ਧਾਰ ਦੇ ਰਾਜੇ ਦੇਖ ਕੇ ਤੇ ਹੈਰਾਨ ਹੋ ਗਏ ਸਨ ਕਿਵੇਂ ਆਪ ਜੀ ਨੇ ਸਰਵਣ ਕੀਤਾ ਸੀ। ਮਹਾਰਾਜ ਨੂੰ ਉਹੀ ਜਦੋਂ ਪੁੱਛਿਆ ਸੀਗਾ ਦੇਖ ਕੇ ਪ੍ਰਸਾਦੀ ਹਾਥੀ, ਥਾਲ ਜਿੰਨੀ ਜਗ੍ਹਾ ਮੱਥੇ ਚਿੱਟੀ ਸੀ, ਧਾਰੀ ਜਿਹੜੀ ਮੱਥੇ ਤੋਂ ਲੈ ਕੇ ਸੁਣ ਦੇ ਅਖੀਰ ਤੱਕ ਚਿੱਟੀ ਆਉਂਦੀ ਸੀ, ਤੇ ਆਪ ਜੀ ਨੇ ਇਹ ਵੀ ਸਰਵਣ ਕੀਤਾ ਸੀ ਕਈ ਗੁਰਮੁਖ ਪਿਆਰਿਆਂ ਨੇ ਉੱਥੋਂ, ਕਿ ਕਿਵੇਂ ਮਹਾਰਾਜ ਨੇ ਜਦੋਂ ਪੁੱਛਿਆ ਸੀ ਆ ਕੇ ਪਹਾੜੀ ਭੀਮ ਚੰਦ ਰਾਜੇ ਨੇ ਕਿ ਮਹਾਰਾਜ ਇਹਦੀ ਕੀ ਵਿਸ਼ੇਸ਼ਤਾ ਆਈ ਹੈ, ਤੇ ਜਦੋਂ ਮਹਾਰਾਜ ਨੇ ਜਦੋਂ ਕੀਤੀ ਬੇਨਤੀ ਤੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਸੀ ਉਸ ਸਮੇਂ, ਜਦੋਂ ਕੀਤਾ ਇਸ਼ਾਰਾ ਤੇ ਉਸ ਸਮੇਂ ਫਿਰ ਉਹਨੇ ਪ੍ਰਸ਼ਾਦੀ ਹਾਥੀ ਨੇ ਫਿਰ ਆਪਦੀ ਸੇਵਾ ਸ਼ੁਰੂ ਕਰ ਦਿੱਤੀ, ਜਿਹੜਾ ਚੌਰ ਬਰਦਾਸ ਸੀ ਉਹ ਤੋਂ ਪਹਿਲਾਂ ਚੌਰ ਲੈ ਲਈ ਤੇ ਕਲਗੀਧਰ ਪਾਤਸ਼ਾਹ ਨੂੰ ਚੌਰ ਕਰਨ ਲੱਗਿਆ। ਕਾਫੀ ਸਮਾਂ ਚੌਰ ਕਰਨ ਤੋਂ ਬਾਅਦ
ਤੇ ਫਿਰ ਜਾ ਸਾਧ ਸੰਗਤ ਗਿਆ ਸੁਰਾਹੀ ਲੈ ਕੇ ਆ ਜਲਦੀ ਭਰ ਕੇ ਤੇ ਕਲਗੀਧਰ ਪਾਤਸ਼ਾਹ ਦੇ ਚਰਨ ਧੋਤੇ ਉਹਨੇ। ਚਰਨ ਧੋਣ ਤੋਂ ਬਾਅਦ ਫਿਰ ਸੁੱਕਾ ਕੱਪੜਾ ਲਿਆਇਆ, ਮਹਾਰਾਜ ਦੇ ਚਰਨ ਪਹੁੰਚੇ ਨੇ, ਚਰਨ ਦਾਸੀਆਂ ਲੈ ਕੇ ਆਇਆ ਮਹਾਰਾਜ ਵਾਸਤੇ। ਚਰਨ ਦਾਸੀਆਂ ਮਹਾਰਾਜ ਝਾੜ ਕੇ ਪੂੰਝ ਕੇ ਚੰਗੀ ਤਰ੍ਹਾਂ ਮਹਾਰਾਜ ਦੇ ਅੱਗੇ ਰੱਖ ਕੇ ਤੇ ਚਰਨਾਂ ਤੇ ਨਮਸਕਾਰ ਕੀਤੀ ਸੀ ਉਹਨੇ। ਤੇ ਜਦੋਂ ਦੇਖਿਆ ਤੇ ਇਹ ਦੇਖ ਕੇ ਭੀਮ ਚੰਦ ਸੜ ਗਿਆ ਸੀ। ਭਾ ਮਹਾਰਾਜ ਦੀ ਘਰ ਦੀ ਵਡਿਆਈ ਬਹੁਤ। ਤੇ ਉਸ ਸਮੇਂ ਉਹਨੇ ਆਪਦੇ ਵਜ਼ੀਰ ਨੂੰ ਪੁੱਛਿਆ ਸੀ ਵੀ ਇਹਦੇ ਵਰਗਾ ਆਪਾਂ ਕਿੱਥੋਂ ਬਣਵਾ ਸਕਦੇ ਹਾਂ, ਤੇ ਦੱਸਿਆ ਸੀ ਇਹਦੇ ਵਰਗਾ ਨਹੀਂ ਮਿਲ ਸਕਦਾ ਕਿਤੋਂ ਵੀ, ਤੇ ਜਿਹੜਾ ਔਰੰਗੇ ਵਰਗਾ ਵੀ ਏਡਾ ਵੱਡਾ ਰਾਜਾ ਹੈ ਤੇ ਤਕਰੀਬਨ 2 ਲੱਖ ਤੋਂ ਕੁਛ ਨੇੜੇ ਤੇੜੇ ਘੱਟ ਹੀ ਉਹਦੇ ਮੁੱਲ ਵਾਲਾ ਉਹਦੇ ਕੋਲੇ ਹੈ, ਤੇ ਜੇ ਦੁਨੀਆਂ ਵਿੱਚ ਸਾਰਿਆਂ ਨਾਲੋਂ ਮਹਿੰਗਾ ਤੰਬੂ ਹੈ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ। ਕਿਉਂ ਮਹਾਰਾਜ ਦੀ ਘਰ ਦੀ ਵਡਿਆਈ ਬਹੁਤ ਹੈ, ਇਸ ਘਰ ਵਿੱਚ ਉਹ ਚੀਜ਼ਾਂ ਨੇ ਜਿਹੜੀਆਂ ਕਿਤੇ ਮਿਲ ਨਹੀਂ ਸਕਦੀਆਂ। ਤੇ ਇਹ ਵੀ ਦਾਸ ਬੇਨਤੀ ਕਰ ਦੇਵੇ ਇਸ ਘਰ ਵਿੱਚ ਕੋਈ ਜਿਹੋ ਜਿਹਾ ਵੀ ਆ ਜਾਏ ਤੇ ਉਹ ਵੀ ਸੋਭਾ ਪਾਉਣ ਲੱਗ ਜਾਂਦਾ, ਕਿਹੋ ਜਿਹਾ ਵੀ ਹੋਵੇ ਆਪਾਂ ਦੇਖਦੇ ਹੀ ਹਾਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜਿਹਨੂੰ ਕਿਸੇ ਦੀ ਕੌਡੀ ਜਿੰਨੀ ਕਿਸੇ ਦੀ ਕਦਰ ਨਹੀਂ ਸੀ ਬਾਹਰ, ਜਦੋਂ ਉਹੀ ਅੰਮ੍ਰਿਤ ਛੱਕ ਲੈਂਦਾ। ਇੱਕ ਦਿਨ ਦਾਸ ਦੇਖ ਰਿਹਾ ਸੀ ਕਿ ਗੋਰਾ ਕੋਈ ਨੌਜਵਾਨ ਤੇ ਇੱਕ ਗੁੱਡੀ ਨਾਲ ਲੱਗੀ ਹੋਈ ਹੈ ਤੇ ਉਹ ਨਾ ਕਕਾਰ ਐਂ ਦਿਖਾ ਰਹੇ ਨੇ, ਕਕਾਰ ਦਿਖਾਈ ਜਾ ਰਹੇ ਤੇ ਦੱਸੀ ਜਾ ਰਿਹਾ ਕਕਾਰ ਦਾ ਇੰਨੇ ਸ੍ਰੀ ਸਾਹਿਬ ਦਾ ਮੁੱਲ ਦੱਸਿਆ ਉਹਨਾਂ ਨੇ। ਫਿਰ ਕਸ਼ਹਿਰੇ ਕੰਨੀ ਦਸਤਾਰ ਕੰਨੀ ਉਂਗਲ ਕਰਕੇ ਫਿਰ ਕੰਘਾ ਫਿਰ ਕੜਾ ਤੇ ਇਤਿਹਾਸਕ ਜਦੋਂ ਐਂ ਦੱਸ ਰਹੇ ਨੇ ਮੁੱਲ ਦੱਸ ਰਹੇ ਨੇ ਵੀ ਇੰਨੇ ਇੰਨੇ ਮੁੱਲ ਦਾ, ਮੈਂ ਕਿਹਾ ਵੀ ਇਹ ਕੀ ਕਰੀ ਜਾਂਦੇ। ਦਾਸ ਹੈਰਾਨ ਹੋ ਕੇ ਦੇਖ ਰਿਹਾ ਤੇ ਇੰਨੇ ਦੇਖਦਿਆਂ ਤੇ ਉਹਨਾਂ ਨੇ ਜਿਹਨੂੰ ਸੱਜੇ ਹੱਥ ਨਾਲ ਦੱਸ ਰਹੇ ਨੇ ਤੇ ਦੱਸਦੇ ਤੇ ਜਦੋਂ ਇੱਕ ਦੂਜੇ ਪਾਸੇ ਹੱਥ ਕੀਤਾ ਤੇ ਉੱਧਰੋਂ ਕੋਈ ਇੱਕ ਨੌਜਵਾਨ ਆ ਉਹ ਵੀ ਗੋਰਾ ਤੇ ਉਹਦੇ ਸਾਰੇ ਕਕਾਰ ਪਾਏ ਹੋਏ ਨੇ ਤੇ ਉਹ ਜਿਹੜੇ ਕਕਾਰ ਪਾਏ ਵਾਲਿਆਂ ਨੂੰ ਉਹ ਫਿਰ ਕਹਿੰਦੇ ਦੁਬਾਰਾ ਦਿਖਾ ਕੇ ਕਕਾਰ ਵਾਲੇ ਪਾਸੇ ਹੱਥ ਕਰਕੇ ਕਹਿੰਦੇ ਇਹਦਾ ਆਹ ਪ੍ਰਾਈਜ਼ ਹੈ ਪਰ ਜਿਹੜਾ ਇਹਨੂੰ ਪਾਉਂਦਾ ਉਹ ਪ੍ਰਾਈਜ਼ਲੈਸ ਹੋ ਜਾਂਦਾ, ਉਹਦਾ ਕੋਈ ਮੁੱਲ ਨਹੀਂ ਰਹਿੰਦਾ, ਉਹ ਬੇਮੁੱਲਾ ਹੋ ਜਾਂਦਾ, ਬੜਮੁੱਲਾ ਹੋ ਜਾਂਦਾ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣ ਜਾਂਦਾ। ਤੇ ਹੈ ਵੀ ਸਾਧ ਸੰਗਤ ਖੇਡ ਵੀ ਇਸ ਘਰ ਦੀ ਇਹ ਹੈ, ਜਿਵੇਂ ਆਪ ਜੀ ਨੇ ਸੁਣਿਆ ਸੀ ਪ੍ਰੇਮ ਪਰੇ ਮੈਂ, ਜਿਹੜਾ ਪਰੇ ਮੈਂ ਕਰਕੇ ਆਉਂਦਾ ਤੇ ਸਾਧ ਸੰਗਤ ਮਹਾਰਾਜ ਉਹਨੂੰ ਵੰਡਣ ਵਾਲਾ ਬਣਾ ਦਿੰਦੇ। ਮੈਂ ਮਾਫ਼ੀ ਚਾਹੁੰਦਾ ਤੇ ਜੇ ਸੋਚਿਆ ਜਾਵੇ ਬਾਬੇ ਨਾਨਕ ਸਿੰਘ ਦਾ ਰੰਗ ਕਿਹੋ ਜਿਹਾ ਸੀ, ਪਰ ਭਲਾ ਕਿੰਨਾ ਕੀਤਾ, ਕਿੰਨਾ ਸੰਸਾਰ ਤਾਰ ਦਿੱਤਾ ਉਹ ਸਾਧੂ ਨੇ। ਇੱਥੇ ਕੋਈ ਰੰਗ ਨਹੀਂ, ਕੋਈ ਰੂਪ ਤੇ ਜਾਤ ਨਹੀਂ, ਕੋਈ ਆ ਜਾਵੇ ਢਹਿ ਕੇ ਤੇ ਦਾਤਾਂ ਵੰਡਣ ਵਾਲਾ ਬਣਾਉਂਦਾ, ਪਰੇ ਮੈਂ ਕਰਕੇ ਆਵੇ। ਤੇ ਆ ਦੇਖੋ ਉਹੀ ਹੁਣ ਪ੍ਰਸੰਗ ਅੱਗੇ ਚੱਲ ਰਿਹਾ, ਮਹਾਰਾਜ ਕੀ ਬਖਸ਼ਿਸ਼ ਕਰਦੇ, ਕਰੋ ਸਰਵਣ ਜੀ ਦਿਆਲ ਦਾਸ ਸਕਟਾ ਭਰ ਜੋਏ। ਤੇ ਸਾਧ ਸੰਗਤ ਆਪ ਜੀ ਨੇ ਪਿਛਲੇ ਦਿਨ ਸਰਵਣ ਵੀ ਕੀਤਾ ਸੀ, ਜਿਹੜਾ ਦਿਆਲ ਦਾਸ ਜਿਹੜਾ ਚਾਚਾ ਤੇ ਰਾਮ ਸਿੰਘ ਦਾ ਤੇ ਹੁਣ ਮਗਰ ਮਗਰ ਫਿਰਦਾ, ਹੁਣ ਉਹ ਚਾਹੁੰਦਾ ਕਿ ਮਹਾਰਾਜ ਜਿਹੜੇ ਪਿੱਛੇ ਆਪ ਜੀ ਨੇ ਸਰਵਣ ਕੀਤਾ ਸੀਗਾ, ਰਾਮ ਸਿੰਘ ਨੇ ਇਸ਼ਾਰਾ ਕਰਕੇ ਕਿਹਾ ਸੀ ਜਿੱਥੇ ਪਾਤਸ਼ਾਹ ਰੁਕਣਗੇ ਆਪਾਂ ਬੇਨਤੀ ਕਰਕੇ, ਜਿਹੜਾ ਤੂੰ ਲੰਗਰ ਘਰ ਵਾਸਤੇ ਵਿੱਚ ਤਿਆਰ ਕੀਤਾ ਸੀ ਮਹਾਰਾਜ ਨੂੰ ਛਕਾਉਣ ਵਾਸਤੇ, ਜਿੱਥੇ ਰੁਕਣਗੇ ਆਪਾਂ ਬੇਨਤੀ ਕਰਕੇ ਮਹਾਰਾਜ ਨੂੰ ਛਕਾਵਾਂਗੇ। ਤੇ ਮਹਾਰਾਜ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਸਨ, ਮਹਾਰਾਜ ਕਹਿੰਦੇ ਨਗੋਰੇ ਦਾ ਹੱਥ ਨਹੀਂ ਖਾਣਾ, ਤੇ ਹੱਥ ਦਾ ਨਹੀਂ ਖਾਣ ਕਰਕੇ ਤੇ ਬਚਨ ਹੋਏ ਸਨ, ਪਰ ਉਹ ਫਿਰ ਵੀ ਰਾਮ ਸਿੰਘ ਦੇ ਪ੍ਰੇਰਿਆ ਹੋਇਆ, ਹੁਣ ਦਿਆਲ ਦਾਸ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਵਾਰ ਵਾਰ ਉਹ ਜਿਹੜੀ ਪੈ ਰਹੀ ਹੈ ਉਸ ਗੱਲ ਡੂੰਘ ਕਿ ਮਹਾਰਾਜ ਮੈਂ ਖੁਸ਼ੀ ਨਹੀਂ ਲੈ ਪਾਇਆ, ਤੇ ਖੁਸ਼ੀ ਲੈਣ ਵਾਸਤੇ ਜਿੱਥੇ ਜਿੱਥੇ ਮਹਾਰਾਜ ਬਠਿੰਡੇ ਤੱਕ ਗਏ ਤੇ ਗੱਡਾ ਲੈ ਕੇ ਪਿੱਛੇ ਪਿੱਛੇ ਰਿਹਾ, ਹੁਣ ਸੰਮੀ ਨਗਰ ਤੋਂ ਮੁੜਦਿਆਂ ਹੋਇਆ ਹੁਣ
ਸਾਬੋ ਕੀ ਤਲਵੰਡੀ ਹੁਣ ਮਹਾਰਾਜ ਦੇ ਪਿੱਛੇ ਪਿੱਛੇ ਆਉਣਾ ਕੀਤਾ ਜੀ। ਸੰਗ ਲਿਓ ਫਿਰ ਲਿਆਓ ਸੋਏ, ਤੇ ਜਿਹੜਾ ਗੱਡਾ ਜਿਹੜਾ ਲੰਗਰ ਨਾਲ ਭਰਿਆ ਹੋਇਆ ਸੀਗਾ ਪਿੱਛੇ ਪਿੱਛੇ ਲਈ ਆਇਆ, ਮਹਾਰਾਜ ਨੇ ਛਕਿਆ ਨਹੀਂ ਤੇ ਹੁਣ ਪਿੱਛੇ ਲੈ ਕੇ ਹੁਣ ਤਲਵੰਡੀ ਸਾਬੋ ਕੀ ਤਲਵੰਡੀ ਆ ਪਹੁੰਚਿਆ ਜੀ। ਰਾਮ ਸਿੰਘ ਤਬ ਅਰਜ਼ ਬਖਾਨੀ, ਤੇ ਰਾਮ ਸਿੰਘ ਜਿਹੜਾ ਉਹਦਾ ਭਤੀਜਾ ਉਹਨੇ ਆ ਕੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜੀ, ਬਖਸ਼ੋ ਪ੍ਰਭੂ ਆਪਣੋ ਜਾਨੀ, ਮਹਾਰਾਜ ਕਿਰਪਾ ਕਰੋ ਆਪਣਾ ਜਾਣ ਕੇ ਇਹਨੂੰ ਬਖਸ਼ ਲਵੋ ਜੀ। ਆਦ ਤੇ ਹਾਵਨ ਅਧਿਕ ਅਹਾਰਾ, ਮਹਾਰਾਜ ਕਿਰਪਾ ਕਰੋ ਆਪ ਜੀ ਦੇ ਨੇ ਤੇ ਆਪ ਜੀ ਕਰਕੇ ਕਿਰਪਾ ਕਰੋ ਤੇ ਭੋਜਨ ਛਕਣਾ ਕਰੋ ਜੀ। ਲੀਏ ਬਠਿੰਡੇ ਸਕਟ ਪਧਾਰਾ, ਮਹਾਰਾਜ ਆਪ ਜੀ ਦੇ ਪਿੱਛੇ ਪਿੱਛੇ ਬਠਿੰਡੇ ਵੀ ਗਿਆ, ਉੱਥੇ ਵੀ ਆਪ ਜੀ ਨੇ ਮਗਰ ਰਿਹਾ ਤੇ ਹੁਣ ਕਰੋ ਕਿਰਪਾ ਜੀ। ਦਿਆਲ ਦਾਸ ਤਬ ਚਰਨੀ ਪਰਿਓ, ਤੇ ਦਿਆਲ ਦਾਸ ਇੰਨੇ ਚਿਰ ਨੂੰ ਜਦੋਂ ਦੇਖਿਆ ਮਹਾਰਾਜ ਦੇ ਨਾਲ ਉਹਨਾਂ ਦਾ ਭਤੀਜਾ ਰਾਮ ਸਿੰਘ ਬੇਨਤੀ ਕਰ ਰਿਹਾ ਤੇ ਦਿਆਲ ਦਾਸ ਸਾਹ ਸੰਗਤ ਮਹਾਰਾਜ ਦੇ ਚਰਨੀ ਢਹਿ ਪਿਆ, ਕਲਗੀਧਰ ਪਾਤਸ਼ਾਹ ਦੇ ਚਰਨੀ ਛੱਡ ਰਿਹਾ ਤੇ ਬਹੁਤ ਵਿਰਾਗ ਵਿੱਚ ਸਮਝ ਆ ਗਈ ਕਿ ਜੇ ਨਹੀਂ ਅੰਮ੍ਰਿਤ ਛਕਿਆ ਤੇ ਮੁਕਤੀ ਨਹੀਂ ਹੋਊਗੀ। ਕਿਉਂ? ਸਤਿਗੁਰ ਬਾਝੋ ਗੁਰ ਨੇ ਕੋਈ ਨਗੋਰੇ ਕਾਹੇ ਨੌ ਬੁਰਾ, ਤੇ ਨਗੋਰੇ ਬੰਦੇ ਦਾ ਨੌ ਹੀ ਬੁਰਾ ਤੇ ਕਿੱਥੋਂ ਮੁਕਤੀ ਮਿਲੂਗੀ। ਤੇ ਹੁਣ ਮੁਕਤੀ ਦਾਤੇ ਦੇ ਮੈਂ ਚਰਨਾਂ ਵਿੱਚ ਪਿਆ ਤੇ ਮਹਾਰਾਜ ਦੇ ਚਰਨ ਨਹੀਂ ਛੱਡੇ ਤੇ ਕਹਿੰਦਾ ਮਹਾਰਾਜ ਜਿਵੇਂ ਵੀ ਆ ਮੈਂ ਤੁਹਾਡਾ, ਮੈਨੂੰ ਆਪਣਾ ਬਣਾ ਲਓ ਜੀ। ਹੱਥ ਜੋਰ ਕਰ ਆਗੇ ਥਿਰਿਓ, ਤੇ ਅੱਖਾਂ ਨੀਵੀਆਂ ਨੇ ਸਿਰ ਨੀਵਾਂ ਤੇ ਪਰੇ ਮੈਂ ਕਰਕੇ ਭਾਵ ਪ੍ਰੇਮ ਦੇ ਵਿੱਚ, ਤੇ ਹੁਣ ਸਿਰ ਨੀਵਾਂ ਕੀਤਾ ਤੇ ਵਿਰਾਗ ਵਿੱਚ ਤੇ ਹੁਣ ਅੱਗੇ ਖੜਾ ਹੀ ਰਿਹਾ ਜੀ। ਦੇਖ ਕਿਰਪਾਲ ਕਹੇ ਉਹ ਥਿਰ ਥਯੋ, ਤੇ ਜਦੋਂ ਦੇਖ ਕੇ ਤੇ ਕਿਰਪਾਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾਲਤਾ ਦੇ ਖਜ਼ਾਨੇ ਨੇ, ਘਰ ਨੇ, ਬਖਸ਼ਿਸ਼ ਕਰਨ ਵਾਲੇ ਨੇ, ਹੁਣ ਦਿਆਲਤਾ ਦੇ ਘਰ ਵਿੱਚ ਆਏ ਨੇ ਤੇ ਮਹਾਰਾਜ ਨੇ ਹੁਣ ਮਿਹਰ ਦੇ ਵਚਨ ਕੀਤੇ ਨੇ ਜੀ। ਭਗਤੂ ਕੁੱਲ ਮਸੰਦ ਇਹ ਭਇਓ, ਮਹਾਰਾਜ ਕਹਿੰਦੇ ਤੂੰ ਭਗਤੂ ਦੀ ਕੁੱਲ ਦਾ ਤੂੰ ਮਸੰਦ ਆ ਜੀ। ਹਮ ਬਖਸ਼ਿਓ ਦੇਵੋ ਵਰਤਾਏ, ਮਹਾਰਾਜ ਕਹਿੰਦੇ ਜਾ ਤੈਨੂੰ ਬਖਸ਼ਿਆ, ਜਾ ਸ਼ਕ ਅੰਮ੍ਰਿਤ ਤੈਨੂੰ ਬਖਸ਼ ਦਿੱਤਾ। ਕਿਉਂ ਮਸੰਦ ਕਿਉਂ ਕਹਿੰਦੇ? ਕਿਉਂ ਇਹ ਮਾਇਆ ਖਾਣ ਵਾਲਾ ਸੀ, ਮਾਇਆ ਖਾਂਦਾ ਸੀ ਤੇ ਮਹਾਰਾਜ ਕਹਿੰਦੇ ਤੂੰ ਆਪਦੀ ਵਡਿਆਈ ਕਰਾ ਰਿਹਾ, ਮਾਇਆ ਖਾ ਰਿਹਾ ਪਰ ਤੂੰ ਦਾਤ ਨਹੀਂ ਲੈ ਰਿਹਾ। ਤੇ ਜਦੋਂ ਫਿਰ ਬਹੁਤ ਪ੍ਰੇਮ ਨਾਲ ਢਹਿ ਤੇ ਮਹਾਰਾਜ ਦੇ ਉਹਦੇ ਢਹਿਣ ਦੀ ਦੇਰੀ ਸੀ ਤੇ ਮਹਾਰਾਜ ਨੇ ਮੁੱਖ ਤੋਂ ਫਿਰ ਵਚਨ ਕੀਤੇ, ਫਿਰ ਪੜਨਾ ਕਰੋ ਜੀ। ਬਖਸ਼ਿਓ ਦੇਵੋ ਵਰਤਾਏ, ਮਹਾਰਾਜ ਕਹਿੰਦੇ ਤੈਨੂੰ ਬਖਸ਼ ਦਿੱਤਾ, ਜਾਓ ਜਾ ਕੇ ਲੰਗਰ ਵਰਤਾਉਣਾ ਕਰੋ ਜੀ। ਅਰਦਾਸ ਗੁਰੂ ਅਗਵਾਏ, ਤੇ ਫਿਰ ਦਿਆਲ ਦਾਸ ਨੇ ਅਰਦਾਸ ਕੀਤੀ ਜੀ। ਜਦ ਦੇਖਿਓ ਭੋਜਨ ਕੋ ਜਾਏ, ਤੇ ਜਦੋਂ ਜਾ ਕੇ ਉਹਦਾ ਗੱਡੇ ਵਿੱਚ ਭੋਜਨ ਪਿਆ ਸੀ ਜਦੋਂ ਜਾ ਕੇ ਦੇਖਣਾ ਕੀਤਾ ਜੀ। ਪਰੇ ਕਿਰਮ ਜਿਸਮੈ ਸਮੁਦਾਏ, ਤੇ ਸਾਧ ਸੰਗਤ ਕੀ ਦੇਖਿਆ? ਉਸ ਲੰਗਰ ਵਿੱਚ ਕੀੜੇ ਪਏ ਹੋਏ ਸਨ ਜੀ। ਆਨ ਗੁਰੂ ਟੇਕ ਅਰਜ਼ ਸੁਣਾਈ, ਤੇ ਕੋਲੇ ਆ ਕੇ ਫਿਰ ਦੁਬਾਰਾ ਬੇਨਤੀ ਕਰਨੀ ਕੀਤੀ ਜੀ। ਖੈਬੇ ਲਾਇਕ ਨਹੀਂ ਗੁਸਾਈ, ਕਹਿੰਦੇ ਮਹਾਰਾਜ ਉਹ ਤਾਂ ਖਾਣ ਲਾਇਕ ਰਿਹਾ ਹੀ ਨਹੀਂ, ਉਹਦੇ ਵਿੱਚ ਕੀੜੇ ਪੈ ਗਏ ਨੇ ਤੇ ਮਹਾਰਾਜ ਕਿਰਮ ਚੱਲੀ ਜਾਂਦੇ ਆ ਤੇ ਛਕਣ ਯੋਗ ਨਹੀਂ ਰਿਹਾ ਜੀ। ਬੀਤੇ ਦਿਵਸ ਬਹੁਤ ਕਿਰਮ ਭਰੇ ਹੈ, ਮਹਾਰਾਜ ਬਹੁਤ ਦਿਨ ਹੋ ਗਏ ਤੇ ਕੀੜੇ ਪੈ ਗਏ ਤੇ ਮਹਾਰਾਜ ਹੁਣ ਖਾਣ ਯੋਗ ਨਹੀਂ ਰਿਹਾ ਜੀ। ਫਿਰਿਓ ਸੰਗ ਵਿੱਚ ਸਕਟ ਧਰੇ ਹੈ, ਤੇ ਜਿਹੜਾ ਮਹਾਰਾਜ ਹੁਣ ਗੱਡੇ ਵਿੱਚ ਹੀ ਪਿਆ ਰਿਹਾ ਜੀ। ਸੁਣ ਪ੍ਰਭ ਕਹਿਓ ਹਮੇ ਦਿਖਰਾਵੋ, ਮਹਾਰਾਜ ਕਹਿ ਚੰਗਾ ਲਿਆਓ ਬਈ ਸਾਨੂੰ ਦਿਖਾਓ। ਮਹਾਰਾਜ ਦੇ ਜਦੋਂ ਵਚਨ ਕੀਤਾ ਤੇ ਦਿਆਲ ਦਾਸ ਭੱਜਿਆ ਗਿਆ ਗੱਡੇ ਕੋਲੇ ਤੇ ਜਾ ਕੇ ਫਿਰ ਹਾਂਜੀ ਹੁਣ ਥੋੜਾ ਜਿਹਾ ਭੋਜਨ ਲੈ ਕੇ ਆਊਗਾ ਜੀ। ਪਿੱਛੇ ਤੇ ਸਭ ਮੈਂ ਵਰਤਾਵੋ, ਤੇ ਕਹਿੰਦੇ ਮਹਾਰਾਜ ਕਹਿੰਦੇ ਪਿੱਛੋਂ ਭਾਈ ਸਾਰਿਆਂ ਵਿੱਚ ਵਰਤਾਓ ਜੀ। ਕੇਤਕ ਲਿਆਇਓ ਗੁਰੂ ਅਗਾਰੀ, ਤੇ ਕੁਛ ਕਹਿੰਦੇ ਮਹਾਰਾਜ ਕਹਿੰਦੇ ਸਾਡੇ ਕੋਲੇ ਲੈ ਕੇ ਆਉਣਾ ਕਰੋ ਜੀ। ਲੈਨ ਜਹਾਥਨ ਗੁਲਕਾ ਧਾਰੀ, ਤੇ ਜਦੋਂ ਮਹਾਰਾਜ ਅੱਗੇ ਲੈ ਕੇ ਆਇਆ ਤੇ ਗੁਲਕਾ ਧਾਰੀ ਭਾਵ ਜਿਵੇਂ ਗੋਲੀ ਬਣਾ ਲਈ ਉਹਦੀ,
ਕਦੇ ਇਹ ਨਾ ਕਹੋ ਮਹਾਰਾਜ ਰੌਂਦ ਰੱਖ ਲਿਆ ਕਦੇ ਹੱਥ, ਕਿਉਂ ਤੁਸੀਂ ਪਿਛਲੇ ਦਿਨ ਜੰਗਾਂ ਵਾਲੀਆਂ ਕਥਾ ਵੀ ਸੁਣੀ ਅਤੇ ਫੌਜਾਂ ਨੂੰ ਜੰਗਾਂ ਵਾਲੇ ਸਾਰੇ ਸ਼ਾਸਤਰ ਯਾਦ ਰਹਿੰਦੇ ਆ ਅਤੇ ਹੋਰ ਪਾਉਂਦੀ ਕੋਈ ਗੱਲ ਭੁੱਲ ਜਾਣ। ਇੱਥੇ ਗੁਲਕਾ ਭਾਵ ਗੋਲੀ ਜੀ ਵੱਟ ਲਈ ਮਹਾਰਾਜ ਨੇ ਤੇ ਜਦੋਂ ਐਂ ਵੱਟਦਿਆਂ ਘੁਮਾਉਂਦਿਆਂ ਘੁਮਾਉਂਦਿਆਂ ਮਹਾਰਾਜ ਜੋ ਦ੍ਰਿਸ਼ਟੀ ਪਾਈ ਉਹਦੇ ਉੱਤੇ ਲੰਗਰ ਤੇ ਜੀ ਕਰ ਤਲ ਪਰ ਬੱਟੀ ਗੁਰ ਕਰੀ ਤੇ ਦੇਖਦਿਆਂ ਮਹਾਰਾਜ ਨੇ ਐਂ ਤਲੀ ਤੇ ਘੁਮਾਉਂਦੇ ਘੁਮਾਉਂਦੇ ਤਲੀ ਦੇ ਬਿਲਕੁਲ ਵਿਚਾਲੇ ਲਿਆ ਕੇ ਤੇ ਬੱਟੀ ਜੀ ਬਣਾ ਲਈ ਜੀ। ਦੇਗ ਭਗਤ ਕੀ ਪੂਰਨ ਪਰੀ ਮਹਾਰਾਜ ਦ੍ਰਿਸ਼ਟੀ ਪਾਈ ਮਹਾਰਾਜ ਕਹਿੰਦੇ ਜਾ ਤੇਰੀ ਦੇਗ ਪੂਰੀ ਹੋ ਗਈ ਜੀ। ਪੁਨ ਵਰਤਾਵਨ ਹਾਰ ਨਿਹਾਰਾ ਤੇ ਜਦੋਂ ਹੁਣ ਜਾ ਕੇ ਜਦੋਂ ਦੇਖਣਾ ਕੀਤਾ ਜੀ ਸੁਧ ਆਹਾਰ ਭਯੋ ਇੱਕ ਵਾਰਾ ਤੇ ਕਹਿੰਦੇ ਇੱਕ ਵਾਰੀ ਚ ਸਾਰਾ ਜਿਹੜਾ ਸੀਗਾ ਸ਼ੁੱਧ ਹੋ ਗਿਆ, ਸਾਰੇ ਕਰਮ ਜਿਹੜੇ ਸੀਗੇ ਦਿਸਣੋਂ ਹਟ ਗਏ ਉਹਦੇ ਵਿੱਚੋਂ ਤੇ ਇਉਂ ਹੋ ਗਿਆ ਕਿ ਜਿਵੇਂ ਹੁਣੇ ਤਾਜ਼ਾ ਪਕਾਇਆ ਹੋਵੇ ਤੇ ਜਦੋਂ ਢੱਕਣ ਚੱਕੇ ਤੇ ਭਾਫਾਂ ਨਿਕਲ ਰਹੀਆਂ ਸਨ, ਬਿਲਕੁਲ ਤਾਜ਼ਾ ਜਿਵੇਂ ਪ੍ਰਸ਼ਾਦਾ ਬੀਬੀਆਂ ਲਾਹ ਕੇ ਤਵੇ ਤੋਂ ਐਂ ਲਹਿੰਦਾ ਲਹਿੰਦਾ ਮੂਹਰੇ ਰੱਖਦੀਆਂ ਤੇ ਪ੍ਰਸ਼ਾਦੇ ਵੀ ਸਾਧ ਸੰਗਤ ਉਦੋਂ ਉਵੇਂ ਹੋ ਗਏ ਸਨ। ਤੇ ਫਿਰ ਉਦੋਂ ਜਦੋਂ ਦੇਖਿਆ ਸਿੰਘਾਂ ਨੇ ਮਹਾਰਾਜ ਨੇ ਇਹ ਕਲਾ ਵਰਤਾਈ ਆ ਤੇ ਫਿਰ ਸਿੰਘਾਂ ਨੇ ਅੱਗੇ ਦੇਖੋ ਹੁਣ ਖੁਸ਼ੇ ਕਰਨੇ ਨੇ ਜੀ ਸਿੰਘਨ ਮਹਿਲਾ ਗਿਓ ਬਰਤਾਵਨ ਤੇ ਉਦੋਂ ਇੱਕਦਮ ਜਾਲੀ ਜਾਲੀ ਹੁਣ ਜਿਹੜਾ ਗਰਮ ਗਰਮ ਪ੍ਰਸ਼ਾਦਾ ਭਾਫਾਂ ਛੱਡਦਾ ਤੇ ਵਰਤਾਉਣ ਲੱਗੇ ਤੇ ਹੁਣ ਪਤਾ ਹੀ ਆਪ ਜੀ ਨੂੰ ਤੇ ਹਜ਼ਾਰਾਂ ਦੇ ਹਿਸਾਬ ਨਾਲ ਮਹਾਰਾਜ ਨਾਲ ਫੌਜਾਂ ਨੇ ਤੇ ਜਿਹੜੇ ਹੁਣ ਜਦੋਂ ਇੰਨੇ ਵਿੱਚ ਹੁਣ ਸਾਧ ਸੰਗਤ ਸਮਾਂ ਲੱਗਣਾ ਹੀ ਆ ਵਰਤਾਉਂਦੇ ਆ ਤੇ ਹੁਣ ਹੌਲੀ 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 ਲੱਗੇ ਵਰਤਾਉਣ ਤੇ ਇੰਨੇ ਚਿਰ ਨੂੰ ਹੁਣ ਫੌਜਾਂ ਨੇ ਆਪਸ ਵਿੱਚ ਇੱਕ ਮਤਾ ਪਕਾ ਲਿਆ ਜੀ ਬਹੁ ਕਰਾਹੇ ਦੇ ਕਰ ਤ੍ਰਿਪਤਾਵਨ ਤੇ ਕਹਿੰਦੇ ਕਈ ਸ਼ੱਕੀ ਜਾਂਦੇ ਤ੍ਰਿਪਤ ਹੋਈ ਜਾਂਦੇ ਪਰ ਜਿਹੜੇ ਦੂਰ ਬੈਠੇ ਹਲੇ ਡੀਕ ਰਹੇ ਨੇ ਜਿਹੜੇ ਜੀ ਭਇਓ ਰੌਰ ਤਬ ਲੂਟ ਮਚਾਈ ਬਸ ਸਿੰਘਾਂ ਨੇ ਰੌਲਾ ਪਾਤਾ ਕਹਿੰਦੇ ਇਉਂ ਵਰਤਾਉਂਦੇ ਸਮਾਂ ਲੱਗਣਾ ਤੇ ਸਿੰਘਾਂ ਨੇ ਇਸ਼ਾਰਾ ਕਰਤਾ ਇੱਕ ਦੂਜੇ ਨੂੰ ਬਈ ਫੌਜੋ ਲੁੱਟ ਲਵੋ ਬਈ ਹੁਣ ਲੰਗਰ ਦੀ ਲੁੱਟ ਪੈ ਗਈ। ਇਹ ਵੀ ਸਾਧ ਸੰਗਤ ਸਮਾਂ ਬਣਦਾ ਸੀ ਲੰਗਰ ਦੀ ਲੁੱਟ ਕਰਾਇਆ ਕਰਦੇ ਬਈ ਸੰਗੋ ਸੰਗੋ ਭਰ ਲਓ ਜਿਹਨੇ ਜਿਹੜਾ ਭਰ ਕੇ ਲੈ ਕੇ ਜਾਵੇ ਖੋ ਤੇ ਖਾਓ ਤੇ ਬਈ ਮੌਜ ਕਰੋ ਮਹਾਰਾਜ ਐਂ ਸਿੰਘਾਂ ਵੀ ਸਮਾਂ ਵੀ ਬਣਵਾਇਆ ਕਰਦੇ ਤੇ ਖਿਆਲ ਰੱਖਣਾ ਇੱਥੇ ਨਹੀਂ ਆਪਣੇ ਕਰਨਾ ਇਹ ਕੰਮ ਤੇ ਕਿਉਂ ਮੁੜ ਕੇ ਇੱਥੇ ਬੱਚੇ ਵੀ ਡਰ ਜਾਣਗੇ ਫੌਜਾਂ ਆਪਣੇ ਇਹੋ ਜਿਹੇ ਕੰਮ ਨੂੰ ਤਿਆਰ ਹੀ ਰਹਿੰਦੀਆਂ ਉਹ ਇੱਕ ਦਿਨ ਕਿਤੇ ਸੁਣਾ ਤਾਂ ਜਕਾਰੇ ਵਾਲਾ ਕੰਮ ਤੇ ਭਾਈ ਇਉਂ ਕਰਦੇ ਹੁੰਦੇ ਫੌਜਾਂ ਤੇ ਸਿੰਘਾਂ ਨੇ ਉਦੋਂ ਚੰਗੀ ਮਰਿਆਦਾ ਬਣਾਈ ਉਹਨੂੰ ਢਾ ਲਿਆ ਤੇ ਉਹਦਾ ਜਕਾਰਾ ਲਾਤਾ ਤੇ ਉਹਨੂੰ ਢਾ ਲਿਆ ਤੇ ਉਹਦਾ ਜਕਾਰਾ ਲਾਤਾ ਤੇ ਇੱਧਰ ਹੁਣ ਸਿੰਘਾਂ ਨੇ ਫੌਜਾਂ ਨੇ ਫਿਰ ਆਪਸ ਵਿੱਚ ਮਤਾ ਪਕਾ ਲਿਆ ਬਈ ਵਰਤਾਉਂਦਿਆਂ ਬਹੁਤ ਸਮਾਂ ਲੱਗਣਾ ਤੇ ਡੀਕਦਿਆਂ ਬਹੁਤ ਦੂਰ ਪੈ ਜਾਣਾ ਆਪਾਂ ਬਈ ਸਿੰਘੋ ਛੱਡੋ ਜਕਾਰਾ ਤੇ ਹੱਲਾ ਕਰ ਦਿਓ ਤੇ ਜਾ ਪਏ ਉਹਨਾਂ ਪਤੀਲਿਆਂ ਤੇ ਪ੍ਰਸ਼ਾਦਿਆਂ ਤੇ ਜਿਹੜੇ ਹੱਥ ਜਿਹੜਾ ਕੁਛ ਆ ਤੇ ਚੱਕ ਚੱਕ ਛੇਣ ਫੌਜਾਂ ਛੱਕੀ ਜਾਂਦੀਆਂ ਨੇ ਜੀ ਪਰਿਓ ਖਾਲਸਾ ਲੈ ਲੇ ਧਾਈ ਬਸ ਲੈ ਕੇ ਹੱਲੇ ਕਰ ਕਰਕੇ ਜਕਾਰੇ ਛੱਡ ਛੱਡ ਜਾਂਦੇ ਆ ਤੇ ਹੱਲਾ ਕਰ ਕਰਕੇ ਤੇ ਭਰ ਭਰ ਕੇ ਆਪ ਹੀ ਛੱਕੀ ਜਾਂਦੇ ਜੀ ਆਪੇ ਆਪ ਸਗਰ ਲੈ ਗਏ ਆਪੇ ਆਪ ਕੋਈ ਵਰਤਾਵਾ ਨੀ ਹੁਣ ਕਹੀ ਚਾਹੀਦਾ ਕਹਿੰਦੇ ਅਸੀਂ ਆਪੇ ਆਪਦੇ ਜੋਗਾ ਆਪ ਹੀ ਲੈ ਜਾਵਾਂਗੇ ਜੀ ਸਤਿਗੁਰ ਹੇਰ ਹੇਰ ਬਿਕਸੇ ਮਹਾਰਾਜ ਦੇਖਦੇ ਹੱਸੀ ਜਾਂਦੇ ਵੀ ਫੌਜਾਂ ਹੁਣ ਆਪਦੇ ਮਜ਼ੇ ਵਿੱਚ ਆ ਬਈ ਕਿਉਂ ਮਹਾਰਾਜ ਨੂੰ ਪਿਆਰ ਆਉਂਦਾ ਗੁਰੂ ਸਾਹਿਬ ਇੰਨਾ ਪਿਆਰ ਕਰਦੇ ਆ ਸਿੱਖਾਂ ਨੂੰ ਆਪ ਜੀ ਸੋਚ ਨਹੀਂ ਸਕਦੇ ਕਿਉਂ ਮਹਾਰਾਜ ਨੂੰ ਪਤਾ ਵੀ ਮੈਂ ਉਹ ਸਮਾਂ ਵੀ ਦੇਖਿਆ ਜਦੋਂ ਇਹਨਾਂ ਦੇ ਹੱਡ ਨਿਕਲ ਗਏ ਸਨ ਜਦੋਂ ਇਹਨਾਂ ਕੋਲ ਖਾਣ ਨੂੰ ਕੁਛ ਨਹੀਂ ਸੀ ਮੈਂ ਉਹ ਸਮਾਂ ਮਹਾਰਾਜ ਕਹਿੰਦੇ ਮੈਂ ਜਾਣਦਾ ਜਦੋਂ ਮੈਂ ਇਹਨਾਂ ਪੁੱਛਦਾ ਖਾਲਸੇ ਨੇ ਕੀ ਛੱਕਿਆ ਤੇ ਕੋਈ ਇੱਕ ਦਾ ਚੌਲ ਦਾ ਦਾਣਾ ਮਿਲਦਾ ਤੇ ਘਸਾ ਕੇ ਪਾਣੀ ਵਿੱਚ ਪੀਂਦੇ ਸਨ ਤੇ ਉਦੋਂ ਕਹਿੰਦੇ ਸਨ ਮਹਾਰਾਜ ਤੁਹਾਡੇ ਖਾਲਸੇ ਨੇ ਅੱਜ ਪਲਾਓ ਛੱਕਿਆ ਮਹਾਰਾਜ ਨੇ ਫਿਰ ਪੁੱਛਣਾ ਮੇਰੇ ਖਾਲਸੇ ਨੇ ਕੀ ਛੱਕਿਆ ਤੇ ਉਦੋਂ ਖਾਲਸੇ ਨੇ ਕਹਿਣਾ ਮਹਾਰਾਜ ਤੁਹਾਡੇ ਖਾਲਸੇ ਨੇ ਅੱਜ ਬਦਾਮ ਛੱਕੇ ਕੋਈ ਨਾ ਕੋਈ ਐਂ ਕਿਤੇ ਉੱਥੇ ਡਿੱਗਿਆ ਕੋਈ ਕਾਲੇ ਛੋਲਿਆਂ ਦਾਣਾ ਮਿਲ ਜਾਣਾ ਤੇ ਸਿੰਘਾਂ ਨੇ ਘਸਾ ਕੇ ਤੇ ਸਾਰੇ ਪਾਣੀ 'ਚ ਰਲਾ ਕੇ ਪੀਣਾ ਇਹ ਨਹੀਂ ਵੀ ਇਕੱਲੇ ਨੇ ਮੂੰਹ 'ਚ ਕਿਸੇ ਨੇ ਪਾ ਲਿਆ ਕਿਉਂ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇਹ ਮਹਾਰਾਜ ਦੇ ਘਰ ਦਾ ਸਿਧਾਂਤ ਸੀਗਾ
ਸਿੱਖ ਦੂਜੇ ਇੱਕ ਦੂਜੇ ਨਾਲ ਸਾਂਝ ਕਰਦਾ ਸੀ ਰੋਟੀ ਦੀ, ਵੰਡ ਕੇ ਛਕਦਾ ਸੀ। ਸਿੱਖ ਨੂੰ ਉਨ੍ਹਾਂ ਚਿਰ ਬਰਕੀ ਲੰਘਦੀ ਨਹੀਂ ਸੀ ਜਿੰਨਾ ਚਿਰ ਉਹਦਾ ਗੁਆਂਢੀ ਭਾ ਰੋਟੀ ਤੋਂ ਬਗੈਰ ਨਾ ਕੋਈ ਸੌਂ ਜਾਵੇ। ਉਹਨੇ ਪਹਿਲਾਂ ਗੁਆਂਢੀ ਨੂੰ ਪੁੱਛਣਾ, ਗਰੀਬ ਨੂੰ ਪੁੱਛਣਾ ਅਤੇ ਫਿਰ ਮੂੰਹ 'ਚ ਬਰਕੀ ਪਾਉਣੀ। ਆਹ ਚੀਜ਼ਾਂ ਦੇਖ ਕੇ ਅਤੇ ਉਸ ਸਮੇਂ ਲੋਕ ਹਿੰਦੂ ਅਤੇ ਮੁਸਲਮਾਨ ਧਰਮ ਛੱਡ ਕੇ ਅਤੇ ਸਿੱਖ ਬਣੇ ਸਨ। ਹੁਣ ਸਿੱਖ ਕਹਿੰਦਾ ਜਿਹੜਾ ਕੁਛ ਆਵੇ ਤਾਂ ਮੇਰੇ ਘਰ ਵਿੱਚ ਆ ਜਾਵੇ। ਉਹ ਜਿਹੜੇ ਸੀਗੇ ਨਾ ਸਾਧ ਸੰਗਤ ਤੁਹਾਡੇ ਵਿੱਚ ਜਿਹੜਾ ਵੰਡ ਕੇ ਛਕਣ ਵਾਲਾ ਗੁਣ, ਉਹ ਬਹੁਤ ਘੱਟ ਗਿਆ। ਕੋਈ ਬਿਰਲਾ ਬਿਰਲਾ ਰਹਿ ਗਿਆ ਜਿਹਦੇ ਵਿੱਚ ਇਹ ਗੁਣ ਰਿਹਾ ਹੋਊਗਾ। ਅਤੇ ਪਰ ਸਾਧ ਸੰਗਤ ਜਦੋਂ ਵੰਡ ਕੇ ਛਕਦੇ ਹਨ ਤਾਂ ਆਨੰਦ ਵੱਖਰਾ ਹੀ ਬਣਦਾ, ਉਹਦੇ ਵਿੱਚ ਰਸ ਬਹੁਤ। ਉਹਦੇ ਪ੍ਰਥਾਏ ਮਾਰੇ ਬਚਨ ਕਰਦੇ, ਫੇਰ ਕਰੋ ਸਰਵਣ ਜੀ ਸਤਿਗੁਰ ਹੇਰ ਹੇਰ ਬਿਕਸੇ। ਮਹਾਰਾਜ ਦੇਖ ਦੇਖ ਕੇ ਤੇ ਬੜੇ ਹੱਸ ਰਹੇ ਨੇ, ਖੁਸ਼ ਹੋ ਰਹੇ ਨੇ ਕਿ ਸ਼ੁਕਰ ਹੈ ਕਿ ਅੱਜ ਖਾਲਸਾ ਲੁੱਟ ਕੇ ਛਕ ਰਿਹਾ ਜੀ। ਕਿਤਕ ਦੇਰ ਪਿੱਛੇ ਸਿੱਖ ਆਏ, ਇੰਨੇ ਸਮੇਂ ਚ ਸਾਧ ਸੰਗਤ ਦੇਖਦੇ ਆ ਤੇ ਕੁਛ ਸਿੱਖ ਜਿਹੜੇ ਪਿੱਛੇ ਰਹਿ ਗਏ ਸਨ, ਹੁਣ ਇੰਨੇ ਸਮੇਂ ਵਿੱਚ ਕੁਛ ਸਿੰਘ, ਹੁਣ ਜਿਹੜੇ ਪੰਜ ਦਸ ਸਿੰਘ ਸੀਗੇ ਤੇ ਹੁਣ ਉਹ ਵੀ ਉੱਥੇ ਪਹੁੰਚ ਗਏ ਨੇ ਜੀ। ਹੋਤੇ ਪੰਜ ਦਸ ਨੇ ਕਿਛ ਖਾਏ, ਤੇ ਜਿਹੜੇ ਪੰਜ ਦਸ ਰਹਿ ਗਏ ਉਹਨਾਂ ਨੂੰ ਕੁਛ ਛਕਣ ਨੂੰ ਮਿਲਿਆ ਨੀ। ਫੌਜਾਂ ਨੇ ਤਾਂ ਜਮੇ ਲਪੇਟੇ ਪਾਤੇ, ਪਤੀਲੇ ਕਸਾ ਕਸਾ ਕੇ ਸਾਫ਼ ਕਰ ਦਿੱਤੇ, ਤੇ ਜਦੋਂ ਕਰ ਦਿੱਤੇ ਤੇ ਜਦੋਂ ਦੇਖਿਆ ਮਹਾਰਾਜ ਦੂਰੋਂ ਦ੍ਰਿਸ਼ਟੀ ਪਾ ਕੇ ਦੇਖ ਰਹੇ ਨੇ। ਹੁਣ ਦੇਖਦੇ ਹਾਂ ਵੀ ਹੁਣ ਕੀ ਕਰੂਗਾ। ਜਿਹੜਾ ਪ੍ਰਸ਼ਾਦਾ ਸੀਗਾ ਹੁਣ ਉਹ ਤਾਂ ਹੋ ਗਿਆ ਮਸਤਾਨ, ਦਾਲਾਂ ਜਿਹੜਾ ਹੋਰ ਖੀਰਾਂ ਬਣਾ ਕੇ ਲੈਣ ਉਹਨੇ ਖਾਲਸੇ ਨੇ ਜਮ੍ਹਾਂ ਕਰਤੇ ਸਫ਼ਾ ਚੱਟ, ਉਹ ਤਾਂ ਕਰਦੇ ਜਮੇ ਪਤੀਲੇ ਐਂ ਧੋਣ ਦੀ ਲੋੜ ਹੀ ਨਹੀਂ, ਵਿਹਲੇ ਕਰ ਦਿੱਤੇ ਜਮ੍ਹਾਂ। ਤੇ ਹੁਣ ਦੇਖਦੇ ਹਾਂ ਜਿਹੜੇ ਆਹ ਪੰਜ ਦਸ ਮੇਰੇ ਸਿੱਖ ਆਏ ਤੇ ਹੁਣ ਇਹ ਕੀ ਕਰੂਗਾ ਜੀ। ਸਿੱਖ ਗੁਰ ਕਹਿਓ ਜਾਹੋ ਇਸ ਕਾਲਾ, ਮਹਾਰਾਜ ਕਹਿੰਦੇ ਜਾਓ ਇਸੇ ਸਮੇਂ ਜੀ। ਦਿਆਲ ਦਾਸ ਕੋ ਗਹਿ ਲਿਓ ਪਾਲਾ, ਮਹਾਰਾਜ ਕਹਿੰਦੇ ਜਾ ਕੇ ਭਾਈ ਉਹਦਾ ਕੁੜਤਾ ਫੜ ਲਿਓ, ਪਿੱਛੋਂ ਦਿਆਲ ਦਾਸ ਦਾ ਪੱਲਾ ਫੜਿਓ ਕਿ ਅੱਜ ਹੁਣ ਉਹਦੀ ਲੰਗਰ ਦੀ ਸੇਵਾ, ਅੱਜ ਉਹਨੇ ਸਭ ਨੂੰ ਪ੍ਰਸ਼ਾਦਾ ਛਕਾਉਣਾ। ਪਰ ਕਲਗੀਧਰ ਪਾਤਸ਼ਾਹ ਨੂੰ ਪਤਾ ਉਹਦੇ ਕੋਲ ਹੁਣ ਮੁੱਕ ਚੁੱਕਿਆ, ਹੁਣ ਪਰਖ ਵੀ ਕਰਨੀ ਕਿ ਗੁਰੂ ਨੇ ਦਾਤ ਵੱਡੀ ਦੇਣੀ ਪਰਖਣ ਤੋਂ ਬਾਅਦ। ਸਿੱਖ ਗਿਆ ਕਿਤੇ ਬਾਹਰ ਜਾ ਰਿਹਾ ਸੜਕ ਦੇ ਕਿਨਾਰੇ, ਗੱਡੀ ਚਲਾਈ ਜਾਂਦਾ, ਕੋਈ ਤੁਰਿਆ ਜਾਂਦਾ, ਵਿਦਿਆਰਥੀ ਮਿਲ ਗਿਆ ਆਪ ਜੀ, ਤੁਸੀਂ ਰੋਟੀ ਨਹੀਂ ਖਾਣੀ, ਆਪਦਾ ਪ੍ਰਸ਼ਾਦਾ ਪਹਿਲਾਂ ਉਸ ਵਿਦਿਆਰਥੀ ਜਾਂਦੇ ਬੱਚੇ ਨੂੰ ਛਕਾਉਣਾ। ਦਾਸ ਨੇ ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਅਤੇ ਉਹਦਾ ਦਾਸ ਨੂੰ ਬਹੁਤ ਪਿਆਰੇ ਰਿਜ਼ਲਟ ਕਈ ਗੁਰਮੁਖਾਂ ਤੋਂ ਮਿਲੇ ਆ। ਅਤੇ ਦਾਸ ਨੇ ਆਪ ਜੀ ਨੂੰ ਉਸ ਦਿਨ ਇਹ ਵੀ ਬੇਨਤੀ ਕੀਤੀ ਸੀ, ਆਪਦਾ ਪ੍ਰਸ਼ਾਦਾ ਤੁਰੇ ਜਾਂਦੇ ਵਿਦਿਆਰਥੀ ਸਿੱਖ ਨੂੰ ਛਕਾਓਗੇ ਤੁਹਾਨੂੰ ਪੂਰਾ ਦਿਨ ਭੁੱਖ ਨਹੀਂ ਲੱਗੂਗੀ। ਇਹ ਗੱਲਾਂ ਦਾਸ ਨੂੰ ਆਪ ਦੱਸੀਆਂ ਨੌਜਵਾਨਾਂ ਨੇ, ਕਹਿੰਦੇ ਵਾਕਈ ਹੋਇਆ ਹੀ ਉਹ ਕਿ ਜਿਹੜਾ ਲੈ ਕੇ ਗਏ ਸੀ ਉਹਨਾਂ ਨੂੰ ਜਦੋਂ ਛਕਾਇਆ ਅਤੇ ਵਾਕਈ ਗੁਰੂ ਦੀ ਇੱਡੀ ਖੇਡ ਰਹੀ, ਬਾਣੀ ਵਿੱਚ ਵੀ ਮਨ ਲੱਗਿਆ ਅਤੇ ਪੂਰਾ ਦਿਨ ਭੁੱਖ ਵੀ ਨਹੀਂ ਲੱਗੀ। ਕਿਉਂ? ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗੁਰੂ ਘਰ ਨਾਲ ਥੈਲੇ ਸਾਰੇ ਚੜਾ ਲੈਣਗੇ, ਪਰ ਕੋਈ ਲੋੜਵੰਦ ਹੋਵੇ, ਗਰੀਬ, ਕੋਈ ਭੈਣ ਭਰਾ ਤੁਰਿਆ ਜਾਂਦੇ ਉਹਨੂੰ ਛਕਾਵੇ, ਫਿਰ ਦੇਖੋ ਰਹਿੰਦਾ ਜੀਵਨ ਸਿੱਖੀ ਤੇ ਡੋਲੂਗਾ ਨਹੀਂ। ਉਹ ਯਾਦ ਰੱਖੂਗਾ ਕਿ ਮੈਂ ਜਾ ਰਿਹਾ ਸੀ ਤੇ ਹਮ ਰੁੜਤੇ ਫਿਰਦੇ ਕੋਈ ਬਾਤ ਨਾ ਪੁੱਛਦਾ ਤੇ ਮੈਂ ਫਿਰਦਾ ਸੀ ਇਉਂ ਅਣਜਾਣਾ ਜਿਹਾ ਮੰਗੂ ਤੇ ਸਿੱਖਾਂ ਨੇ ਮੈਨੂੰ ਰੋਕ ਰੋਕ ਕੇ ਤੇ ਪ੍ਰਸ਼ਾਦਾ ਛਕਾਇਆ। ਉਹ ਇਕੱਲੀ ਇਕੱਲੀ ਬੁਰਕੀ ਜਿਹੜੀ ਉਹਦੇ ਅੰਦਰ ਜਾਊਗੀ ਤੇ ਸਿੱਖੀ ਉਹਦੇ ਅੰਦਰ ਪਕਾ ਦੇਊਗੀ ਸਾਸ ਨੂੰ। ਉਹ ਰਹਿੰਦਾ ਜੀਵਨ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋਊਗਾ। ਇਹੀ ਸਾਧ ਸੰਗਤ ਅੱਗੇ ਸਮਾਂ ਹੁੰਦਾ ਸੀ, ਇਹ ਆਪਾਂ ਦੁਬਾਰਾ ਲੈ ਕੇ ਆਈਏ। ਅੱਜ ਦੇ ਆਹ ਪ੍ਰਕਰਨ ਸੁਣਦੇ ਅੰਦਰੋਂ ਆਪਾਂ ਪ੍ਰਣ ਕਰੀਏ ਕਿ ਮਹਾਰਾਜ ਅੱਜ ਤੋਂ ਬਾਅਦ ਜਿੰਨਾ ਸਾਡੇ ਕੋਲ ਪ੍ਰਸ਼ਾਦਾ ਹੋਊ, ਕੋਈ ਤੁਰਿਆ ਜਾਂਦਾ ਮਿਲੂ, ਅਸੀਂ ਉਹਨੂੰ ਛਕਾਵਾਂਗੇ। ਮਹਾਰਾਜ ਆਪਾਂ ਤਾਂ ਘਰਾਂ 'ਚ ਵਧੀਆ ਮਿਲਦਾ, ਉਹ ਤਾਂ ਵਿਚਾਰੇ ਆਪਦੇ ਮਾਂ ਪਿਓ ਨੂੰ ਛੱਡ ਕੇ ਆ ਗਏ, ਮਾਂ ਪਿਓ ਨੂੰ ਉੱਥੇ ਛੱਡ ਕੇ ਆ ਗਏ ਅਤੇ ਸਿਰ 'ਤੇ ਕਰਜ਼ੇ ਲੈ ਕੇ ਇੱਥੇ ਆ ਗਏ, ਵਿਚਾਰੇ ਕੰਮ ਚੱਜਦੇ ਨਹੀਂ ਮਿਲਦੇ, ਪੜ੍ਹਾਈਆਂ ਵਿੱਚ ਅਖਿਆਈਆਂ ਆ ਰਹੀਆਂ,
ਪਰ ਜਦੋਂ ਤੁਸੀਂ ਉਹਨਾਂ ਦਾ ਥੋੜ੍ਹਾ ਸਹਾਰਾ ਬਣੋਗੇ, ਰਹਿੰਦਾ ਜੀਵਨ ਤੁਹਾਨੂੰ ਰੋ ਰੋ ਕੇ ਅਸੀਸਾਂ ਦਿੰਦੇ ਰਹਿਣਗੇ। ਤੁਹਾਡੇ ਨਹੀਂ, ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਕਿਤੇ ਅੰਨ ਕੰਨੀ ਭੁੱਖੀ ਨਹੀਂ ਰਹੂਗੀ, ਕਿਉਂ ਅਸੀਸ ਲੱਗ ਗਈ ਹੈ। ਅਤੇ ਜਿਹੜੀ ਅਸੀਸ ਆਂਦਰਾਂ 'ਚ ਲੱਗਦੀ ਹੈ ਅਤੇ ਪ੍ਰਫੁੱਲਤ ਬਹੁਤ ਹੁੰਦੀ ਹੈ। ਅਤੇ ਬਾਬਾ ਨੰਦ ਸਿੰਘ ਜੀ ਅਗਲਾ ਵਚਨ ਵੀ ਕਰਦੇ ਸੀ, ਕਹਿੰਦੇ ਪਰ ਜੇ ਕਿਸੇ ਦੀ ਦਰਸੀਸ ਆਂਦਰਾਂ 'ਚੋਂ ਲੱਗ ਜਾਵੇ, ਕਹਿੰਦੇ ਕਰਮ ਉਹਦੇ ਲੱਖ ਚੰਗੇ ਹੋਣ ਸੜ ਜਾਂਦੇ ਆ ਅਤੇ ਉਹਨੂੰ ਉਹਦਾ ਦੋਸ਼ੀ ਬਣਨਾ ਪੈਂਦਾ। ਇਹ ਗੱਲ ਵੀ ਰੱਖਣਾ। ਇੱਕ ਵਾਰੀ ਫੇਰ ਪੜੋ ਜੀ, ਦਿਆਲ ਦਾਸ ਕੋ ਗਹਿ ਲਿਓ ਪਾਲਾ। ਤੇ ਜਾ ਕੇ ਸਿੱਖ ਨੇ ਫੜ ਲਿਆ ਵੀ ਭਾਈ ਅਸੀਂ ਪ੍ਰਸ਼ਾਦਾ ਨਹੀਂ ਛਕਿਆ, ਛਕਾਓ ਲੰਗਰ। ਤੇ ਹੁਣ ਲੰਗਰ ਹੋ ਗਿਆ ਸੀ ਮਸਤਾਨਾ ਜੀ। ਗਏ ਕਹਿ ਦੇਹੋ ਦੇਗ ਹਮਾਰੀ, ਕਹਿ ਲਿਆਓ ਵੀ ਕਿੱਥੇ ਸਾਡਾ ਪ੍ਰਸ਼ਾਦਾ, ਛਕਾਉਣਾ ਕਰੋ ਸਾਨੂੰ ਜੀ। ਗੌਰੇ ਸੁੱਤ ਤਬ ਛਾਪ ਉਤਾਰੀ। ਤੇ ਜਿਹੜੇ ਗੌਰੇ ਦਾ ਪੁੱਤਰ ਸੀ ਨਾ ਇਹ, ਤੇ ਉਹਨੇ ਸਾਧ ਸੰਗਤ ਦੇਖਦਿਆਂ ਭਾਈ ਗੌਰੇ ਦੇ ਪੁੱਤਰ ਨੇ ਉਂਗਲ ਵਿੱਚ ਜਿਹੜੀ ਸੋਨੇ ਅੰਗੂਠੀ ਸੀ ਤੇ ਲਾ ਲਈ ਜੀ। ਇਨਕੋ ਦਈ ਮੋਲ ਲੇਖਾ ਵੋ, ਤੇ ਦੇ ਦਿੱਤੀ ਤੁਸੀਂ ਇਉਂ ਕਰੋ ਇਹਨੂੰ ਮੁੱਲ ਵੇਚ ਦਵੋ, ਇਹਦਾ ਜਿੰਨਾ ਭੋਜਨ ਮਿਲੇ ਤੇ ਤੁਸੀਂ ਛੱਕ ਕੇ ਤੇ ਫੌਜੋ ਆਨੰਦ ਲਵੋ ਜੀ। ਦੇਗ ਵਿਖੇ ਕੁਛ ਭੰਗ ਨਾ ਪਾਵੋ। ਕਹਿੰਦੇ ਬਸ ਜਿਹੜੇ ਹੁਣ ਮਹਾਰਾਜ ਦੀ ਮਸਾ ਖੁਸ਼ੀ ਹੋਈ ਹੈ, ਹੁਣ ਦੇਗ ਦੇ ਵਿੱਚ ਕਿਤੇ ਜਿਹੜੀ ਮਹਾਰਾਜ ਨੇ ਇੰਨਾ ਲੰਗਰ ਚਲਵਾ ਤਾ ਆਨੰਦ ਬਣਾ ਦਿੱਤਾ, ਕਿਤੇ ਭੰਗਣਾ ਨਾ ਪੈ ਜੇ ਜੀ। ਇੱਕ ਤੁਰੰਗਮ ਇੱਕ ਦੁਸ਼ਾਲਾ, ਇੰਨੇ ਸਮੇਂ ਦੇ ਵਾਸਤੇ ਜਿਹੜਾ ਮਹਾਰਾਜ ਵਾਸਤੇ ਬਹੁਤ ਸੁੰਦਰ ਘੋੜਾ ਤੇ ਬਹੁਤ ਕੀਮਤੀ ਦੁਸ਼ਾਲਾ ਜਿਹੜਾ ਲੈ ਕੇ ਆਇਆ ਸੀ ਜੀ। ਦਿਆਲ ਦਾਸ ਦੀਨਸ ਤਿਸ ਕਾਲਾ, ਉਸੇ ਸਮੇਂ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਜੀ। ਬਖਸ਼ ਮਿਲਾਇਓ ਸੰਗਤ ਮਾਹੀ, ਮਹਾਰਾਜ ਨੇ ਬਖਸ਼ ਕੇ ਤੇ ਸੰਗਤ ਚ ਰਲਾ ਤਾ, ਜਾ ਭਾਈ ਸੰਗਤ ਵਿੱਚ ਰਲ ਜਾ ਜੀ। ਰਹਿਓ ਸੰਗ ਸੇਵਾ ਕਰ ਪਾਹੀ, ਮਹਾਰਾਜ ਕਹਿੰਦੇ ਹੁਣ ਨੇੜੇ ਨਾਲ ਹੀ ਰਹਿਣਾ ਤੇ ਸੰਗਤ ਵਿੱਚ ਰਹਿ ਕੇ ਤੇ ਤੂੰ ਸੇਵਾ ਕਰਨੀ ਦਿਆਲ ਦਾਸ ਜੀ। ਕਰ ਨਰ ਦਰਸ਼ਨ ਸਦਨ ਸਿਧਾਰੇ, ਤੇ ਦਰਸ਼ਨ ਕਰ ਕਰਕੇ ਤੇ ਸਾਰੇ ਜਾ ਰਹੇ ਨੇ ਜੀ। ਖਾਨ ਪਾਨ ਸਹਿਣਾ ਕਰ ਸਾਰੇ, ਤੇ ਸਾਰੀਆਂ ਫੌਜਾਂ ਨੇ ਪ੍ਰਸ਼ਾਦਾ ਛਕ ਲਿਆ ਜੀ। ਫਿਰ ਹੋਇਆ ਕੇਤਕ ਦਿਵਸ ਬਿਤਾਏ, ਉਸ ਦਿਨ ਜਦੋਂ ਬਤੀਤ ਹੋਏ ਸਾਬੋ ਕੀ ਤਲਵੰਡੀ ਜੀ। ਪੁਰਹਿ ਕਾਮ ਸਿੱਖ ਸੰਗਤ ਆਏ, ਤੇ ਸਾਧ ਸੰਗਤ ਜਿਹੜੀਆਂ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਤੇ ਸਾਧ ਸੰਗਤ ਇੱਛਾ ਪੂਰਕ ਗੁਰੂ ਕੋਲੇ ਪਹੁੰਚ ਰਹੀਆਂ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਕਲਪ ਬ੍ਰਿਸ਼ ਵੀ ਰਹਿੰਦਾ ਉਹਨਾਂ ਚਰਨਾਂ ਥੱਲੇ, ਜਿਹੜੇ ਇੱਛਾ ਪੂਰਨ ਕਰਨ ਵਾਲੇ। ਤੇ ਉਹ ਆ ਕੇ ਹੁਣ ਸੰਗਤਾਂ ਸਿੱਧੀਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੁੜਦੀਆਂ, ਜਿਹੜੀਆਂ ਜਿਹੜੀਆਂ ਭਾਵਨਾ ਇੱਛਾ ਲੈ ਕੇ ਆਉਂਦੀਆਂ ਨੇ ਮਹਾਰਾਜ ਉਹਨਾਂ ਦੀਆਂ ਉਹ ਇੱਛਾ ਕਾਮਨਾ ਪੂਰੀਆਂ ਕਰਦੇ ਨੇ ਜੀ। ਇੱਕ ਦਿਨ ਡੱਲੇ ਕੋਲੇ ਸੰਗ, ਮਹਾਰਾਜ ਕਹਿੰਦੇ ਚੱਲ ਵੇ ਡੱਲਿਆ ਤੂੰ ਤਾਂ ਇੱਥੇ ਰਹਿਣਾ, ਚੱਲ ਅੱਜ ਤੈਨੂੰ ਕੋਈ ਤੈਨੂੰ ਬਾਹਰ ਵੀ ਲੈ ਕੇ ਚੱਲੀਏ ਜੀ। ਨੇਤੇ ਅਖੇਰ ਕੇ ਚੜੇ ਤੁਰੰਗ, ਮਹਾਰਾਜ ਚੱਲ ਬਈ ਆਪਾਂ ਕੋਈ ਸ਼ਿਕਾਰ ਖੇਡ ਕੇ ਆਈਏ ਜੀ। ਗਏ ਦੂਰ ਮ੍ਰਿਗ ਦੇਖਿਓ ਜਬ, ਜਦੋਂ ਸਾਧ ਸੰਗਤ ਬੜੇ ਦੂਰ ਨਿਕਲਦੇ ਗਏ ਤੇ ਉੱਥੇ ਜਾਂਦੇ ਇੱਕ ਉਹਨਾਂ ਨੂੰ ਮਿਰਗ ਦਿਸਿਆ ਜੀ। ਸਰ ਖਰ ਸ਼ੋਰ ਸੰਘਾਰਿਓ ਤਬ, ਮਹਾਰਾਜ ਨੇ ਜਦੋਂ ਮਾਰਿਆ ਤੀਰ ਤੇ ਦੇ ਜਬ ਵੱਜਿਆ ਤੀਰ ਤੇ ਮਿਰਗ ਦੇ ਪ੍ਰਾਣ ਨਿਕਲ ਗਏ ਜੀ, ਤੇ ਨਿਕਲ ਰਹੇ ਨੇ ਤੇ ਹੁਣ ਲੱਤਾਂ ਰਗੜ ਰਿਹਾ ਜੀ। ਮਾਰਤ ਸ੍ਰੀ ਮੁਖ ਤੇ ਬਹੁ ਹੱਸੇ, ਤੇ ਇਹਨੇ ਜਦੋਂ ਵੱਜਿਆ ਤੀਰ ਤੇ ਕਲਗੀਧਰ ਪਾਤਸ਼ਾਹ ਉੱਚੀ ਉੱਚੀ ਹੱਸ ਰਹੇ ਨੇ ਜੀ। ਉਸ ਬੀਚ ਦਸਨ ਦੁੱਤ ਲਸੇ, ਤੇ ਜਦੋਂ ਹੱਸ ਰਹੇ ਨੇ ਤੇ ਹੱਸਦੇ ਹੱਸਦੇ ਦੇਖੋ ਕਿੰਨਾ ਸੋਹਣਾ ਲੰਕਰ ਲਾਇਆ। ਕਹਿੰਦੇ ਹੱਸਦੇ ਹੱਸਦੇ ਕਲਗੀਧਰ ਪਾਤਸ਼ਾਹ ਦੇ ਮੁੱਖ ਵਿੱਚੋਂ ਨਾ ਬੁੱਲਾਂ ਦੇ ਵਿੱਚੋਂ ਹਲਕੇ ਤੇ ਪਤਲੇ ਐਂ ਦੇਖਦੇ ਦੰਦ ਦਿਸਣ ਲੱਗੇ। ਜਦੋਂ ਮਹਾਰਾਜ ਦੇ ਦੰਦ ਦੰਦਵੀੜ ਦੇ ਸੀ ਨਾ, ਤੇ ਡੱਲੇ ਦਾ ਮਨ ਵਿਸਮਾਦ ਵਿੱਚ ਹੋ ਗਿਆ, ਕਿਉਂ ਜਿਹੜੇ ਮਹਾਰਾਜ ਦਰਸ਼ਨ ਨੇ ਨਾ, ਜਦੋਂ ਮਹਾਰਾਜ ਹੱਸਦੇ ਨੇ ਖੇਡ ਵੱਖਰੀ ਬਣ ਜਾਂਦੀ ਹੈ। ਜਿਵੇਂ ਜਿਵੇਂ ਕੋਈ ਮਹਾਰਾਜ ਦਾ ਸਮਾਂ ਬਣਦਾ, ਜੇ ਵੀਰ ਰਸ ਵਿੱਚ ਵੀ ਆਉਂਦੇ ਆ ਤੇ ਕਹਿੰਦੇ ਕਹਾਉਂਦੇ ਪਾਪੀਆਂ ਤੇ ਦੁਸ਼ਟਾਂ ਦੇ, ਕਹਿੰਦੇ ਕਹਾਉਂਦੇ ਬਾਈ ਧਾਰ ਵਰਗੇ ਰਾਜੇ ਜਿਹੜੇ ਵੀ ਹੋਣ, ਭਵਨ ਭੀਮ ਚੰਦ ਵਰਗੇ ਵੀ ਤੇ ਭਵਨ ਦੇ ਕੋਈ ਵੀ ਹੋਣ, ਤੇ ਉਹ ਜਦੋਂ ਮਹਾਰਾਜ ਵੀਰ ਰਸ ਬਚਨ ਤੇ ਸਰੂਪ
ਤੇ ਜਿਹੜੇ ਉਹ ਮਹਾਰਾਜ ਦੀ ਲਿਖਤ ਤੇ ਫਿਰ ਕਹਿੰਦੇ ਕਹਾਉਂਦੇ ਔਰੰਗੇ ਵਰਗੇ ਦੇ ਵੀ ਹੌਲ ਪੈਂਦੇ ਨੇ। ਇੱਧਰ ਮਹਾਰਾਜ ਖੁਸ਼ ਹੋਏ ਨੇ ਤੇ ਖੁਸ਼ ਹੋ ਕੇ ਤੇ ਮਹਾਰਾਜ ਨੇ ਬਚਨ ਕੀਤਾ ਜੀ, ਦਰਸ਼ਨ ਦਿੱਤੇ, ਪਿੱਖ ਡੱਲੇ ਕਰ ਜੋਰ ਲਾਏ ਤੇ ਦੇਖ ਕੇ ਉਦੋਂ ਫਿਰ ਮਹਾਰਾਜ ਜਦੋਂ ਮਹਾਰਾਜ ਹੱਸੀ ਜਾ ਰਹੇ ਨੇ ਤੇ ਤੀਰ ਬਖਸ਼ ਦਿੱਤਾ ਤੇ ਡੱਲੇ ਨੇ ਕੀਤੀ ਬੇਨਤੀ ਜੀ, ਇਸ ਕੋ ਹੱਥ ਕਰ ਕਿਉਂ ਬਿਕਸਾਏ। ਮਹਾਰਾਜ ਇਹਨੂੰ ਦੇਖ ਕੇ ਤੁਸੀਂ ਕਿਉਂ ਹੱਸੇ ਹੋ, ਕਿਉਂ? ਹੁਣ ਉਹਨੇ ਸਿੱਖ ਨੇ ਸਵਾਲ ਪੁੱਛਣਾ, ਕਿਉਂ? ਕਿਉਂ ਹੈਰਾਨੀ ਹੋ ਰਹੀ ਹੈ, ਉਹਦੇ ਪ੍ਰਾਣ ਨਿਕਲ ਰਹੇ ਨੇ, ਮਹਾਰਾਜ ਤੁਸੀਂ ਹੱਸੀ ਜਾ ਰਹੇ ਹੋ, ਗੱਲ ਹੈ ਕੀ? ਪਰ ਜਿਹੜਾ ਉਹ ਸਰੂਪ ਆ ਮਹਾਰਾਜ ਦਾ, ਉਹ ਸਰੂਪ ਦੇ ਦਰਸ਼ਨ ਕਰਕੇ ਤੇ ਮਨ ਵਿਸਮਾਦ ਵਿੱਚ ਵੀ ਜਾ ਰਿਹਾ। ਹੁਣ ਇਹੀ ਸਮਾਂ ਬਣਿਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਤੇ ਅਫਗਾਨਿਸਤਾਨ ਗਏ, ਢਾਕੇ ਵਾਲੇ ਸਥਾਨ ਤੇ ਗਏ। ਉੱਥੇ ਮਹਾਰਾਜ ਦਾ ਬਹੁਤ ਪਿਆਰਾ ਸਿੱਖ ਸੀ ਭਾਈ ਬਲਾਕੀ ਦਾਸ, ਬਹੁਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਨੂੰ ਪਿਆਰ ਕਰਦਾ ਸੀ। ਪਰ ਜਿਹੜੀ ਉਹਨਾਂ ਦੀ ਮਾਤਾ ਸੀ ਸਾਧ ਸੰਗਤ, ਉਹ ਭਾਈ ਬਲਾਕੀ ਦਾਸ ਜਿਵੇਂ ਪਿਆਰ ਕਰਦਾ ਸੀ, ਮਸੰਦ ਸੀ, ਬਹੁਤ ਪਿਆਰ ਕਰਨ ਨਾਲ ਪ੍ਰੇਮ ਭਾਵਨਾ ਵਾਲਾ ਸੀ, ਪਰ ਉਹਨਾਂ ਦੀ ਮਾਤਾ ਉਹ ਤੋਂ ਵੀ ਜ਼ਿਆਦਾ ਸੀ, ਬਹੁਤ ਪ੍ਰੇਮ ਕਰਦੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਕੀਤੇ, ਢਾਕੇ ਸ਼ਹਿਰ ਵਿੱਚ ਸੇਵਾ ਕੀਤੀ, ਸੇਵਾ ਕਰਦਿਆਂ ਤੋਂ ਮਹਾਰਾਜ ਇੰਨੇ ਖੁਸ਼ ਹੋਏ ਤੇ ਮਹਾਰਾਜ ਨੇ ਆਖਿਆ ਮੰਗੋ। ਤੇ ਬਲਾਕੀ ਦਾਸ ਦੀ ਮਾਤਾ ਨੂੰ ਜਦੋਂ ਮਹਾਰਾਜ ਨੇ ਬਚਨ ਕੀਤਾ ਮੰਗੋ, ਤੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੇ ਕਿਰਪਾ ਕਰਨੀ ਹੈ ਤੇ ਇਹ ਕਰੋ ਕਿ ਤੁਸੀਂ ਸਾਨੂੰ ਆਪਦਾ ਸਰੂਪ ਦੇ ਦਿਵੋ, ਤੁਹਾਡੇ ਸਰੂਪ ਦੇ ਮੈਂ ਦਰਸ਼ਨ ਕਰਾਂ। ਤੇ ਕਰਦੀ ਕਰਦੀ ਮਹਾਰਾਜ ਮੈਂ ਅਖੀਰਲਾ ਸਮਾਂ ਮੇਰਾ ਬਣ ਜਾਵੇ, ਮਹਾਰਾਜ ਕਹਿੰਦੇ ਚੰਗਾ ਬਣਾ ਲਵੋ ਤੁਸੀਂ। ਬਲਾਕੀ ਦਾਸ ਦੀ ਮਾਂ ਨੂੰ ਜਦੋਂ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤੇ ਨੇ ਤੇ ਉਹਨਾਂ ਨੇ ਦੇਖਦਿਆਂ ਦੇਖਦਿਆਂ ਇੱਕ ਸਾਧ ਸੰਗਤ ਲਿਆਂਦਾ ਜਿਹੜਾ ਚਿੱਤਰਕਾਰ ਸੀ, ਚਿੱਤਰਕਾਰੀ ਕਰਦਾ ਸੀ। ਤੇ ਫਿਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਕਰ ਰਿਹਾ ਤੇ ਚਿੱਤਰਕਾਰੀ ਜਦੋਂ ਕਰਦਾ ਕਰਦਾ ਸਰੂਪ ਬਣਾਉਂਦਾ ਬਣਾਉਂਦਾ ਤੇ ਮਹਾਰਾਜ ਦੇ ਮੁੱਖ ਕੋਲ ਆ ਕੇ ਰੁਕ ਗਿਆ ਸੀ, ਉਹ ਬਣਾ ਨਹੀਂ ਪਾਇਆ। ਤੇ ਜਦੋਂ ਕਹਿੰਦੇ ਮਹਾਰਾਜ ਮੈਂ ਸਰੂਪ ਦੇ ਮੇਰੇ ਦਰਸ਼ਨ ਨਹੀਂ ਕੀਤੇ ਜਾ ਰਹੇ, ਮਹਾਰਾਜ ਦਾੜਾ ਨਹੀਂ ਮੰਦੇ ਸਿਰੇ, ਮੇਰੇ ਤੋਂ ਝਾਕਿਆ ਨਹੀਂ ਜਾ ਰਿਹਾ। ਤੇ ਫਿਰ ਉਸ ਸਮੇਂ ਬਲਾਕੀ ਦਾਸ ਦੀ ਮਾਤਾ ਨੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜਾ ਰਹਿੰਦਾ ਸਰੂਪ ਆਪ ਜੀ ਪੂਰਾ ਕਰੋ ਆਪ। ਤੇ ਮਹਾਰਾਜ ਨੇ ਫੜ ਕੇ ਕਲਮ 'ਤੇ ਆਪ ਰਹਿੰਦਾ ਸਰੂਪ ਬਣਾਇਆ ਸੀ, ਜਿਹਦਾ ਉਤਾਰਾ ਗਾਂਹ ਦੀ ਗਾਂਹ ਦੱਸਦੇ ਨੇ ਗੁਰਮੁਖ ਪਿਆਰੇ ਮਹਾਂਪੁਰਸ਼, ਉਤਾਰੇ ਵਿੱਚੋਂ ਉਤਾਰਾ ਹੁੰਦਿਆ ਹੁੰਦਿਆ ਜਿਹੜਾ ਸੀਸਗੰਜ ਆ ਮਹਾਰਾਜ ਜਿਹੜਾ ਸਰੂਪ ਲੱਗਿਆ ਉਹਦੇ ਵਿੱਚੋਂ ਉਤਾਰਾ, ਉਹਦੇ ਵਿੱਚੋਂ ਉਹ ਉਤਾਰਾ ਹੁੰਦਾ ਹੁੰਦਿਆ ਅਤੇ ਉਹ ਸਰੂਪ ਗਾਂਹ ਅੱਗੇ ਤਿਆਰ ਹੋਇਆ। ਜਿਹੜਾ ਅਸਲੀ ਸੀਗਾ ਉਹ ਹੁਣ ਉਹਦੇ ਵਿੱਚੋਂ ਇੱਕ ਜਿਹੜਾ ਦੱਸਦੇ ਨੇ ਉੱਥੇ ਆਪਣੇ ਕਲਕੱਤੇ ਵੀ ਹੈਗਾ ਅਤੇ ਉਹਦੇ ਵਿੱਚੋਂ ਉਤਾਰਾ ਹੁੰਦਾ ਇਹ ਪਹੁੰਚਿਆ ਹੈਗਾ। ਅਤੇ ਐਂ ਕਰਕੇ ਜਦੋਂ ਦਰਸ਼ਨ ਕੀਤੇ ਆ ਬਲਾਕੀ ਦਾਸ ਉਹਨਾਂ ਨੇ ਆਨੰਦ ਲਿਆ, ਇੱਧਰੋਂ ਸੰਗਤਾਂ ਆਨੰਦ ਲੈ ਰਹੀਆਂ, ਮਹਾਰਾਜ ਮੁਸਕਰਾ ਰਹੇ ਨੇ ਅਤੇ ਮੁਸਕਰਾ ਕੇ ਜੋ ਦਰਸ਼ਨ ਦੇ ਰਹੇ ਨੇ ਅਤੇ ਦਿੰਦੇ ਆ। ਅਤੇ ਸਵਾਲ ਕੀਤਾ ਕਿ ਮਹਾਰਾਜ ਇਹ ਪ੍ਰਾਣ ਤਿਆਗ ਰਿਹਾ ਤੇ ਵਿੱਚੋਂ ਕਾਰਨ ਕੀ ਆ ਜੀ? ਇਹ ਗੁਰਸਿੱਖ ਗੁਰ ਕੇਰ ਖਜ਼ਾਨਾ। ਤੇ ਮਹਾਰਾਜ ਕਹਿੰਦੇ ਇਹ ਭਾਈ ਸਾਡਾ ਪਹਿਲਾਂ ਗੁਰਸਿੱਖ ਸੀਗਾ ਜੀ ਤੇ ਖਜ਼ਾਨਚੀ ਸੀ ਜੀ, ਰਹੇ ਉਹ ਚਰਾਵਤ ਦਰਬ ਮਹਾਨਾ। ਮਹਾਰਾਜ ਕਹਿੰਦੇ ਇਹ ਖਜ਼ਾਨਚੀ ਸੀ ਤੇ ਇਹ ਮਾਇਆ ਚੋਰੀ ਕਰਦਾ ਸੀ ਗੁਰੂ ਘਰ ਵਿੱਚੋਂ ਜੀ, ਅਧਿਕ ਖਰਾਬ ਕਰਿਓ ਅਰ ਖਾਇਓ। ਮਹਾਰਾਜ ਕਹਿੰਦੇ ਬਹੁਤ ਜਿਹੜੀ ਇਹਨੇ ਖਰਾਬ ਕਰ ਦਿੱਤੀ, ਭਾਵ ਜਦੋਂ ਗੁਰੂ ਘਰ ਦਾ ਕਾਰਜ ਕਰਨਾ ਇੱਕ ਇੱਕ ਪੈਸਾ ਸਾਧ ਸੰਗਤ ਸੋਚ ਕੇ ਲਾਉਣਾ, ਬਿਜਲੀ ਵਾਧੂ ਬਲ ਰਹੀ ਹੈ, ਕੋਈ ਫਲ ਆ ਗਿਆ ਗੁਰੂ ਘਰ ਵਿੱਚ, ਕੋਈ ਸਬਜ਼ੀ ਆ ਗਈ ਜਾਂ ਦੁੱਧ ਆ ਗਿਆ, ਜੇ ਖਰਾਬ ਹੋ ਗਿਆ ਤੇ ਆਹ ਦੇਖੋ ਆਪ ਜੀ ਆ ਪ੍ਰਸੰਗ ਸੁਣ ਰਹੇ ਹੋ ਸਾਰੇ ਜਣੇ, ਗੁਰਮੁਖਾਂ ਨੂੰ ਚਰਨਾਂ 'ਚ ਬੇਨਤੀ ਹੈ ਇਉਂ ਕਰਕੇ ਤੇ ਫਿਰ ਗੁਣਹਗਾਰ ਬਣ ਜਾਈਦਾ ਇਸ ਘਰ ਦੇ ਵਿੱਚ। ਜਿਵੇਂ ਹੁਣ ਕਿੰਨੇ ਸਾਲ ਮਹਾਰਾਜ ਨੇ ਉੱਥੇ ਸੇਵਾ ਲਈ, ਪਹਿਲਾਂ ਕੋਲ ਮਾਰ ਕਿਤੇ ਵੀ ਗਰਮ ਪਾਣੀ ਸਿੰਘਾਂ ਨੂੰ ਵਰਤਣ ਨਹੀਂ ਦਿੱਤਾ, ਕਿਉਂ? ਗਰਮ ਪਾਣੀ ਵਰਤੋਂਗੇ
ਗੁਰੂ ਘਰ ਦਾ ਨੁਕਸਾਨ ਹੁੰਦਾ। ਠੰਡ ਲੱਗਦੀ ਲੱਗ ਜਾਵੇ ਤੇ ਠੰਡੇ ਪਾਣੀ ਨਾਲ ਬਰਤਨ ਧੋਵੋ। ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜਾ ਹੈਗਾ ਕਿ ਇਸ ਪਾਣੀ ਵਿੱਚ ਬਰਤਨ ਧੋਈ ਜਾਓ। ਘਰ ਦਾ ਗੁਰੂ ਘਰ ਦਾ ਨੁਕਸਾਨ ਜਲਦਾ। ਸਾਬਣ ਸੋਡੇ ਦਾ ਤੇ ਹਰੇਕ ਚੀਜ਼ ਦੀ ਬੱਚਤ ਕਰਨੀ ਚਾਹੀਦੀ ਹੈ, ਕਿਉਂ ਇਹ ਘਰ ਗੁਰੂ ਨਾਨਕ ਦਾ। ਜਿਉਂ ਇਹਨੂੰ ਪ੍ਰੇਮ ਦੇ ਨਾਲ ਇਹਦੇ ਵਿੱਚ ਢਹਿ ਕੇ ਸੇਵਾ ਕਰਦੇ ਆ, ਇਹ ਸੇਵਾ ਵਿੱਚ ਮੁਕਤੀ ਮਿਲਦੀ ਹੈ। ਇਹ ਸੇਵਾ ਵਿੱਚ ਸਾਧੂ ਬਣਦੇ ਆ, ਇਹ ਸੇਵਾ ਵਿੱਚ ਸਾਧੂ ਤੇ ਬ੍ਰਹਮ ਗਿਆਨੀ ਤੇ ਗਾਂ ਅੱਗੇ ਦੂਜਿਆਂ ਨੇ ਜੂਨੀ ਕੱਟਣ ਵਾਲਾ ਮਾਲ ਬਣਾਉਂਦੇ ਨੇ। ਪਰ ਉਹਦੇ ਵਾਸਤੇ ਨਿੱਕੀ ਨਿੱਕੀ ਚੀਜ਼ ਪ੍ਰੇਮ ਪਰੇ ਮੈਂ ਕਰਕੇ ਆਪਦੇ ਘਰ ਵਿੱਚ ਆਪਾਂ ਸਾਧ ਸੰਗਤ ਨਿੱਕੀ ਨਿੱਕੀ ਚੀਜ਼ ਦਾ ਖਿਆਲ ਰੱਖਦੇ। ਕੋਈ ਵੀ ਆਪਣੇ ਮਾੜੀ ਕੋਈ ਬਿਜਲੀ ਬਲਦੀ ਰਹਿ ਜੇ, ਕੋਈ ਪੱਖਾ ਵਾਧੂ ਚੱਲਦਾ ਰਹੇ ਤੇ ਟੱਬਰ ਡਾਂਗ ਚੱਕੀ ਫਿਰਦਾ। ਤੇ ਫਿਰ ਇੱਥੇ ਗੁਰੂ ਘਰ ਦੇ ਵਿੱਚ ਤੇ ਭਵਨੀ ਟੀਵੀ ਚੱਲੀ ਜਾਣ, ਟਿਊਬਲਾਈਟਾਂ ਚੱਲੀ ਜਾਣ, ਸਰਚ ਲਾਈਟਾਂ ਚੱਲੀ ਜਾਣ ਤੇ ਪਰਵਾਹ ਨਹੀਂ। ਉਹ ਮਾਰੇ ਉਹਦੇ ਪਰਥਾਏ ਬਚਨ ਕਰ ਰਹੇ ਨੇ। ਕਹਿੰਦੇ ਮਾਰੇ ਕਹਿੰਦੇ ਖਾਂਦਾ ਵੀ ਸੀ, ਖਾਣ 'ਤੇ ਕੋਈ ਗੁਣਾ ਨਹੀਂ, ਤੁਸੀਂ ਜਲ ਪਾਣੀ ਛਕੋ ਠੀਕ ਹੈ, ਆਨੰਦ ਮਾਣੋ, ਪਰ ਬਰਬਾਦੀ ਨਾ ਕਰੋ। ਲੰਗਰ ਜਿੰਨਾ ਪਵਾਇਆ ਉਹਨਾਂ ਛਕਣਾ, ਇਹ ਮਹਾਰਾਜ ਦੀ ਖੁਸ਼ੀ ਹੈ। ਜਦੋਂ ਕੋਈ ਸਿੱਖ ਉਹਦੀ ਬੇਅਦਬੀ ਕਰਦਾ ਤੇ ਉਹਦਾ ਦੇਖੋ ਹੁਣ ਕਿਵੇਂ ਲੇਖਾ ਬਣਦਾ। ਕਰੀ ਫੇਰ ਕਰੋ ਸਰਵਣ ਜੀ, ਅਧਿਕ ਖਰਾਬ ਕਰਿਓ ਯਾਰ ਖਾਇਓ, ਤੇ ਬਹੁਤ ਖਰਾਬ ਕੀਤਾ ਤੇ ਇਹਨੇ ਫਿਰ ਖਾਧਾ ਵੀ ਜੀ। ਇਸੇ ਅੱਗ ਤੇ ਇਹ ਮ੍ਰਿਗ ਤਨ ਪਾਇਓ, ਮਹਾਰਾਜ ਕਹਿੰਦੇ ਇਸੇ ਕਰਕੇ ਇਹਨੂੰ ਭਾਈ ਇਹ ਜੂਨੀ ਮਿਲੀ ਹੈ, ਮ੍ਰਿਗ ਬਣਿਆ ਜੀ। ਸੁਣ ਡੱਲਾ ਬਹਿਰਾਰ ਵਿਚਾਰਾ, ਤੇ ਇਹ ਜਿਹੜਾ ਡੱਲਾ ਜਿਹੜਾ ਬਰਾੜ ਸੀਗਾ, ਇਹਨੇ ਜਦੋਂ ਮਨ ਵਿੱਚ ਵਿਚਾਰ ਕੀਤੀ ਜੀ, ਪਰ ਅੰਸ ਕਿਸੇ ਪ੍ਰਕਾਰ, ਤੇ ਕਹਿੰਦੇ ਇਹ ਜਿਹੜੀ ਜਿਹੜੀ ਅੰਸ ਲੈ ਕੇ, ਹਾਂਜੀ, ਇਸ ਕੋ ਆਮਿਖ ਕਾਟਿਓ ਜਾਏ, ਇਨਕੁੱਠੇ ਗੰਧੇ ਅਰਖਾਏ, ਜੇ ਨਰ ਪਰ ਕੀ ਅੰਸ ਚੁਰਾਵੇ। ਹਾਂ, ਹੁਣ ਦੇਖੋ ਇੱਥੇ ਸਾਧ ਸੰਗਤ ਇਹਨਾਂ ਸਾਰੀਆਂ ਪੰਕਤੀਆਂ 'ਚ ਮਾਰੇ ਭੇਦ ਖੋਲਿਆ। ਕਹਿੰਦੇ ਕੋਈ ਕਿਸੇ ਦੀ ਅੰਸ ਚੁਰਾ ਲਵੇ ਉਹਨੂੰ ਇਹ ਬਣਨਾ ਪੈਂਦਾ। ਫੇਰ ਦੁਬਾਰਾ ਪੜੋ ਜੀ, ਤਿਸ ਕੋ ਆਮਿਖ ਕਾਟਿਓ ਜਾਏ, ਤੇ ਕਹਿੰਦੇ ਉਹਨੂੰ ਕੀ ਕਰਦਾ ਜਾਂਦਾ, ਜਿਵੇਂ ਮਾਸ ਨੂੰ ਕੱਟਦੇ ਨਾ ਪੂਰਾ ਪੂਰਾ, ਕਹਿੰਦੇ ਉਹਨੂੰ ਸਜ਼ਾ ਮਿਲਦੀ ਹੈ ਜਿਹੜਾ ਮਾਇਆ ਧਨ ਦੀ ਚੋਰੀ ਕਰਦਾ। ਤੇ ਫੇਰ ਕਹਿੰਦੇ ਭੋਰਾ ਭੋਰਾ ਕਰਕੇ ਉਹਨੂੰ ਕੱਟਿਆ ਜਾਂਦਾ ਜੀ, ਇਨਕੁੱਠੇ ਰਿਦੈ ਅਰਖਾਏ, ਕਹਿੰਦੇ ਫੇਰ ਉਹਨੂੰ ਕਹਿੰਦੇ ਉਹਨੂੰ ਕੱਟਣ ਤੋਂ ਬਾਅਦ ਰਿੰਨਦੇ ਨੇ, ਉਸੇ ਨੂੰ ਫਿਰ ਖਾਂਦੇ ਨੇ ਲੋਕ ਜੀ। ਜੇ ਨਰ ਪਰ ਕੀ ਅੰਸ ਚੁਰਾਵੇ, ਤੇ ਜਿਹੜੇ ਕਿਸੇ ਪਰਾਏ ਦੀ ਅੰਸ ਚੋਰੀ ਕਰਦੇ ਨੇ ਜੀ, ਕੈ ਬਲ ਤੇ ਛੀਨੇ ਹਰਖਾਵੇ, ਤੇ ਕਹਿੰਦੇ ਉਹ ਤੋਂ ਕਹਿੰਦੇ ਜਿਹੜੇ ਦੂਜਿਆਂ ਤੋਂ ਖੋਹਦੇ ਨੇ ਤੇ ਖਾਂਦੇ ਨੇ ਜੀ, ਮ੍ਰਿਗ ਬੱਕਰੇ ਆਦਿਕ ਤਨ ਧਰੇ, ਕਹਿੰਦੇ ਉਹਨਾਂ ਨੂੰ ਕੀ ਮਿਲਦਾ, ਉਹ ਮਿਰਗ ਬਣਦੇ ਨੇ ਤੇ ਬੱਕਰੇ ਬਣ ਕੇ ਹਿਸਾਬ ਦਿੰਦੇ ਨੇ ਜੀ। ਲੈਣ ਹਾਰ ਤਿੰਨ ਭੱਖਣ ਕਰੇ, ਕਹਿੰਦੇ ਜਿਨ੍ਹਾਂ ਨੇ ਉਹਨਾਂ ਨੂੰ ਹਿਸਾਬ ਲੈਣਾ ਹੁੰਦਾ ਉਹ ਉਹਨੂੰ ਖਾ ਕੇ ਤੇ ਹਿਸਾਬ ਬਰਾਬਰ ਕਰਦੇ ਨੇ ਜੀ। ਸਵਾਮੀ ਅੰਸ ਚੁਰਾਵੇ ਜੇਈ, ਜਿੰਨੇ ਜਿੰਨੇ ਸਵਾਮੀ ਦੇ ਮਹਾਰਾਜ ਦੇ ਘਰ ਦੇ ਮਾਇਆ ਦੇ ਚੋਰ ਨੇ ਜਿਹੜੇ ਜੀ, ਇਸੀ ਦਸ਼ਾ ਦੁੱਖ ਪਾਵੇ ਤੇਈ, ਕਹਿੰਦੇ ਉਹਨਾਂ ਨੂੰ ਇਸੇ ਤਰ੍ਹਾਂ ਉਹਨਾਂ ਨੂੰ ਵੀ ਦੁੱਖ ਮਿਲਦਾ ਜੀ। ਮਮ ਤਮ ਵਰਜ ਰਹੇ ਹੋ ਨਹਿ ਮਾਨਿਓ, ਤੇ ਕਹਿੰਦੇ ਮੈਂ ਉਸ ਸਮੇਂ ਵਰਜ ਰਿਹਾ ਸੀ ਪਰ ਇਹ ਮੰਨਿਆ ਨਹੀਂ, ਮੈਂ ਮਾਫ਼ੀ ਚਾਹੁੰਦਾ। ਏਦਾਂ ਸਮਾਂ ਬਣਿਆ ਤੇ ਗੁਰਮੁਖ ਪਿਆਰੇ ਆਏ ਆਏ ਕਿਸ ਦਾਸ ਨੂੰ ਮਿਲੇ ਕਿਤੇ, ਤੇ ਮਿਲੇ ਜਦੋਂ ਤੇ ਸਰੀਰ ਨੂੰ ਤਕਲੀਫ ਬਹੁਤ ਸੀਗੀ, ਬਹੁਤ ਤਕਲੀਫ ਤੇ ਤੰਗੀ ਦੇ ਵਿੱਚ ਸਰੀਰ ਬਹੁਤ ਜ਼ਿਆਦਾ ਉਹਨਾਂ ਦਾ, ਤੇ ਬੇਨਤੀ ਕਰਨ ਲੱਗੇ, ਵਿਚਾਰਾਂ ਚੱਲੀਆਂ ਆਈ ਕਿ ਸਰੀਰ ਤਕਲੀਫ ਵਿੱਚ ਬਹੁਤ ਆ ਜੀ। ਤੇ ਦਾਸ ਨੇ ਆਖਿਆ ਵੀ ਮਹਾਰਾਜ ਦੇ ਸਨਮੁੱਖ ਪੇਸ਼ ਹੋਵੋ, ਤੇ ਮਹਾਰਾਜ ਦੇ ਸਨਮੁੱਖ ਪੇਸ਼ ਹੋ ਕੇ ਤੇ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲਵੋ। ਤੇ ਜਦੋਂ ਮਹਾਰਾਜ ਦੇ ਸਨਮੁੱਖ ਪੇਸ਼ ਹੋਏ ਤੇ ਸਿੰਘ ਆਪਣੇ ਉਦੋਂ ਤੋਂ ਨਾਲ ਹੀ ਸਨ, ਤੇ ਜਦੋਂ ਉੱਥੇ ਹਰਿਆਣੇ ਦੇ ਵਿੱਚ ਦੀ ਗੱਲ ਹੈ ਇਹ, ਤੇ ਜਦੋਂ ਉੱਥੇ ਅਰਦਾਸ ਕਰਕੇ ਤੇ ਹੁਕਮਨਾਮਾ ਲਿਆ ਗਿਆ, ਤੇ ਜਦੋਂ ਹੁਕਮਨਾਮਾ ਲਿਆ ਤੇ ਹੁਕਮਨਾਮੇ ਜਦੋਂ ਪੜ੍ਹਿਆ ਤੇ ਵਿਚਾਰ ਕੀਤੀ ਤੇ ਦਾਸ ਨੇ ਸਿੱਧਾ ਹੀ ਪੁੱਛ ਲਿਆ, ਮੈਂ ਕਿਹਾ ਜੀ ਤੁਸੀਂ ਕੀ ਗ੍ਰੰਥੀ ਸਿੰਘ ਰਹੇ ਹੋ? ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਤੇ ਮੈਂ ਕਿਹਾ ਵੀ ਤੁਸੀਂ ਐਂ ਗੋਲਕ 'ਚ ਮਾਇਆ ਕੱਢੀ ਹੈ? ਤੇ ਚੁੱਪ ਹੋ ਗਏ।
ਮੈਂ ਕਿਹਾ ਤੁਸੀਂ ਮਹਾਰਾਜ ਦੇ ਆਏ ਅੰਗ ਜਦੋਂ ਪਾਠ ਕਰਦੇ ਜ਼ਿਆਦਾ ਵੀ ਪਾਠ ਦਿੰਦੇ ਸੀ? ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਰਿਹਾ? ਮੈਂ ਕਿਹਾ ਆਹ ਦੇਖੋ ਸਾਰਾ ਕੁਛ ਹੁਕਮਨਾਮੇ ਦੇ ਵਿੱਚ ਆ ਰਿਹਾ। ਅਤੇ ਰੋਣ ਲੱਗ ਗਏ, ਕਹਿੰਦੇ ਜੀ ਮੈਂ ਸਾਰੀਆਂ ਗਲਤੀਆਂ ਮੈਂ ਕੀਤੀਆਂ। ਫਿਰ ਜੰਗਲ ਜਾ ਕੇ ਵੀ ਉਵੇਂ ਤਾਬਿਆ ਬਹਿ ਜਾ ਕਰਦੇ। ਸਾਧ ਸੰਗਤ ਇੱਥੇ ਬਹੁਤ ਸੂਖਮ ਹੈ ਇਸ ਘਰ ਦਾ ਕੰਮ। ਇੱਕ ਚੀਜ਼ ਵੀ ਤੁਸੀਂ ਖਰਾਬ ਕਰਤੀ ਇਸ ਘਰ ਦੀ, ਲੇਖਾ ਬਹੁਤ ਵੱਡਾ। ਘਰੇ ਨਹੀਂ ਮੁਕਤੀ ਮਿਲਣੀ। ਪਰ ਅਰਦਾਸ ਉਦਣ ਵੀ ਸਿੰਘਾਂ ਨੂੰ ਕਹਿੰਦੇ, ਮੈਂ ਕਿਹਾ ਤੁਰਿਆ ਆਉਂਦਾ ਕੋਈ ਟਿਸ਼ੂ ਡਿੱਗਿਆ ਪਿਆ ਚੱਕਦਾ ਕਿਸੇ ਨੇ, ਮੈਂ ਕਿਹਾ ਨਾਲ ਹੀ ਪਲੱਸ ਪੁਆਇੰਟ ਹੋ ਗਿਆ। ਕੋਈ ਚੀਜ਼, ਕੋਈ ਤੀਲ ਡਿੱਗੀ ਪਈ ਹੈ, ਕੋਈ ਘਾਹ ਡਿੱਗਿਆ ਪਿਆ, ਕੋਈ ਕੋਈ ਚੀਜ਼, ਕੋਈ ਕੰਨ ਡਿੱਗਿਆ ਪਿਆ ਥੱਲੇ, ਕੋਈ ਦਾਲ ਡੁੱਲੀ ਹੋਈ ਹੈ, ਸਾਫ਼ ਕੀਤੀ ਨਾਲ ਹੀ ਮਾਰੇ ਖਾਤੇ ਜਮ੍ਹਾਂ ਹੋ ਗਿਆ। ਪਰ ਇੱਕ ਗੱਲ ਹੈ, ਜੇ ਨੁਕਸਾਨ ਕੀਤਾ ਜਾਣ ਕੇ ਕੋਈ ਬੇਅਦਬੀ ਕੀਤੀ ਹੈ ਤੇ ਲੇਖਾ ਬੜਾ ਔਖਾ। ਉਹਦੇ ਪ੍ਰਥਾਏ ਹੁਣ ਮਾਰੇ ਬਚਨ ਕਰਦੇ ਨੇ ਜੀ, ਹਮ ਤਮ ਵਰਜ ਰਹੇ ਹੋ ਨਹਿ ਮਾਨਿਓ। ਤੇ ਕਿਤੇ ਸਮਾਂ ਬਣਿਆ ਤੇ ਮਹਾਰਾਜ ਕਿਰਪਾ ਕਰਨਗੇ। ਤੇ ਚਾਰ ਪੌੜੀਆਂ ਭਾਈ ਗੁਰਦਾਸ ਜੀ ਨੇ ਇਹਨਾਂ ਦੇ ਪ੍ਰਥਾਏ ਦੱਸੀਆਂ ਨੇ, ਜਿਹੜੀਆਂ ਧਰਮਸ਼ਾਲਾ ਦੀ ਝਾਕ ਰੱਖਣ ਵਾਲੇ ਤੇ ਧਰਮਸ਼ਾਲਾ ਦਾ ਜਿਹੜਾ ਧਨ ਖਾਣ ਵਾਲੇ, ਤੇ ਉਹਨਾਂ ਨਾਲ ਚਾਰ ਪੌੜੀਆਂ ਦੇ ਵਿੱਚ ਸਾਧ ਸੰਗਤ ਜਿੱਦਣ ਆਪ ਜੀ ਨੇ ਸੁਣਨਾ ਤੇ ਹੈਰਾਨ ਹੋ ਜਾਣਾ ਆਪ ਜੀ ਨੇ। ਚਾਰ ਪੌੜੀਆਂ ਉਹਨਾਂ ਦੇ ਪ੍ਰਥਾਏ ਨੇ, ਉਹਨਾਂ ਦੀ ਹਾਲਤ ਕੀ ਬਣਦੀ, ਜਿਹੜੇ ਗੁਰੂ ਘਰ ਦੇ ਧਨ ਚੋਰ ਨੇ, ਗੁਣੇਗਾਰ ਬਣ ਕੇ, ਤੇ ਕਿਵੇਂ ਕਿਵੇਂ ਲੇਖਾ ਦੇਣਾ ਪੈਂਦਾ, ਤੇ ਕਿਤੇ ਮਾਰੇ ਬਣਾਇਆ ਸਭ, ਤੇ ਫਿਰ ਦੱਸਾਂਗੇ ਜਿਹੜੇ ਪ੍ਰਧਾਨ ਬਣਦੇ ਨੇ ਮਾਇਆ ਖਾਂਦੇ ਨੇ ਤੇ ਅਖੀਰ ਨੂੰ ਕੀ ਹਾਲਤ ਹੁੰਦੀ। ਫਿਰ ਪੜ੍ਹੋ ਇੱਕ ਵਾਰੀ ਜੀ, ਹਮ ਤਮ ਵਰਜ ਰਹੇ ਹੋ ਨਹਿ ਮਾਨਿਓ। ਕਲਗੀਧਰ ਪਾਤਸ਼ਾਹ ਕਹਿੰਦੇ ਸੀ ਇਹਨੂੰ, ਆਨੰਦਪੁਰ ਸਾਹਿਬ ਕਹਿੰਦੇ ਹੁੰਦੇ ਸੀ, ਇਹਨੂੰ ਵਰਜਦੇ ਹੁੰਦੇ ਸੀ, ਇਹ ਮੰਨਿਆ ਨਹੀਂ ਤੇ ਹੁਣ ਮਿਰਗ ਬਣ ਗਿਆ ਜੀ। ਤੇ ਹੱਸੇ ਬਿਰਤੰਤ ਸੋ ਜਾਣਿਓ। ਤੇ ਮਹਾਰਾਜ ਕਹਿੰਦੇ ਹੁਣ ਤੈਨੂੰ ਸਮਝ ਆ ਗਿਆ ਕਿਉਂ ਅਸੀਂ ਹੱਸੇ ਡੱਲਿਆ? ਹਾਂਜੀ। ਇਮ ਕਹੇ ਦੂਰ ਦਮਦਮਾ ਰਹੇ ਹੋ। ਤੇ ਮਹਾਰਾਜ ਕਹਿੰਦੇ ਭਾਈ ਹੁਣ ਤਾਂ ਜਿਹੜਾ ਡੱਲਿਆ, ਤੇ ਸਿੱਖਾਂ ਨੂੰ ਮਹਾਰਾਜ ਨੇ ਆਖਿਆ ਭਾਈ ਜਿਹੜਾ ਦਮਦਮਾ ਸਾਹਿਬ ਆ ਇਸ ਵੇਲੇ, ਹੁਣ ਆਪਣੇ ਜਿੱਥੇ ਆਪਾਂ ਪਹੁੰਚੇ ਹਾਂ ਸ਼ਾਮਾਂ ਪੈ ਚੱਲੀਆਂ, ਤੇ ਦਮਦਮਾ ਸਾਹਿਬ ਇਸ ਵੇਲੇ ਬਹੁਤ ਦੂਰ ਆ ਜੀ। ਪਹੁੰਚਣ ਸਮਾਂ ਨਾ ਮਨ ਮਹਿ ਲਹਿਓ। ਮਹਾਰਾਜ ਕਹਿੰਦੇ ਸਾਨੂੰ ਲੱਗਦਾ ਵੀ ਹੁਣ ਪਹੁੰਚਣ ਦਾ ਸਮਾਂ ਨਹੀਂ ਹੈਗਾ, ਕਿ ਆਪਾਂ ਹੁਣ ਇੱਥੇ ਆਰਾਮ ਕਰੀਏ ਜੀ। ਤਰ ਕੀ ਕਰੇ ਅਵਲੋਕਨ ਕਰੇ। ਮਹਾਰਾਜ ਦੇਖੋ ਉੱਥੇ ਬਹੁਤ ਕਿੱਕਰਾਂ ਦੇ ਦਰਖਤ ਖੜੇ ਸਨ ਜੀ। ਤਹਾਂ ਥਰੇ ਪ੍ਰਭ ਡੇਰਾ ਕਰੇ। ਮਹਾਰਾਜ ਕਹਿੰਦੇ ਇੱਥੇ ਲਾਓ ਬਈ ਤੰਬੂ ਫੌਜਾਂ, ਇੱਥੇ ਆਰਾਮ ਕਰਨਾ ਜੀ। ਤਬ ਸਿੱਖਨ ਕਰ ਜੋਰ ਬਖਾਨਾ। ਤੇ ਇੰਨੇ ਚਿਰ ਨੂੰ ਸਿੱਖਾਂ ਨੇ ਹੱਥ ਜੋੜ ਕੇ ਤੇ ਕੀਤੀ ਬੇਨਤੀ ਜੀ, ਪ੍ਰਭ ਜੀ ਕਰਿਓ ਨਾ ਹਮ ਕੁਛ ਖਾਣਾ। ਕਹਿੰਦੇ ਮਹਾਰਾਜ ਅਸੀਂ ਤਾਂ ਕੋਈ ਛੱਗੇ ਹੀ ਨਹੀਂ, ਭੁੱਖ ਲੱਗ ਗਈ। ਹੁਣ ਸਿੱਖੀ ਵੀ ਤੁਹਾਨੂੰ ਪਤਾ ਹੀ ਹੈ ਸਾਧ ਸੰਗਤ ਕਈ ਭੋਜਨ ਬਗੈਰ ਰਹਿ ਨਹੀਂ ਸਕਦੇ, ਤੰਗ ਹੋ ਜਾਂਦੇ। ਤੇ ਇਹ ਬੜੀ ਵੱਡੀ ਖੇਡ ਹੈ, ਜਿਹੜੇ ਗੁਰਮੁਖ ਪਿਆਰੇ ਆਪ ਜੀ ਵਰਗੇ ਅਭਿਆਸੀ ਨੇ ਉਹ ਜਲ ਪਾਣੀ ਦੀ ਫਿਰ ਪਰਵਾਹ ਨਹੀਂ ਕਰਦੇ, ਪਰ ਇੱਧਰ ਹੁਣ ਵਿਚਾਰੇ ਮੇਰੇ ਵਰਗੇ ਤੇ ਲੱਗ ਗਏ ਵਿੱਚ ਭੁੱਖਾਂ। ਕਹਿੰਦੇ ਜਦੋਂ ਹੁਣ ਮਹਾਰਾਜ ਨੇ ਆਖਿਆ ਵੀ ਜਾਣਾ ਨਹੀਂ ਤੇ ਇੱਥੇ ਰੁਕਣਾ, ਤੇ ਉਹਨਾਂ ਨੂੰ ਆਉਣ ਫਿਰ ਤੇੜੀਆਂ ਜੀ। ਦੋਨੋਂ ਸਮੇਂ ਰਹੇ ਅਬ ਖਾਲੀ। ਕਹਿੰਦੇ ਮਹਾਰਾਜ ਤਾਂ ਦੋਨੇ ਟਾਈਮ ਹੀ ਖਾਲੀ ਰਹਿ ਗਏ, ਸਵੇਰੇ ਜਲਦੀ ਜਲਦੀ ਆਏ ਤੇ ਕੁਛ ਛਕਿਆ ਨਹੀਂ, ਤੇ ਮਹਾਰਾਜ ਕਾਲੀ ਕਾਲੀ ਨਾ ਆਏ ਤੇ ਛਕਣ ਨਾ ਕਰਕੇ, ਤੇ ਹੁਣ ਸ਼ਾਮਾਂ ਹੋ ਗਈਆਂ, ਹੁਣ ਮਾਰੇ ਹੁਣ ਵੀ ਖਾਲੀ ਰਹਿ ਗਏ, ਭੁੱਖੇ ਰਹਿ ਗਏ ਜੀ। ਸਭ ਕੋ ਵਿਆਪੀ ਛੁਦਾ ਵਿਸਾਲੀ। ਮਹਾਰਾਜ ਹੁਣ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਆ ਜੀ। ਕਿਵੇਂ ਇਹ ਨਿਸਾ ਬਤਾਵ ਬਿਤਾਵਨ ਕਰੇ। ਮਹਾਰਾਜ ਹੁਣ ਰਾਤ ਨਹੀਂ ਲੰਘਣੀ। ਮਹਾਰਾਜ ਸਾਹਿਬ ਦਾ ਇਹ ਗੱਲ ਸੁਣ ਕੇ ਚੱਕਰ ਆਉਣ ਲੱਗ ਗਏ, ਮਹਾਰਾਜ ਹੁਣ ਰਾਤ ਨੂੰ ਭੁੱਖੇ ਨਹੀਂ, ਮਹਾਰਾਜ ਔਖਾ ਜੀ। ਪ੍ਰਾਤ ਹੋਤ ਪੁਨ ਚਲਬੋ ਪਰੈ। ਮਹਾਰਾਜ ਕਹਿੰਦੇ ਫਿਰ ਹੁਣ ਜੋ ਸਵੇਰਾ ਹੋਊਗਾ ਉਦੋਂ ਚੱਲਾਂਗੇ ਜੀ। ਸੁਣ ਸ੍ਰੀ ਮੁਖ ਤੇ ਹੁਕਮ ਬਖਾਨਾ। ਮਹਾਰਾਜ ਜਦੋਂ ਇਹਨਾਂ ਸੁੱਤੇ ਬਚਨ ਕਰ ਦਿੱਤਾ, ਹੁਕਮ ਕਰ ਦਿੱਤਾ ਜੀ, ਚੜੋ ਕੀ ਕਰਾਂ ਖਰੀ ਮਹਾਨਾ। ਮਹਾਰਾਜ ਕਹਿੰਦੇ ਜਾਓ ਜੇ ਤੁਹਾਨੂੰ ਭੁੱਖ ਹੀ ਲੱਗੀ ਹੈ। ਕਹਿੰਦੇ ਹਾਂਜੀ ਮਹਾਰਾਜ। ਮਹਾਰਾਜ ਕਹਿੰਦੇ ਜਾ ਚੜ ਜਾਓ ਕਿੱਕਰਾਂ ਦੇ ਉੱਪਰ, ਤੁਸੀਂ ਜਿਹੜੀਆਂ ਕਿੱਕਰਾਂ ਨੇ
ਚੜੋ ਤੇ ਇਹਨਾਂ ਨੂੰ ਹੁਣ ਦੱਸਣਗੇ ਜੀ ਬਲ ਤੇ ਇਹਨੋ ਹਿਲਾਵਨ ਕਰੀਏ। ਮਹਾਰਾਜ ਕਹਿੰਦੇ ਭਾਈ ਚੜ ਜਾਓ ਫੌਜੋ ਤੇ ਇਹਨੂੰ ਜ਼ੋਰ ਜ਼ੋਰ ਤੁਸੀਂ ਕਿੱਕਰਾਂ ਨੂੰ ਹਿਲਾਉਣਾ ਕਰੋ ਜੀ। ਮਨ ਭਾਵਤ ਅਚਵੋ ਸ਼ੁੱਧ ਹਰੀਏ। ਤੇ ਜਿਹੜੇ ਜਿਹੜੇ ਤੁਸੀਂ ਅੱਗੇ ਦਾ ਤੁਸੀਂ ਪ੍ਰਸ਼ਾਦਾ ਹੀ ਛਕਦੇ ਸੀ ਨਾ ਨੂਣਾ, ਮਹਾਰਾਜ ਕਹਿੰਦੇ ਚੰਗਾ ਵੀ ਆਓ ਫੌਜੋ ਤੁਹਾਨੂੰ ਅੱਜ ਮਿੱਠਾ ਛਕਾਉਂਦੇ ਤੁਹਾਨੂੰ, ਆਓ ਸਿੰਘੋ ਤੁਹਾਨੂੰ ਅੱਜ ਤੁਹਾਨੂੰ ਮਿੱਠੇ ਨੇ ਮਠਿਆਈਆਂ ਤੁਹਾਨੂੰ ਛਕਾਉਣੇ ਆਓ ਜੀ। ਮਾਨ ਬਾਕ ਕੋ ਭਏ ਅਰੋਹਨ। ਤੇ ਇਹ ਸੁਣ ਕੇ ਤੇ ਸਿੰਘ ਉਸੇ ਸਮੇਂ ਅੱਜ ਵਰਗੇ ਨਹੀਂ ਸੀਗੇ, ਸਿੰਘ ਸੀਗੇ ਪ੍ਰੇਮ ਵਾਲੇ ਤੇ ਸ਼ੰਕਾ ਦੁਵਿਧਾ ਨਹੀਂ ਕਰਨ ਵਾਲੇ ਸੀ। ਤੇ ਜਦੋਂ ਮਹਾਰਾਜ ਨੇ ਵਚਨ ਕੀਤਾ ਤੇ ਫੌਜਾਂ ਜਾ ਚੜੀਆਂ ਕਿੱਕਰਾਂ ਦੇ ਟਾਹਣਿਆਂ ਦੇ ਉੱਤੇ ਜੀ। ਗਹਿ ਝੂਣੇ ਕੀਨੇ ਦ੍ਰਿਗ ਜੋਹਨ। ਤੇ ਫੜ ਫੜ ਕੇ ਜ਼ੋਰ ਜ਼ੋਰ ਜੋ ਲੱਗੀਆਂ ਹਿਲਾਉਣ ਜੀ। ਅਨੇਕ ਭਾਂਤ ਕੇ ਪਏ ਆਹਾਰਾ। ਤੇ ਕਹਿੰਦੇ ਬਹੁਤ ਤਰੀਕੇ ਭਾਂਤ ਭਾਂਤ ਦੇ ਤੇ ਭੋਜਨ ਡਿੱਗਣ ਲੱਗੇ ਜੀ। ਖੁਰਮੇ ਬ੍ਰਿੰਦ ਜਲੇਬ ਉਦਾਰਾ। ਆ ਗਿਆ ਭਾਈ, ਕੀ ਆਇਆ ਜੀ? ਖੁਰਮੇ ਖੁਰਮੇ ਬੀਬੀਆਂ ਨੇ, ਮੈਂ ਪਹਿਲੀ ਆਖਿਆ ਮੈਂ ਅੱਜ ਕਥਾ ਵੀ ਆਉਂਦੀ, ਅੱਜ ਬਣਾਏ ਵੀ ਖੁਰਮੇ ਬੀਬੀਆਂ ਨੇ ਬਣਾਏ ਵੀ ਅੱਜ, ਤੇ ਜਲੇਬੀ ਬਣਾਏ, ਮੈਂ ਜਲੇਬੀਆਂ ਬਣਾਏ ਅੱਜ। ਜਿਵੇਂ ਅੱਗੇ ਸਮਾਂ ਆਇਆ ਸੀ ਆਪ ਜੀ ਨੇ ਸਰਵਣ ਕੀਤਾ ਸੀਗਾ ਤੇ ਮਹਾਰਾਜ ਵਾਸਤੇ ਕੋਈ ਘੁੰਗਣੀਆਂ ਲੈ ਕੇ ਆਇਆ ਸੀਗਾ ਤੇ ਮਹਾਰਾਜ ਨਾਂ ਰੱਖਿਆ ਸੀ, ਉਹਦਾ ਨਾਂ ਰੱਖਿਆ ਸੀ ਘੁੰਗਣੀਆਂ ਸਿੰਘ। ਤੇ ਅੱਜ ਫਿਰ ਹੁਣ ਪ੍ਰਸੰਗ ਜਿਹੋ ਜਿਹਾ ਆਇਆ, ਉਦੋਂ ਘੁੰਗਣੀਆਂ ਦਾ ਆਇਆ ਸੀ, ਸੰਗਤ ਨੇ ਘੁੰਗਣੀਆਂ ਛੱਕੀਆਂ ਫਿਰ ਤੇ ਸੰਗਤ ਕਹਿੰਦੀ ਦੋ ਦਿਨ ਫਿਰ ਉਹ ਹਲਦੀ ਦੇ ਦਾਗ ਗਏ ਨੀ, ਮੈਂ ਯਾਦ ਵੀ ਰਿਹਾ ਘੁੰਗਣੀਆਂ ਸਿੰਘ। ਤੇ ਹੁਣ ਅੱਜ ਫਿਰ ਹੈਗੇ ਖੁਰਮੇ ਵਾਲਾ ਸਮਾਂ, ਮਹਾਰਾਜ ਕਹਿੰਦੇ ਹਿਲਾਓ ਤੇ ਖੁਰਮੇ ਚ ਉੱਤੋਂ ਡਿੱਗਣਗੇ। ਤੇ ਦੇਖਿਆ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਜਦੋਂ ਹਿਲਾਇਆ ਤੇ ਇੱਕ ਵਾਰ ਸਮਾਂ ਬਣਿਆ ਸੀ, ਆਪ ਜੀ ਜਾਣਦੇ ਹੋ ਮਹਾਂਪੁਰਸ਼ਾਂ ਨੂੰ ਜਿਹੜੇ ਬਾਬਾ ਅਤਰ ਸਿੰਘ ਜੀ ਮਸਤੂਵਣ ਵਾਲੇ ਬੜੀ ਬੰਦਗੀ ਵਾਲੇ ਸਾਧੂ, ਤੇ ਉਹਨਾਂ ਵਿੱਚੋਂ ਵਰਸਾਏ ਹੋਏ ਬਾਬਾ ਮਨੀ ਸਿੰਘ ਜੀ, ਬੜੀ ਬੰਦਗੀ ਵਾਲੇ ਸਾਧੂ ਜਿਹਨਾਂ ਦੇ ਆਪ ਜੀ ਨੇ ਸਰਵਣ ਕੀਤੀ ਸੀ ਸਾਖੀ ਕਿ ਕਿਵੇਂ ਇੱਕ ਹਿਰਨੀ ਆ ਕੇ ਉਹਨਾਂ ਦੀ ਝੋਲੀ 'ਚ ਡਿੱਗੀ ਸੀ ਜਦੋਂ ਕੀਨੀਆਂ ਗਏ ਸਨ, ਉਹੀ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਮਸਤੂਵਣਾ ਤੋਂ ਵਰਸਾਏ ਹੋਏ ਸਨ, ਬੰਦਗੀ 'ਚ ਬੈਠੇ। ਇੱਕ ਵਾਰ ਸਮਾਂ ਬਣਿਆ ਤੇ ਸੰਗਤਾਂ ਆਈਆਂ ਦਰਸ਼ਨ ਕਰਨ ਤੇ ਦੱਸਿਆ ਸੀ ਬਾਬਾ ਅਤਰ ਸਿੰਘ ਉੱਥੇ ਮਸਤੂਵਣਾ ਮਹਾਂਪੁਰਸ਼ਾਂ ਦੇ ਸਥਾਨ ਤੋਂ ਆਏ ਆਪ ਜੀ ਦਰਸ਼ਨ ਕਰਨ। ਜਦੋਂ ਦੱਸਿਆ ਮੇਰੇ ਮਹਾਂਪੁਰਸ਼ਾਂ ਦੇ ਸਥਾਨ ਤੋਂ ਆਏ ਹਾਂ ਤੇ ਬਹੁਤ ਵਿਰਾਗ ਵਿੱਚ ਚਲੇ ਗਏ। ਕਹਿੰਦੇ ਸਿੰਘੋ ਵੀ ਕੋਈ ਮਠਿਆਈਆਂ ਛਕਾਓ ਸਿੰਘਾਂ ਨੂੰ, ਵੀ ਸੰਗਤਾਂ ਅੱਜ ਉੱਥੋਂ ਆਈਆਂ ਮਹਾਂਪੁਰਸ਼ ਦੇ ਸਥਾਨ ਤੋਂ। ਤੇ ਜਦੋਂ ਕਿਹਾ ਤੇ ਕਹਿੰਦੇ ਮਹਾਂਪੁਰਸ਼ ਆਪਣੇ ਤਾਂ ਕੋਈ ਹੈ ਹੀ ਨਹੀਂ ਮਿੱਠਾ। ਕਹਿੰਦੇ ਚੰਗਾ ਵੀ ਇਉਂ ਕਰੋ ਤੁਸੀਂ ਆਹ ਜਿਹੜਾ ਜੰਡ ਦਾ ਦਰਖਤ ਹੈ ਚੜ੍ਹ ਜਾਓ ਉੱਪਰ। ਬਾਬਾ ਮਨੀ ਸਿੰਘ ਜੀ ਨੇ ਜਦੋਂ ਕੀਤਾ ਬਚਨ ਤੇ ਜਦੋਂ ਸਿੰਘਾਂ ਨੂੰ ਚੜ੍ਹਾ ਦਿੱਤਾ ਜੰਡ ਦੇ ਦਰਖਤ ਤੇ, ਹਿਲਾਏ ਤੇ ਦੱਸਦੇ ਚਾਦਰਾਂ ਵਿਛਾ ਕੇ ਤੇ ਮਠਿਆਈਆਂ ਦੇ ਢੇਰ ਲੱਗੇ। ਉਦਣ ਫਿਰ ਬਾਕੀ ਲੰਗਰ ਨਹੀਂ ਉਨਾ ਵਰਤਾਇਆ ਜਿੰਨੀਆਂ ਮਠਿਆਈਆਂ ਵਰਤਾਈਆਂ ਸਾਰਿਆਂ ਵਿੱਚ। ਤੇ ਬਾਬੇ ਅਤਰ ਸਿੰਘ ਨੂੰ ਜਦੋਂ ਆ ਕੇ ਪਤਾ ਲੱਗਿਆ ਤੇ ਉਹ ਗੁੱਸੇ ਹੋਏ ਸਨ ਇਸ ਗੱਲ ਦੇ ਉੱਤੇ। ਤੇ ਇੱਥੇ ਖੇਡ ਵਰਤਾ ਦਿੱਤੀ ਮਹਾਰਾਜ ਨੇ, ਆਪ ਜੀ ਨੇ ਆਪ ਦਰਸ਼ਨ ਕਰ ਰਹੇ ਹੋ ਤੇ ਦਾਸ ਚਾਹੁੰਦਾ ਕਿ ਤੁਹਾਡੇ ਅੰਦਰ ਮੋਹਰ ਲੱਗ ਜਾਵੇ, ਬਾਕੀ ਅੱਜ ਖੁਰਮੇ ਖਾ ਕੇ ਵੀ ਬਣ ਜਾਣੀ ਗੱਲ ਬਾਕੀ। ਤੇ ਪੜ੍ਹੋ ਸਾਰੇ ਗੱਜ ਕੇ ਕਿ ਕਲਗੀਧਰ ਪਾਤਸ਼ਾਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਮਾਂ ਬਣਾਇਆ ਸੀ, ਸੰਗਤਾਂ ਬਹੁਤ ਦਰਸ਼ਨ ਕਰਨ ਆਈਆਂ ਸਨ ਤੇ ਮਹਾਰਾਜ ਜਦੋਂ ਕੀਤੀ ਬੇਨਤੀ, ਮਹਾਰਾਜ ਲੰਗਰ ਮਸਤਾਨਾ ਤੇ ਕੀ ਛਕਾ ਗਿਆ, ਮਹਾਰਾਜ ਕਹਿੰਦੇ ਮਠਿਆਈ ਛਕਾਓ। ਕਹਿੰਦੇ ਮਹਾਰਾਜ ਖਾਣ ਨੂੰ ਰੋਟੀ ਨਹੀਂ ਇੱਥੇ ਨੇੜੇ ਹੈਗੀ, ਤੇ ਤੁਸੀਂ ਕਹਿੰਦੇ ਵੀ ਇਹਨਾਂ ਮਠਿਆਈਆਂ ਛਕਾਉਣੀ, ਕਿੱਥੋਂ ਛਕਾਵਾਂਗੇ ਮਠਿਆਈਆਂ? ਤੇ ਮਹਾਰਾਜ ਆਖੇ ਜਾਓ ਆਹ ਭਾਈ ਜੰਡ ਦੇ ਦਰਖਤ ਨੂੰ ਹਿਲਾਓ, ਮਠਿਆਈਆਂ ਡਿੱਗਣਗੀਆਂ ਤੇ ਛਕੋ, ਚਾਦਰਾਂ ਵਿਛਾਓ ਥੱਲੇ। ਤੇ ਸ਼੍ਰੀ ਚੰਦ ਤੇ ਲਕਸ਼ਮੀ ਦਾਸ ਨੇ ਜਵਾਬ ਦੇ ਦਿੱਤਾ ਸੀ ਤੇ ਜਦੋਂ ਭਾਈ ਲਹਿਣੇ ਨੂੰ ਕਿਹਾ ਸੀ ਲਹਿਣਿਆ ਜਾ ਹਲਾ ਮਠਿਆਈਆਂ ਡਿੱਗਣਗੀਆਂ, ਤੇ ਸੱਤ ਵਚਨ ਕਹਿ ਕੇ ਪਰੇ ਮੈਂ ਭਾਵ ਪ੍ਰੇਮ ਦੇ ਵਿੱਚ ਜਾ ਕੇ ਪਰੇ ਮੈਂ ਕਹਿ ਕੇ ਤੇ ਉੱਪਰ ਜਾ ਚੜੇ ਸਨ, ਹਿਲਾਉਂਦੇ ਸਨ, ਮਠਿਆਈਆਂ ਡਿੱਗੀਆਂ ਤੇ ਅੱਜ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਮਠਿਆਈਆਂ ਛਕਾਈਆਂ। ਅੱਜ ਕਲਗੀਧਰ ਪਾਤਸ਼ਾਹ ਸਿੱਖਾਂ ਨੂੰ ਸਿੰਘਾਂ ਨੂੰ ਲੱਗ ਗਈ ਭੁੱਖ, ਮਹਾਰਾਜ ਕਹਿੰਦੇ ਤੁਸੀਂ ਲੰਗਰ ਦਾ ਲੂਣ ਮਿਰਚ ਮਸਾਲੇ ਵਾਲਾ ਛਕਦੇ ਹੀ ਹੋ ਤੁਸੀਂ,
ਅੱਜ ਫੌਜੋ ਛਕੋ ਕੀ ਸ਼ਿਕਾਇਤ ਪੜੋ ਇੱਕ ਵਾਰੀ ਸਾਰੇ ਗੱਜ ਕੇ ਸੰਗਤ ਗੱਜ ਕੇ ਜੀ ਖੁਰਮੇ ਬ੍ਰਿੰਦ ਜਲੇਬ ਉਦਾਰਾ ਮੈਨੂੰ ਸੁਣਿਆ ਨੀ ਪੂਰਾ ਮੈਨੂੰ ਲੱਗਦਾ ਤੁਹਾਨੂੰ ਵੀ ਕੈਨੇਡਾ ਵਾਲੇ ਕੰਮ ਹੋ ਗਿਆ ਤੁਹਾਡਾ ਕੈਨੇਡਾ ਅਮੈਰੀਕਾ ਵੀ ਆਹੀ ਹਾਲ ਸੀਗਾ ਬੇਨਤੀ ਆ ਅੱਜ ਪਤਾ ਲੱਗ ਜਾਏ ਉਹ ਵੀ ਸੁਣਦੇ ਅੱਜ ਆਨਲਾਈਨ ਉੱਥੋਂ ਵਾਲੀ ਸੰਗਤਾਂ ਵੀ ਤੇ ਤੁਸੀਂ ਗੱਜ ਕੇ ਪੜੋ ਤੇ ਕੈਨੇਡਾ ਅਮੈਰੀਕਾ ਵਾਲੇ ਕਹਿਣ ਬਾਕੀ ਪਿੱਛੇ ਬੋਲਦੇ ਪੜੋ ਗੱਜ ਕੇ ਜੀ ਖੁਰਮੇ ਬ੍ਰਿੰਦ ਜਲੇਬ ਉਦਾਰਾ ਤੇ ਕਹਿੰਦੇ ਫੇਰ ਕੀ ਡਿੱਗਿਆ ਉੱਥੇ ਖੁਰਮੇ ਡਿੱਗੇ ਨੇ ਤੇ ਨਾਲ ਨਾਲ ਜਲੇਬ ਡਿੱਗੇ ਨੇ ਜੀ ਮੋਦਕ ਆਦਿ ਪਰੇ ਸਮੁਦਾਈ ਕਹਿੰਦੇ ਦੇਖ ਕੇ ਆਨੰਦ ਵਿੱਚ ਆ ਗਈਆਂ ਫੌਜਾਂ ਤੇ ਫਿਰ ਤੁਹਾਨੂੰ ਪਤਾ ਫਿਰ ਲੁੱਟ ਪੈ ਗਈ ਜੀ ਗਨ ਭੋਜਨ ਬਰਖਾ ਬਰਖਾਈ ਕਹਿੰਦੇ ਕਾਹਲੀਆਂ ਕਹਿੰਦੇ ਮੀਂਹ ਦੀਆਂ ਵਰਖਾਂ ਵਰਖਦੀਆਂ ਦੇਖੀਆਂ ਸੀਗੀਆਂ ਗੜਿਆਂ ਦੀਆਂ ਦੇਖੀਆਂ ਸੀਗੀਆਂ ਪਰ ਪਹਿਲਾਂ ਵਾਰੀ ਇਹੋ ਜਿਹੀ ਵਰਖਾ ਦੇਖੀ ਇਹ ਜਿਹਦੇ ਵਿੱਚ ਲੱਡੂ ਮਖਾਣੇ ਐਨ ਆ ਡਿੱਗ ਕੇ ਜਲੇਬ ਡਿੱਗਦੇ ਨੇ ਸਿੰਘਾਂ ਨੇ ਫਿਰ ਲੱਗ ਗਏ ਆਨੰਦ ਨਾਲ ਨਮਸਕਾਰਾਂ ਕਰਦੇ ਆ ਤੇ ਅੱਜ ਰੱਜ ਰੱਜ ਕੇ ਮਿੱਠਾ ਛਕ ਰਹੇ ਨੇ ਜੀ ਖਾਏ ਖਾਏ ਕਰ ਸਿੱਖ ਤ੍ਰਿਪਤਾਨੇ ਕਹਿੰਦੇ ਖਾ ਖਾ ਕੇ ਤੇ ਤ੍ਰਿਪਤ ਹੋ ਰਹੇ ਨੇ ਆਨੰਦ ਵਿੱਚ ਆ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਗਾ ਰਹੇ ਨੇ ਜੀ ਚਿਤਕ ਸਿੰਘ ਨਹਿ ਕੀਨ ਸਖਾਨੇ ਤੇ ਕਹਿੰਦੇ ਫਿਰ ਉਹਨਾਂ ਵਿੱਚ ਉਹਨਾਂ ਦੇਖੋ ਬੇਨਤੀ ਬੜੇ ਜਿੱਥੇ ਆਪ ਜੀ ਨਾ ਪਰੇ ਮੈਂ ਤੇ ਅੱਜ ਉੱਤੇ ਪ੍ਰਸੰਗ ਇਹ ਤੇ ਕੀ ਹੋਇਆ ਬਾਕੀ ਸਿੰਘਾਂ ਨੇ ਬਹੁਤ ਖੁਸ਼ੇ ਕਰਾਏ ਜਲੇਬੀਆਂ ਲੱਡੂ ਐਨ ਪੈ ਗਏ ਫੌਜਾਂ ਟੁੱਟ ਕੇ ਤੇ ਛਕੀਆਂ ਸਾਰੇ ਰੱਜ ਰੱਜ ਕੇ ਪਰ ਉਹਨਾਂ ਵਿੱਚੋਂ ਕੁਝ ਸਿੱਖ ਸੀਗੇ ਜਿਨ੍ਹਾਂ ਨੇ ਉਹ ਛਕਿਆ ਨਹੀਂ ਖੜੇ ਨੇ ਮੁੱਖ ਤੇ ਥੋੜਾ ਜਿਹਾ ਉਦਾਸੀ ਜਿਹੀ ਲੈ ਕੇ ਖੜੇ ਨੇ ਤੇ ਕਲਗੀਧਰ ਪਾਤਸ਼ਾਹ ਜਦੋਂ ਦ੍ਰਿਸ਼ਟੀ ਘੁਮਾਈ ਦੇਖਿਆ ਬਈ ਇੰਨੀਆਂ ਮਠਿਆਈਆਂ ਲੱਡੂ ਡਿੱਗ ਰਹੇ ਨੇ ਜਲੇਬੀਆਂ ਡਿੱਗ ਰਹੇ ਨੇ ਤੇ ਇਹਨਾਂ ਨੇ ਛਕੀਆਂ ਨਹੀਂ ਤੇ ਮਹਾਰਾਜ ਜਦੋਂ ਉਹਨਾਂ ਵਾਲੇ ਪਾਸੇ ਤੱਕਣਾ ਕੀਤਾ ਜੀ ਬੂਝਿਓ ਪ੍ਰਭ ਤੁਮ ਕਿਉਂ ਨਹਿ ਖਾਇਓ ਮਹਾਰਾਜ ਨੇ ਪੁੱਛ ਲਿਆ ਵੀ ਭਾਈ ਤੁਸੀਂ ਕਿਉਂ ਨਹੀਂ ਛਕਿਆ ਜੀ ਸਗੜੇ ਦਿਵਸ ਹੱਥ ਨਹਿ ਆਇਓ ਤੇ ਮਹਾਰਾਜ ਕਹਿੰਦੇ ਮਹਾਰਾਜ ਜੀ ਬੇਨਤੀ ਹੈ ਸਾਡੀ ਉਹ ਸੀਗੇ ਜੀ ਪ੍ਰੇਮ ਵਾਲੇ ਉਹਨਾਂ ਨੇ ਪ੍ਰੇਮ ਵਾਲਿਆਂ ਨੇ ਹੁਣ ਕੀਤੀ ਬੇਨਤੀ ਕਿ ਮਹਾਰਾਜ ਪੂਰਾ ਦਿਨ ਲੰਘ ਗਿਆ ਅਸੀਂ ਆਪ ਜੀ ਨੂੰ ਕੁਛ ਛਕਦੇ ਨਹੀਂ ਦੇਖਿਆ ਪਹਿਲਾਂ ਸਿੱਖ ਦਾ ਕੀ ਕੰਮ ਪਹਿਲਾਂ ਗੁਰੂ ਨੂੰ ਛਕਾਉਣਾ ਪਹਿਲਾਂ ਗੁਰੂ ਨੂੰ ਭੋਗ ਲਵਾਉਣਾ ਤੇ ਬਾਅਦ 'ਚ ਆਪ ਛਕਣਾ ਘਰ ਵਿੱਚ ਸਿਆਣੀਆਂ ਬੀਬੀਆਂ ਪਹਿਲਾਂ ਆਪਦੇ ਬੱਚਿਆਂ ਨੂੰ ਘਰ ਵਾਲੇ ਸਿੰਘ ਨੂੰ ਬਜ਼ੁਰਗ ਮਾਂ ਪਿਓ ਸੱਸ ਸਹੁਰੇ ਨੂੰ ਪਹਿਲਾਂ ਉਹਨਾਂ ਨੂੰ ਤੇ ਬਾਅਦ 'ਚ ਵਿੱਚ ਆਪ ਛਕਦੀਆਂ ਨੇ ਤੇ ਇੱਧਰ ਇਹ ਸੀਗੇ ਪ੍ਰੇਮ ਵਾਲੇ ਬੰਦਗੀ ਵਾਲੇ ਤੇ ਦੇਖਿਆ ਕਿ ਕਲਗੀਧਰ ਪਾਤਸ਼ਾਹ ਨੇ ਸਵੇਰ ਦਾ ਮੁੱਖ ਨੂੰ ਕੁਛ ਲਾਇਆ ਹੀ ਨਹੀਂ ਉਹਨਾਂ ਨੇ ਸਾਧ ਸੰਗਤ ਖੜੇ ਰਹੇ ਪ੍ਰੇਮ ਵਿੱਚ ਨੇਤਰ ਭਰੇ ਨੇ ਪਹਿਲਾਂ ਮਹਾਰਾਜ ਤੁਸੀਂ ਭੋਗ ਲਾਓ ਤੇ ਫਿਰ ਅਸੀਂ ਛਕੀਏ ਜਦੋਂ ਇਹੋ ਜਿਹੀਆਂ ਪ੍ਰੇਮ ਨਾਲ ਕਰਦੇ ਬੇਨਤੀਆਂ ਨੇ ਜੀ ਹੱਥ ਜੋੜ ਕਹੇ ਸਿੱਖ ਜੇ ਸਿਆਣੇ ਜਿਹੜੇ ਸਿਆਣੇ ਸਿੱਖ ਸਨ ਹੱਥ ਜੋੜ ਕੇ ਲੱਗੇ ਬੇਨਤੀ ਕਰਨ ਜੀ ਸ੍ਰੀ ਪ੍ਰਭ ਆਪ ਨਾ ਕੀਨ ਸਖਾਨੇ ਮਹਾਰਾਜ ਤੁਸੀਂ ਤਾਂ ਛਕਿਆ ਹੀ ਨੀ ਕੋਈ ਭੋਗ ਨੀ ਲਾਇਆ ਸਵੇਰ ਦਾ ਜੀ ਹਮ ਖਾਏ ਸਕਹਿ ਤੁਮ ਬਿਨਾ ਮਹਾਰਾਜ ਤੁਹਾਡੇ ਛਕੇ ਤੋਂ ਬਗੈਰ ਅਸੀਂ ਕਿਵੇਂ ਖਾਈਏ ਜੀ ਸੁਣ ਪ੍ਰਸੰਨ ਹੋਏ ਸ੍ਰੀ ਮੁਖ ਬਨਾ ਤੇ ਜਦੋਂ ਸਾਧ ਸੰਗਤ ਮਹਾਰਾਜ ਨੇ ਇਹ ਦੇਖੇ ਬਚਨ ਪ੍ਰੇਮ ਵਿੱਚ ਮਹਾਰਾਜ ਦੇ ਉਹਨਾਂ ਦੇ ਪ੍ਰੇਮ ਤੇ ਮਿੱਠੇ ਬੋਲ ਸੁਣੇ ਨੇ ਕਲਗੀਧਰ ਬਹੁਤ ਖੁਸ਼ ਹੋ ਗਏ ਨੇ ਉਹਨਾਂ ਸਿੱਖਾਂ ਤੋਂ ਹੁਣ ਖੁਸ਼ ਹੋਇਆ ਤੇ ਮਹਾਰਾਜ ਹੁਣ ਬਖਸ਼ਿਸ਼ ਵਾਲੇ ਬਚਨ ਕਰਦੇ ਨੇ ਜੀ ਇਹ ਸਿੱਖ ਗੁਰਮੁਖ ਲਿਹੋ ਵਿਚਾਰੇ ਮਹਾਰਾਜ ਕਹਿੰਦੇ ਜਾਣ ਲਵੋ ਆਹ ਜਿਹੜੇ ਸਿੱਖਾਂ ਨੇ ਜਿੰਨਾ ਚਿਰ ਮੈਂ ਨਹੀਂ ਛਕਿਆ ਤੇ ਇਹਨਾਂ ਨੇ ਇਹ ਨਹੀਂ ਛਕ ਰਹੇ ਇਹਨਾਂ ਨੂੰ ਇਹ ਕੌਣ ਨੇ ਜੀ ਗੁਰਮੁਖ ਨਹੀਂ ਸੁਣਿਆ ਮੈਨੂੰ ਗੁਰਮੁਖ ਗੱਜ ਕੇ ਬੋਲੋ ਜੀ ਕੌਣ ਨੇ ਜੀ ਗੁਰਮੁਖ ਤੇ ਜਿਹੜੇ ਪਹਿਲੇ ਹੀ ਛਕੀ ਜਾਂਦੇ ਉਹ ਹੁਣ ਕਿੱਥੇ ਕਿਹਾ ਜਾਣਾ ਹਮੇਸ਼ਾ ਪਹਿਲਾਂ ਮਹਾਰਾਜ ਨੂੰ ਭੋਗ ਲਵਾਉਣਾ ਤੇ ਫਿਰ ਸਿੱਖ ਨੂੰ ਛਕਣਾ
ਪਹਿਲਾਂ ਮਹਾਰਾਜ ਆਰਾਮ ਵਿੱਚ ਤੇ ਫਿਰ ਸਿੱਖ ਬਾਅਦ ਚ ਆਰਾਮ ਵਿੱਚ। ਕਿਉਂ? ਮੁੱਲ ਖਰੀਦੀ ਲਾਲਾ ਗੋਲਾ ਹੋ ਲਾਲੇ ਕਾ ਜਾ। ਸਾਨੂੰ ਤਾਂ ਮੁੱਲ ਹੀ ਖਰੀਦ ਲਿਆ, ਜਿਹੜੇ ਮੁੱਲ ਖਰੀਦਣ ਵਾਲੇ ਕਿਤੇ ਵੀ ਗੋਲੇ, ਜਿੰਨਾ ਚਿਰ ਉਹਦਾ ਮਾਲਕ ਆਰਾਮ ਨਾ ਕਰੇ ਆਰਾਮ ਵਿੱਚ ਨਹੀਂ ਹੋ ਸਕਦਾ ਸੀ। ਅਸੀਂ ਫਿਰ ਕਿਵੇਂ ਮੁੱਲ ਵਿਕ ਗਏ? ਹੁਣ ਜਿਹੜੇ ਪ੍ਰੇਮ ਮਹਾਰਾਜ ਕਹਿੰਦੇ ਇਹ ਪ੍ਰੇਮ ਵਾਲੇ ਨੇ, ਜਿਹੜੇ ਪ੍ਰੇਮ ਵਾਲੇ ਨੇ ਤੇ ਇਹਨਾਂ ਬਾਰੇ ਫੇਰ ਸੁਣੋ ਜੀ। ਇਹ ਸਿੱਖ ਗੁਰਮੁਖ ਲਿਹੋ ਵਿਚਾਰੇ, ਕਹਿੰਦੇ ਇੱਕ ਇੱਕ ਸਿੱਖੀ ਰੇਖ ਦੀ, ਇੱਕ ਭੇਖ ਦੀ, ਇੱਕ ਪਿੱਛੇ ਮੁੜ ਕੇ ਦੇਖਦੀ ਤੇ ਇੱਕ ਗਧੇ ਵਾਂਗੂ ਲੇਟ ਦੀ। ਕਹਿੰਦੇ ਇੱਕ ਹੁੰਦੀ ਆ ਬਈ ਕੀ ਦੇਖਦੇ ਨੇ, ਵੀ ਇੱਕ ਦੇਖਦੇ ਵੀ ਆਹ ਤੁਰਿਆ ਤੇ ਦੂਜਾ ਵੀ, ਤੇ ਇੱਕ ਹੈਗੀ ਆ ਭੇਖ ਦੀ ਵੀ ਉਹਨੇ ਬਾਣਾ ਪਾਇਆ ਤੇ ਮੈਂ ਵੀ ਦੇਖ ਕੇ ਬਾਣਾ ਪਾ ਲਾਂ ਸੋਹਣਾ ਲੱਗੂਗਾ, ਤੇ ਇੱਕ ਪਿੱਛੇ ਮੁੜ ਕੇ ਦੇਖਦੀ ਵੀ ਮਾਰੇ ਕਿਰਪਾ ਕਰਨਗੇ ਨਹੀਂ ਕਰਨਗੇ, ਤੇ ਇੱਕ ਗਧੇ ਵਾਂਗੂ ਲੇਟ। ਕਿੱਥੇ ਕਿਹਾ ਇਹਨਾਂ ਲੇਟ ਦੀ, ਪਤਾ ਵੀ ਹੁਣ 9 ਘੰਟੇ ਸੌਣਾ ਤੇ ਕਹਿਣਾ ਔਖਾ ਹੀ ਆ। ਇਹ ਕਈ ਤਰ੍ਹਾਂ ਦੇ ਸਿੱਖਾਂ ਦੇ ਰੰਗ ਨੇ, ਪਰ ਜਿਹੜੇ ਅਸਲੀ ਨੇ ਉਹ ਪ੍ਰੇਮਾ ਭਗਤੀ ਹੈ। ਉੱਥੇ ਖਾਣਾ ਘੱਟ, ਸੌਣਾ ਘੱਟ ਤੇ ਵੱਧ ਤੋਂ ਵੱਧ ਬੰਦਗੀ ਆ ਜੀ। ਪੇਟ ਪਾਲ ਹੈ ਅਚਵਨ ਵਾਰੇ, ਮਹਾਰਾਜ ਕਹਿੰਦੇ ਬਾਕੀ ਫੌਜਾਂ ਦਾ ਪੇਟ ਪਾਲ ਹੀ ਆ, ਬਸ ਇਹਨਾਂ ਦਾ ਸਿਰਫ ਆਨੰਦ ਹੀ ਸੀਗਾ ਜੀ। ਮਨਮੁਖ ਪੀ ਸਿੱਖ ਕਹੇ ਕਨੇਰੇ, ਕਹਿੰਦੇ ਮਹਾਰਾਜ ਕਹਿੰਦੇ ਸਮਾਂ ਬਣਨ, ਜਿਹੜੇ ਮਨਮੁਖ ਹੋਣਗੇ ਮਨ ਦੇ ਪਿੱਛੇ ਲੱਗਣ ਵਾਲੇ ਹੋਣਗੇ, ਪਹਿਲਾਂ ਹਰੇਕ ਗੱਲ ਵਿੱਚ ਢਿੱਡ ਨੂੰ ਮੂਹਰੇ ਰੱਖਣਗੇ, ਹਰੇਕ ਗੱਲ ਵਿੱਚ ਆਪਦੇ ਸਵਾਰਥ ਨੂੰ ਮੂਹਰੇ ਰੱਖਣਗੇ, ਹਰੇਕ ਗੱਲ ਦੇ ਵਿੱਚ ਰੱਖਣਗੇ। ਜੇ ਮਹਾਰਾਜ ਨੇ ਆਹ ਕੰਮ ਕਰਤਾ ਤੇ ਵੀ ਬਾਲਾ ਵੀ ਛੱਡੋ ਜਕਾਰਾ ਵੀ ਬੜੇ ਵਧੀਆ ਹੋ ਗਿਆ ਵੀ ਚੰਗਾ ਕੰਮ ਕਰਤਾ ਮਹਾਰਾਜ ਨੇ, ਤੇ ਜੇ ਨਹੀਂ ਫਿਰ ਮਹਾਰਾਜ ਲਾਂਭੇ। ਮਹਾਰਾਜ ਕਹਿੰਦੇ ਇਹੋ ਜਿਹੇ ਮਨਮੁਖ ਬੰਦੇ ਪੰਥ ਵਿੱਚ ਹੋਣਗੇ ਤੇ ਆਪਦੇ ਨੂੰ ਵੱਡੇ ਸਿੱਖ ਕਹਾਉਣਗੇ ਜੀ। ਸਿੱਖੀ ਪਾਵਨ ਦੂਰ ਵਡੇਰੇ, ਕਹਿੰਦੇ ਸਿੱਖੀ ਪਾਉਣੀ ਸੌਖੀ ਨੀ, ਇਹ ਬੜੀ ਵੱਡੀ ਗੱਲ ਆ ਜੀ। ਹੁਣ ਚੜ ਕਰ ਨਿਜ ਡੇਰਨ ਆਏ, ਇਉਂ ਕਰਕੇ ਤੇ ਮਹਾਰਾਜ ਵਾਪਸ ਉੱਥੇ ਪਹੁੰਚੇ ਨੇ ਜੀ। ਇਮ ਕੇਤਕ ਦਿਨ ਜਬਹਿ ਬਿਤਾਏ, ਜਦੋਂ ਕਈ ਦਿਨ ਬਤੀਤ ਗਏ ਉੱਥੇ, ਹਾਂਜੀ ਸਾਬੋ ਕੀ ਤਲਵੰਡੀ ਜੀ, ਖਾਣ ਪਾਨ ਕਰ ਥਰੇ ਗੁਸਾਈ, ਤੇ ਮਹਾਰਾਜ ਨੇ ਜਲ ਪਾਣੀ ਛਕਿਆ, ਆਰਾਮ ਕੀਤਾ ਉੱਥੇ ਆ ਕੇ ਜੀ। ਨਿਸ਼ਾ ਵਧੀ ਅਧਕੈ ਅਧਕਾਈ, ਤੇ ਜਿਹੜੀ ਹੁਣ ਸਾਧ ਸੰਗਤ ਸਮਾਂ ਬਣਿਆ ਕੇ ਜਿਹੜੀ ਰਾਤ ਲੰਮੀ ਹੋ ਗਈ ਜੀ। ਲੋਕ ਪਸ਼ੂ ਬਹੁ ਭਏ ਦੁਖਾਰੇ, ਉੱਥੇ ਜਿਹੜੇ ਰਹਿਣ ਵਾਲੇ ਲੋਕ ਤੇ ਪਸ਼ੂ ਬਹੁਤ ਦੁਖੀ ਹੋ ਗਏ ਨੇ ਜੀ। ਕਰਹਿ ਪ੍ਰਤੀਖਣ ਹੋਏ ਪੁਨ ਸਾਰੇ, ਤੇ ਸਾਧ ਸੰਗਤ ਹੁਣ ਸਾਰੇ ਡੀਕ ਰਹੇ ਆ ਵੀ ਕਮਾਲ ਹੋ ਗਈ, ਦਿਨ ਨੀ ਚੜ ਰਹੇ ਆ, ਦਿਨ ਨੂੰ ਉਡੀਕ ਰਹੇ ਆ, ਤੇ ਸਾਰੇ ਵਿਆਕਲ ਹੋ ਰਹੇ ਉਸ ਨਗਰ ਸਾਬੋ ਕੀ ਤਲਵੰਡੀ ਦੇ ਲੋਕ, ਕਿ ਜਿਹੜੀ ਰਾਤ ਮੁੱਕ ਨਹੀਂ ਰਹੀ, ਸਮਾਂ ਕਾਫੀ ਬਤੀਤ ਹੋ ਗਿਆ, ਜਿੰਨੀ ਨੀਂਦ ਸੀ ਨੀਂਦ ਪੂਰੀ ਹੋ ਗਈ, ਤੇ ਹੁਣ ਕਰੀਏ ਕੀ, ਤੇ ਹੁਣ ਐਂ ਚੱਲਦੇ ਚੱਲਦੇ ਸਾਧ ਸੰਗਤ ਸਮਾਂ ਬਣਨਾ, ਡੱਲੇ ਕੋਲੇ ਆਉਣਾ ਤੇ ਬੇਨਤੀ ਕਰਨੀ, ਥੋੜਾ ਜਿਹਾ ਪ੍ਰਸੰਗ ਰਹਿ ਗਿਆ ਤੇ ਫਿਰ ਸਮਾਪਤੀ ਹੈ ਜੀ। ਬੈਠੇ ਸਭਨ ਵਿਖੇ ਨਰ ਨਾਰੀ, ਤੇ ਸਾਰੇ ਨਰ ਨਾਰੀ ਜਿਹੜੇ ਭਾਈ ਪੁਰਸ਼ ਇਸਤਰੀਆਂ ਉੱਠ ਕੇ ਬੈਠੇ ਨੇ ਜੀ। ਹੋਏ ਨਾ ਪ੍ਰਾਤ ਸਭਨ ਮਤ ਹਾਰੀ, ਤੇ ਸਾਰੇ ਹਾਰ ਗਏ ਨੇ, ਰਾਤ ਮੁੱਕ ਨੀ ਰਹੀ, ਦਿਨ ਚੜ ਨੀ ਰਿਹਾ ਜੀ। ਉਹ ਕਾਰਨ ਭਾ ਜਾਏ ਨਾ ਜਾਣਾ, ਕਹਿੰਦੇ ਕੀ ਕਾਰਨ ਹੋਇਆ ਜਾਣਿਆ ਨੀ ਜਾ ਰਿਹਾ, ਕੀ ਕਾਰਨ ਇਹ ਜਿਹੜੀ ਰਾਤ ਮੁੱਕ ਨਹੀਂ ਰਹੀ ਜੀ। ਮਾਰ ਤੰਡ ਚੜ੍ਹਿਓ ਨਾ ਅਸਮਾਨਾ, ਤੇ ਇਹ ਜਿਹੜਾ ਸੂਰਜ ਆ ਇਹ ਅਸਮਾਨ ਤੇ ਚੜ੍ਹ ਨਹੀਂ ਰਿਹਾ ਜੀ। ਰੁਕੇ ਲੋਕ ਸਗਰੇ ਉਕਲਾਏ, ਤੇ ਜਿਹੜੇ ਲੋਕ ਆ ਸਾਧ ਸੰਗ ਬੜੇ ਵਿਆਕਲ ਹੋ ਰਹੇ ਨੇ ਜੀ। ਸ੍ਰੀ ਪਰਮੇਸ਼ਰ ਨਾਮ ਤੇ ਆਏ, ਤੇ ਕਹਿੰਦੇ ਫਿਰ ਉਸ ਸਮੇਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲੈ ਰਹੇ ਨੇ ਜੀ। ਅਧਿਕ ਰਾਤ ਜਬ ਬੀਤਨ ਕਰੀ, ਜਦੋਂ ਬਹੁਤ ਰਾਤ ਹੋਰ ਵੀ ਬੀਤ ਗਈ ਜੀ। ਪ੍ਰਾਤ ਸਭਨ ਕੋ ਚਿੰਤਾ ਪਰੀ, ਤੇ ਸਾਰਿਆਂ ਨੂੰ ਮਨ ਵਿੱਚ ਬੜੀ ਚਿੰਤਾ ਆ ਗਈ ਜੀ। ਡੱਲੇ ਸੰਗ ਮਿਲੇ ਸਭ ਜਾਏ, ਸਾਰੇ ਆ ਕੇ ਡੱਲੇ ਨੂੰ ਆ ਕੇ ਮਿਲੇ ਨੇ ਜੀ। ਅਧਿਕ ਨਿਸ਼ਾ ਕੁਛ ਲਖਿਓ ਨਾ
ਨਾ ਜਾਏ। ਕਹਿੰਦੇ ਕੀ ਕਰੀਏ ਜਿਹੜੀ ਹੁਣੇ ਰਾਤ ਮੁੱਕ ਨੀ ਰਹੀ, ਹੋਰ ਅਸੀਂ ਕਿੰਨਾ ਘੜੀਕੀਏ ਜੀ। ਚਲੋ ਪ੍ਰਭੂ ਕੋ ਬੁਝੈ ਇਹ, ਚਲੋ ਜਾ ਕੇ ਬੇਨਤੀ ਕਰਕੇ ਤੇ ਸਮਝਣਾ ਕਰੀਏ ਇਸ ਗੱਲ ਬਾਰੇ ਜੀ। ਹੈ ਸਰਬੱਗ ਬਤਾਏ ਸੋ ਦੇਹ, ਤੇ ਉਹ ਸ੍ਰੇਸ਼ਟ ਨੇ ਉਹ ਸਾਨੂੰ ਸਾਰੀ ਗੱਲ ਦੱਸ ਦੇਣਗੇ ਨੇ ਜੀ। ਡੱਲੇ ਜੁੱਤ ਮਾਨਵ ਸਮੁਦਾਏ, ਤੇ ਉਹ ਡੱਲੇ ਦੇ ਨਾਲ ਹੋਰ ਵੀ ਸਾਰੇ ਮਨੁੱਖ ਜੀ। ਪਦ ਅਰਬਿੰਦ ਨਿਵੇ ਸਭ ਆਏ, ਆ ਕੇ ਸਾਰਿਆਂ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ, ਤੇ ਤੁਸੀਂ ਵੀ ਸੀਸ ਨਵਾਓ ਜੀ। ਬੈਠੇ ਬਿਸਮਤ ਬਾਤ ਬਖਾਨੀ, ਮਹਾਰਾਜ ਆ ਕੇ ਬੜੇ ਮਹਾਰਾਜ ਦੇ ਕਮਲ ਸ੍ਰੀਖੇ ਚਰਨ ਨੇ, ਮਹਾਰਾਜ ਦਾ ਮੁੱਖ ਜਿਹੜਾ ਖਿੜਿਆ ਹੋਇਆ ਤੇ ਮਹਾਰਾਜ ਦਰਸ਼ਨ ਦੇ ਰਹੇ ਨੇ ਜੀ। ਇਸ ਕੀ ਗੱਤ ਕੁਛ ਜਾਏ ਨਾ ਜਾਨੀ, ਕਹਿੰਦੇ ਮਹਾਰਾਜ ਆ ਰਾਤ ਦੀ ਜਿਹੜੀ ਗੱਲ ਆ ਸਾਨੂੰ ਸਮਝ ਨਹੀਂ ਆ ਰਹੀ ਜੀ। ਗੁਰੂ ਕਹਿਓ ਭਾਣਾ ਹਰ ਜੋਈ, ਮਹਾਰਾਜ ਕਹਿੰਦੇ ਭਾਈ ਭਾਣਾ ਹੀ ਵਰਤਿਆ ਹੋਇਆ ਕੋਈ ਜੀ। ਦੇਵਨ ਵਿਖੇ ਸਪਰਦਾ ਹੋਈ, ਮਹਾਰਾਜ ਕਹਿੰਦੇ ਦੇਵਤਿਆਂ ਦੀ ਲੜਾਈ ਹੋ ਗਈ, ਉਹਦੇ ਕਰਕੇ ਜਬ ਪੈ ਗਏ ਇਹਨਾਂ ਨੂੰ ਜੀ। ਸੂਰਜ ਸੁਰਪਤ ਹਟ ਹਟ ਬੈਠੇ, ਕਹਿੰਦੇ ਸੂਰਜ ਆ ਇੰਦਰ ਵਰਗੇ ਸਾਰੇ ਪਰੇ ਹੋ ਕੇ ਬਹਿ ਗਏ, ਇਸੇ ਕਰਕੇ ਮੀਂਹ ਨੀ ਪੈ ਰਿਹਾ, ਇਸੇ ਕਰਕੇ ਭਾਈ ਹੁਣ ਤੁਹਾਡਾ ਸੂਰਜ ਵੀ ਨੀ ਚੜ ਰਿਹਾ ਜੀ। ਅਪਰ ਬ੍ਰਿੰਦ ਸੁਰ ਹੋਏ ਇਕੱਠੇ, ਇਹ ਸਾਰੇ ਸਵਰਗ ਵਿੱਚ ਇਕੱਠੇ ਹੋਏ ਬੈਠੇ ਨੇ ਜੀ। ਵਰਜੀ ਵਰਖਾ ਹੋਏ ਜਗ ਨਾਹੀ, ਇਸੇ ਕਰਕੇ ਧਰਤੀ ਤੇ ਮੀਂਹ ਵੀ ਨੀ ਪੈ ਰਿਹਾ ਜੀ। ਦਿਨ ਕਰ ਥਿਰਿਓ ਸੁਰਗ ਕੇ ਮਾਹੀ, ਕਹਿੰਦੇ ਇਸੇ ਕਰਕੇ ਜਿਹੜਾ ਦਿਨ ਵੀ ਇਸ ਚੜ ਨੀ ਰਿਹਾ ਇਸੇ ਕਾਰਨ ਕਰਕੇ, ਤੇ ਸਵਰਗ ਵਿੱਚ ਉਹਦੇ ਬੈਠਣ ਕਰਕੇ ਜੀ। ਰਾਤ ਵਧਣ ਕੋ ਇਹੋ ਲੱਖ ਕਾਰਨ, ਮਹਾਰਾਜ ਕਹਿੰਦੇ ਆਹੀ ਕਾਰਨ ਜਾਣੋ ਭਾਈ ਜਿਹੜਾ ਰਾਤ ਵੱਧ ਗਈ ਜੀ। ਸੁਣ ਡੱਲੇ ਕੀਏ ਬਾਕੀ ਉਚਾਰਨ, ਤੇ ਹੁਣ ਇਹ ਸੁਣ ਕੇ ਤੇ ਡੱਲੇ ਨੇ ਕੀਤੀ ਬੇਨਤੀ ਜੀ। ਪ੍ਰਭ ਜੀ ਕਿਵ ਜੀਵੇ ਹੈ ਬਿਨ ਬਾਰੀ, ਮਹਾਰਾਜ ਮੀਂਹ ਤੋਂ ਬਗੈਰ ਕਿਵੇਂ ਹੁਣ ਤੁਹਾਡੇ ਜਿਹੜੇ ਬੱਚੇ ਕਿਵੇਂ ਜਿਉਣਗੇ, ਮਹਾਰਾਜ ਇਹ ਖੇਤੀ ਕਿਵੇਂ ਚੱਲੂਗੀ ਜੇ ਜ਼ਿਮੀਦਾਰ ਦੀ ਫਸਲ ਨਾ ਹੋਈ, ਤੇ ਬਾਕੀ ਕਿਵੇਂ ਕੰਮ ਧੰਦੇ ਚੱਲਣਗੇ, ਭੋਜਨ ਕਿਵੇਂ ਛਕਾਂਗੇ ਜੀ। ਸੁਣ ਸਤਿਗੁਰ ਤਬ ਤੂੰ ਛਣ ਧਾਰੀ, ਤੇ ਇਹ ਸੁਣ ਕੇ ਤੇ ਮਹਾਰਾਜ ਉਸ ਸਮੇਂ ਸਾਧ ਸੰਗਤ ਮਹਾਰਾਜ ਚੁੱਪ ਕਰ ਗਏ ਨੇ, ਮਹਾਰਾਜ ਨੇ ਕੋਈ ਵਚਨ ਨੀ ਕੀਤਾ। ਇੱਥੇ ਪ੍ਰਕਰਨ ਦੀ ਸਮਾਪਤੀ ਹੈ। ਮਹਾਰਾਜ ਫਿਰ ਅਗਲੀ ਵਾਰ ਜਿਵੇਂ ਹੁਣ ਡੱਲੇ ਹੁਣੇ ਫਿਰ ਕਰਨਗੇ ਬੇਨਤੀ, ਫਿਰ ਉਹ ਪ੍ਰਸੰਗ ਆਉਂਦੇ ਸ਼ੁੱਕਰਵਾਰ ਨੂੰ ਵਿਚਾਰਾਂਗੇ ਕਿਵੇਂ ਫਿਰ ਡੱਲੇ ਨੇ ਬੇਨਤੀ ਕਰਨੀ ਆ। ਤੇ ਮਹਾਰਾਜ ਨੇ ਫਿਰ ਡੱਲੇ ਹੁਣਾਂ ਤੋਂ ਇੱਥੇ ਮਰਵਾ ਕੇ ਜੁੱਤੀਆਂ ਤੇ ਮੀਂਹ ਪਾਉਣ, ਇੰਦਰ ਹੁਣਾਂ ਨੇ ਛਿੱਤਰ ਫੇਰਨਾ, ਫਿਰ ਸਲੋਤਰ ਇਹਨਾਂ ਨੇ ਇੰਨੇ ਮਹਾਰਾਜ ਦੀ ਘਰ ਦੀ ਖੇਡ ਆ। ਮਹਾਰਾਜ ਦੇ ਘਰ ਵਿੱਚ ਨਹੀਂ ਕੋਈ ਦੇਵਤਿਆਂ ਨੂੰ ਮੰਨਦਾ, ਕੋਈ ਦੇਵਤਿਆਂ ਦੀ ਪੂਜਾ ਨਹੀਂ ਕਰਦਾ, ਤੇ ਸਲੋਤਰ ਫੇਰ ਕੇ ਇਹਦੇ ਤੋਂ ਮੀਂਹ ਪਾਉਣਗੇ ਕਿਵੇਂ ਡੱਲੇ ਹੋਣੇ, ਤੇ ਉਹ ਆਉਣ ਵਾਲੇ ਦਿਨਾਂ 'ਚ ਉਹ ਪ੍ਰਸੰਗ ਦੀ ਫਿਰ ਵਿਚਾਰ ਕਰਦਿਆਂ ਤੋਂ ਜਿਹੜੀ ਗਲਤੀਆਂ ਭੁੱਲਾਂ ਗਲਤੀਆਂ ਅਰਥਾਂ ਦੇ ਅਨਰਥ ਹੋਏ ਦਾਸ ਸਾਰੀ ਸੰਗਤ ਦੇ ਚਰਨਾਂ ਦੌੜਾ ਅਤੇ ਮੱਥਾ ਲਾ ਕੇ ਮਾਫ਼ੀ ਮੰਗਦਾ, ਜਿਹੜਾ ਸਮਾਂ ਵੀ ਉੱਪਰ ਹੋਇਆ ਅਤੇ ਉਹਦੀ ਵੀ ਦਾਸ ਦੇਰੀ ਵਾਸਤੇ ਸਾਰੀ ਸੰਗਤ ਦੇ ਚਰਨਾਂ ਦੌੜਾ ਅਤੇ ਮੱਥਾ ਲਾ ਕੇ ਮਾਫ਼ੀ, ਮੈਨੂੰ ਸੰਗਤ ਬਖਸ਼ ਦੇਣ ਅਤੇ ਅਸੀਸ ਦੇਣ ਕਿ ਆਪ ਜੀ ਚਰਨਾਂ ਦੀ ਦਾਸ ਸੇਵਾ ਕਰ ਸਕੇ ਹਉਮੈ, ਅਤੇ ਆਹ ਜਿਹੜੀਆਂ ਅੰਦਰੋਂ ਜਿਹੜੀਆਂ ਵਿਕਾਰਾਂ ਦੀਆਂ ਅੱਗਾਂ ਤੋਂ ਬਚ ਸਕੇ, ਅਤੇ ਜਿਹੜੀਆਂ ਚੰਗੀਆਂ ਸਨ ਉਹ ਗੁਰੂ ਸਾਹਿਬ ਨੇ ਜ਼ਰੂਰ ਆਪਦੇ ਜੀਵਨ ਵਿੱਚ ਲਿਆਉਣੀਆਂ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।